ਸ਼ਤਾ ਸੱਚ ਜੁਮਾ ਕੈ ਤੇਰੀ ਪਨਾਹ ਖੁਦਾਏ ਤੂੰ ਬਖਸ਼ਦਗੀ ਸ਼ੇਖ ਫਰੀਦ ਖੈਰ ਸ਼ੇਖ ਫਰੀਦ ਖੈਰ ਦੀਜ ਬੰਦਗੀ ਆਓ ਸਾਰੇ ਰਲ ਕੇ ਅਜੇ ਨਮਸਕਾਰ ਕਰਨ ਵਾਲੇ ਕਾਫੀ ਰਹਿੰਦੇ ਹੈ ਬਾਹਰ ਜਿਹੜੇ ਆਵਾਜ਼ ਸੁਣਦੇ ਆ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਆਓ ਕੁਝ ਸਮਾਂ ਪਹਿਲਾਂ ਆਪਾਂ ਗੁਰਬਾਣੀ ਕੀਰਤਨ ਕਰੀਏ ਫਿਰ ਗੁਰੂ ਜੀ ਦੇ ਬਚਨਾਂ ਨੂੰ ਸਮਝਣ ਔਰ ਵਿਚਾਰਨ ਦੀ ਕੋਸ਼ਿਸ਼ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਰਲ ਕੇ ਮੇਰਿਆ ਮਨਾ ਮਾਲਕ ਜੀ ਦੇ ਨਿਜਮਾਂ ਵਿੱਚ ਬੰਦ ਹੋ ਜਾ ਇਹੀ ਬੰਦਗੀ ਹੈ ਉਹਦੇ ਹੁਕਮ ਵਿੱਚ ਚੱਲ ਇਹੀ ਬੰਦਗੀ ਹੈ ਜਿਸ ਤਰ੍ਹਾਂ ਉਹਨੇ ਬਣਾਇਆ ਜੋ ਉਹ ਚਾਹੁੰਦਾ ਹੈ ਉਵੇਂ ਹੀ ਕਰ ਇਹੀ ਬੰਦਗੀ ਹੈ ਬੰਦਗੀ ਕਰ ਬੰਦੇ ਤੋਂ ਬੰਦਗੀ ਬੰਦਗੀ ਕਰ ਬੰਦੇ ਤੋਂ ਬੰਦਗੀ ਕਰ ਬੰਦੇ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਬੰਦਗੀ ਬੰਦਗੀ ਕਰ
ਡਟ ਮੈਂ ਸਾ ਸਗਲ ਪਾਉ ਤੇਰਾ ਜੀ ਸਗਲ ਪਾਉ ਤੇਰਾ ਜੀ ਸਗਲ ਪਾਉ ਤੇਰਾ ਜੀ ਸਗਲ ਪਾਉ ਕਰ ਬੰਦੇ ਕਰ ਬੰਦੇ ਰੂਪ ਬੰਦਗੀ ਬੰਦਗੀ ਕਰ ਬੰਦੇ ਰੂਪ ਬੰਦਗੀ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚੜ ਕੱਟ ਮੈਂ ਸਾਚੜ ਕੱਟ ਮੈਂ ਸਾਚਰ ਕੱਟ ਮੈਂ ਸਾਚਰ ਕੱਟ ਮੈਂ ਸਾਗੀ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਜਿਹਨੂੰ ਪੈਦਾਇਸ਼ ਤੂੰ ਕੀਆ
ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂਗਾ ਸੱਚਾ ਪ੍ਰਭ ਦਗਾ ਸੱਚਾ ਪ੍ਰਭ ਦਗਾ ਕੁਦਰਤ ਕੀ ਬੁਨਾ ਜਾਣੀ ਹੈ ਵੱਡਾ ਵੇ ਪਰਵਾਹ ਕਰ ਬੰਦੇ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਤੂੰ ਸਮਰਾਥਿਆਂ ਕਾਥਿਆਂ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਜਿੱਚਰ ਕੱਟ ਪੈਸਾ ਜਿੱਚਰ ਕੱਟ ਮੈਸਾ ਜਿੱਚਰ ਕੱਟ ਮੈਸਾ ਜਿੱਚਰ ਕੱਟ ਮੈਸਾ ਬੰਦਗੀ ਬੰਦਗੀ ਕਰ ਬੰਦੇ ਬੰਦਗੀ ਕਰ ਬੰਦੇ ਬੰਦਗੀ ਬੰਦਗੀ
ਕਰ ਬੰਦੇ ਤੂੰ ਬੰਦ ਬੜੋ ਪਿਆਰੇ ਸੰਤ ਰੱਜ ਕੇ ਬੋਲੋ ਫਿਰ ਕੋ ਸੰਤ ਕੀ ਹਰ ਬੰਦੇ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੋ ਪੜੋ ਸਾਰੇ ਬੋਲ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਬੋਲੋ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਕਰ ਬੰਦੇ ਤੂੰ ਬੰਦਗੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ
अपने जी मत देके समझाई मालका पार का तू अपने जी पार का तू मत देके समझाई मालका पार का तू अपने जी पार का तू गुरु प्यारी गुरु सवारी सत संग जी सब तो पहला गुरफते दी सांझ करिए कोई रसना वांझी ना रवे इक्के बारी कहण ते गज के फते बुलाओ सारे आखो जी वाहे गुरु जी का खालसा वाहे गुरु जी की फतेह मथा टेकन वाले अजे काफी आ रहे है मैं कल वांगू बेनती करदा बई जेडे पिछे आ रहे है राह विच ही बह जाण ते ठीक है पंडाल विच पिछे जाके बैठना पऊ इत्थे राह विच ठीक है खुले खुले होके रस्ते दे विच चौंकड़े ला के बैठ जाओ ਜਦੋਂ ਸਮਾਪਤੀ ਕਰਾਂਗੇ ਉਦੋਂ ਆਪਣੀ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਿਓ ਕੁਛ ਸੱਜਣ ਜਿਹੜੇ ਰਸਤੇ ਦੇ ਵਿੱਚ ਨੇ ਉਹ ਪਿੱਛੇ ਹੀ ਉੱਥੋਂ ਹੀ ਪਿੱਛੇ ਬੈਠ ਜਾਣ ਪੰਡਾਲ 'ਚ ਜਾ ਕੇ ਮੱਥਾ ਜਿੱਥੇ ਖੜੇ ਉੱਥੇ ਖੜੇ ਹੀ ਟੇਕ ਲਓ ਨਮਸਕਾਰ ਕਰ ਲਓ ਭੈਣਾਂ ਭੈਣਾਂ ਵਾਲੇ ਪਾਸੇ ਵੀਰ ਵੀਰਾਂ ਵਾਲੇ ਪਾਸੇ ਰਸਤੇ ਦੇ ਵਿੱਚ ਬੈਠ ਜਾਈਏ ਤਾਂ ਜੋ ਸਮਝਣਾ ਬੜਾ ਲਾਜ਼ਮੀ ਹੁੰਦਾ ਹੈ ਜੇ ਸਾਡੇ ਕੁਛ ਪੱਲੇ ਨਾ ਪਵੇ ਸਮਝ ਨਾ ਆਵੇ ਫਿਰ ਫਾਇਦਾ ਕੋਈ ਨਹੀਂ ਨਿੱਕੇ ਨਿੱਕੇ ਨੁਕਤੇ ਸਾਨੂੰ ਸੰਗਤ ਵਿੱਚ ਸਮਝਣੇ ਚਾਹੀਦੇ ਹੈ ਅਸਲ ਵਿੱਚ ਧਰਮ ਜਿਹੜਾ ਮਨ ਦਾ ਵਿਸ਼ਾ ਹੈ ਮਨ ਦਾ ਝੁਕਣਾ ਮਨ ਪਹਿਲਾਂ ਮਨ ਦਾ ਸਮਝਣਾ ਫਿਰ ਮਨ ਦਾ ਬਦਲਣਾ ਫਿਰ ਮਨ ਦਾ ਸਰੈਂਡਰ ਕਰ ਦੇਣਾ ਝੁੱਕ ਜਾਣਾ ਚੇਂਜ ਹੋਣਾ ਇਹ ਬੜਾ ਜ਼ਰੂਰੀ ਹੈ ਸਾਰਾ ਕੁਝ ਸਾਡੇ ਮਾਈਂਡ ਤੇ ਖੜਾ ਹੈ ਬੜੀ ਦੁਨੀਆ ਸਾਰੀ ਜ਼ਿੰਦਗੀ ਮੱਥੇ ਟੇਕੇ ਹੈ ਸਾਰੀ ਜ਼ਿੰਦਗੀ ਲਾਏ ਹੈ ਮੱਥਾ ਟੇਕ ਪਰ ਤਨ ਝੁਕਿਆ ਮਨ ਦੇ ਵਿੱਚ ਕੁਛ ਚੇਂਜਿੰਗ ਨਹੀਂ ਆਈ ਬਦਲਾਵ ਨਹੀਂ ਆਇਆ ਤਾਂ ਕਰਕੇ ਮਨ ਦਾ ਸਮਝਣਾ ਤੇ ਮਨ ਦਾ ਬਦਲਣਾ ਇਹ ਬੜਾ ਜ਼ਰੂਰੀ ਹੈ ਵੀਰੋ ਜਿਹੜੇ ਆ ਰਹੇ ਹੋ ਅੱਗੇ ਅੱਗੇ ਪਿੱਛੇ ਸੌਖੇ ਬੈਠੋਗੇ ਖੁੱਲੇ ਖੁੱਲੇ ਬੈਠੋ ਅੱਗੇ ਤੁਹਾਨੂੰ ਇੱਥੇ ਭੀੜ ਰਸ਼ ਵਿੱਚ ਬਹਿਣਾ ਪਏਗਾ ਜਿਹੜੇ ਖੜੇ ਹੋ ਜੇ ਥੋੜ੍ਹਾ ਪਿੱਛੇ ਨੂੰ ਮੁੜ ਜਾਓ ਉੱਥੇ ਪੰਡਾਲ ਦੇ ਵਿੱਚ ਹੋ ਜਾਓ ਤੇ ਸੌਖੇ ਬੈਠੋ ਪੰਡਾਲ ਵਿੱਚ ਜਗ੍ਹਾ ਹੈ ਵਿਰਲੇ ਵਿਰਲੇ ਆਰਾਮ ਨਾਲ ਬੈਠ ਸਕਦੇ ਹੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਫਟਾਫਟ ਨਮਸਕਾਰ ਕਰਕੇ ਜਿੱਥੇ ਖੜੇ ਹੋ ਭੈਣੋ ਸਾਰੇ ਆਪਾਂ ਸੱਜ ਜਾਈਏ ਕੁਛ ਗੱਲਾਂ ਬੜੀਆਂ ਜ਼ਰੂਰੀ ਨੇ ਮੈਂ ਅੱਜ ਇੱਕ ਚੈਪਟਰ ਪਹਿਲਾਂ ਸ਼ੁਰੂ ਕਰਦੇ ਹਾਂ ਬੰਦਗੀ ਜਿਵੇਂ ਬੰਦਗੀ ਆਪਾਂ ਗੱਲ ਕਰ ਰਹੇ ਨਾ ਵੀ ਬੰਦਗੀ ਦਾਤ ਬਖਸ਼ੋ ਬੰਦਗੀ 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 ਕੀ ਹੈ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਰਕੇ ਫਟਾਫਟ ਬੇਨਤੀ ਹੈ ਭੈਣਾਂ ਨੂੰ ਵੀਰਾਂ ਨੂੰ ਸਾਰੇ ਜਣੇ ਆਪਾਂ ਜਿੰਨੀ ਛੇਤੀ ਹੋ ਸਕਦਾ ਹੈ ਬੈਠਣ ਦੀ ਖੇਚਲ ਕਰੋ ਰਲ ਮਿਲ ਬਹਿਣ ਦਾ ਸਮਾਂ ਮਿਲਦਾ ਹੈ ਗੁਰਬਾਣੀ ਦੀ ਵਿਚਾਰ ਅਸਲ ਵਿੱਚ ਅੰਮ੍ਰਿਤ ਪੀਣਾ ਹੁੰਦਾ ਹੈ ਤੇ ਇਹਦੇ ਨਾਲ ਮਨ ਮਜ਼ਬੂਤ ਹੁੰਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਵੇ ਜਿਹੜਾ ਅੰਮ੍ਰਿਤ ਪੀਏਗਾ ਉਹਨੇ ਅਮਰ ਹੋਣਾ ਹੈ ਅੰਮ੍ਰਿਤ ਮਤਲਬ ਗਿਆਨ ਅੰਮ੍ਰਿਤ
ਬੰਧਨਾਂ ਤੋਂ ਮੁਕਤ ਹੋਏਗਾ ਜਿਹੜਾ ਗਿਆਨ ਅੰਮ੍ਰਿਤ ਲਏਗਾ। ਬੰਧਨ ਜਿਹੜੇ ਪਏ ਐ ਸਾਡੇ ਮਨ ਦੇ ਉੱਤੇ ਉਹ ਬੰਧਨ ਟੁੱਟ ਜਾਣਗੇ ਜਦੋਂ ਗਿਆਨ ਅੰਮ੍ਰਿਤ ਅਸੀਂ ਪੀਵਾਂਗੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਅਸਲ ਵਿੱਚ ਅੰਮ੍ਰਿਤ ਪੀਣਾ ਕੀ ਹੈ? ਜਿਨ੍ਹਾਂ ਗੁਰਬਾਣੀ ਮਨ ਭਾਈਆ, ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਪਸੰਦ ਆ ਗਈ, ਗੁਰਬਾਣੀ ਨਾਲ ਪਿਆਰ ਪੈ ਗਿਆ, ਗਿਆਨ ਨਾਲ ਪਿਆਰ ਪੈ ਗਿਆ, ਅੰਮ੍ਰਿਤ ਛਕ ਛਕ। ਜਿਨ੍ਹਾਂ ਗੁਰਬਾਣੀ ਮਨ ਭਾਈਆ, ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਪਸੰਦ ਆ ਗਈ, ਉਹਨਾਂ ਨੇ ਸਮਝ ਲਓ ਅੰਮ੍ਰਿਤ ਪੀ ਲਿਆ, ਉਹਨਾਂ ਨੇ ਅੰਮ੍ਰਿਤ ਛਕ ਲਿਆ। ਇਸ ਕਰਕੇ ਸਾਡਾ ਮਨ ਅੰਮ੍ਰਿਤ ਪੀਵੇ। ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਖੜੇ ਹੋ ਜੀ ਕਿਰਪਾ ਕਰਕੇ ਸਜ ਜਾਓ, ਖੜੇ ਨਾ ਹੋਇਓ ਬੈਠ ਜਾਓ ਜੀ ਸਾਰੇ। ਜਿੰਨੇ ਵੀਰ ਭਰਾ ਭੈਣਾਂ ਸਾਰੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਬੈਠੋ। ਜੀ ਚਿੰਮ ਚਿੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਚਿੰਮ ਚਿੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਜੀ ਚਿੰਮ ਚਿੰਮ ਵਰਸੈ ਉਹ ਚਿੰਮ ਚਿੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਚਿੰਮ ਚਿੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਪੜੋ ਹਾਂ ਚਿੰਮ ਚਿੰਮ ਵਰਸੈ ਗੱਜ ਕੇ ਅੰਮ੍ਰਿਤ ਧਾਰਾ ਮਨ ਪੀਵੈ ਮਨ ਪੀਵੈ ਸੁਣ ਸ਼ਬਦ ਵਿਚਾਰ। ਮਨ ਨੇ ਅੰਮ੍ਰਿਤ ਪੀਣਾ ਜੀ, ਤੇ ਜਦੋਂ ਮਨ ਸੁਣੇਗਾ ਮਨ ਸਮਝੇਗਾ ਫਿਰ ਮਨ ਸਾਡਾ ਮਜ਼ਬੂਤ ਹੋਏਗਾ। ਮਨ ਕੀ ਹੈ? ਸਾਡਾ ਮਾਈਂਡ ਮਜ਼ਬੂਤ ਹੋਏਗਾ, ਸਮਝੇਗਾ। ਜਿਹੜੇ ਆਰਮੀ ਵਿੱਚ ਫੌਜੀ ਜਿਹੜੇ ਭਰਤੀ ਹੋਏ ਹੈ ਜਦੋਂ ਉੱਥੇ ਸਮਝਦੇ ਹੈ, ਦਿਮਾਗ ਵਰਤਦੇ ਹੈ, ਕਿਵੇਂ ਮਜ਼ਬੂਤ ਹੋ ਜਾਂਦੇ। ਬੰਦਾ ਇੱਦਾਂ ਮਜ਼ਬੂਤ ਦੇਣ ਵਾਲਾ ਥੋੜ੍ਹਾ ਹੁੰਦਾ ਜਦੋਂ ਉੱਥੇ ਜਾ ਕੇ ਟ੍ਰੇਨਿੰਗ ਦੇ ਵਿੱਚ ਬਣਦਾ, ਟ੍ਰੇਨਿੰਗ ਕਰਕੇ ਕਿੱਦਾਂ ਮਜ਼ਬੂਤ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਗਿਆਨ ਅੰਮ੍ਰਿਤ ਪੀਵਾਂਗੇ, ਗਿਆਨ ਅੰਮ੍ਰਿਤ ਛਕਾਂਗੇ ਤੇ ਬਹੁਤ ਮਜ਼ਬੂਤ ਹੋ ਜਾਵਾਂਗੇ। ਲਓ ਪਿਆਰਿਓ ਹੁਣ ਆਪਾਂ ਬੰਦਗੀ ਦੀ ਗੱਲ ਕਰੀਏ। ਪਹਿਲਾਂ ਇੱਕ ਗੱਲ ਪੱਕੀ ਦਿਮਾਗ 'ਚ ਰੱਖਿਓ, ਸ਼ੁਰੂ ਇੱਥੋਂ ਕਰੀਏ ਵੀ ਧਰਮ ਜਿਹੜਾ ਹੈ ਇਹ ਤਨ ਦਾ ਵਿਸ਼ਾ ਨਹੀਂ, ਧਰਮ ਹੈ ਸਾਡੇ ਮਨ ਦਾ ਵਿਸ਼ਾ। ਗਿਆਨ ਗੁਰੂ ਹੈ ਤੇ ਗਿਆਨ ਸਰੀਰ ਤੇ ਕਿਤੇ ਨਹੀਂ ਲੱਗਣਾ, ਦਿਮਾਗ 'ਚ ਪੈਣਾ, ਅੰਦਰ ਜਾਣਾ, ਮਨ 'ਚ ਜਾਣਾ, ਮਾਈਂਡ ਡਿਵੈਲਪ ਹੋਣਾ। ਕੱਲ ਆਪਾਂ ਦੋ ਟੌਪਿਕ ਬੜੇ ਚੰਗੀ ਤਰ੍ਹਾਂ ਸਮਝੇ ਸੀ। ਇੱਕ ਤੇ ਇਹ ਕੀਰਤਨ ਹੈ ਜਿਹੜਾ ਇਹ ਮਨ ਨੇ ਕਰਨਾ, ਸਾਰੇ ਕੀਰਤਨੀਏ ਬਣੋ, ਤੁਹਾਡਾ ਮਨ ਪਰਮਾਤਮਾ ਦੀ ਕੀਰਤੀ ਕਰੇ, ਕੀਰਤਨ ਕਰੋ। ਜੇ ਕੀਰਤਨ ਐਦਾਂ ਸਰੀਰ ਦਾ ਵਿਸ਼ਾ ਹੈ ਫਿਰ ਤੇ ਕੀਰਤਨੀਆ ਕੋਈ ਕੋਈ ਹੈ, ਤੇ ਜੇ ਕੀਰਤਨ ਹੈ ਮਨ ਦਾ ਵਿਸ਼ਾ ਤੇ ਫਿਰ ਕੀਰਤਨੀਏ ਸਾਰੇ ਹੀ ਬਣ ਸਕਦੇ ਜੇ ਮਨ ਦਾ ਵਿਸ਼ਾ। ਜੇ ਸਤ ਸੰਗਤ ਹੈ ਤਨ ਦਾ ਵਿਸ਼ਾ, ਜਿਵੇਂ ਆਪਾਂ ਸਾਰੇ ਇੱਥੇ ਬੈਠੇ ਹਾਂ, ਫਿਰ ਤੇ ਸਤਸੰਗ ਕਰ ਸਕਦਾ ਕੋਈ ਕੋਈ।
ਤੇ ਜੇ ਸਤਸੰਗ ਹੈ ਮਨ ਦਾ ਵਿਸ਼ਾ ਫਿਰ ਤੁਸੀਂ ਸੱਚ ਦੀ ਸੰਗਤ ਦਿਨ ਵਿੱਚ ਪਤਾ ਨਹੀਂ ਕਿੰਨੀ ਗਵਾਰੀ ਕਰਦੇ ਹੋਵੋਗੇ ਛੁੱਪ ਵਿਚਾਰਾਂ ਦੀ ਸੰਗਤ ਸੱਚ ਦੀ ਸੰਗਤ ਸਤਸੰਗ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਜੇ ਐ ਕਹੀਏ ਵੀ ਕੀਰਤਨ ਇਦਾਂ ਹੀ ਹੋ ਸਕਦਾ ਹੈ ਫਿਰ ਅਸੀਂ ਤੁਹਾਡੇ ਸਿਰ ਤੇ ਬਹਿ ਸਕਦੇ ਹਾਂ ਕਿਉਂਕਿ ਤੁਹਾਡੇ ਚ ਕੀਰਤਨ ਕਿਸੇ ਨੇ ਕਰਨਾ ਨਹੀਂ ਕੋਈ ਕੋਈ ਕਰਦਾ ਹੈ ਸਾਡੇ ਵਰਗੇ ਕੀਰਤਨ ਕਰਦੇ ਆ ਇਹਦਾ ਮਤਲਬ ਵੀ ਅਸੀਂ ਉਹੀ ਵੱਡੇ ਹੋ ਗਏ ਕੱਲ ਵੀ ਕਿਹਾ ਸੀ ਨਾ ਵੀ ਫਿਰ ਸਾਡੀ ਬੱਲੇ ਬੱਲੇ ਤੁਸੀਂ ਸਾਰੇ ਥੱਲੇ ਥੱਲੇ ਆਪੇ ਹੀ ਹੋ ਗਏ ਤੁਹਾਨੂੰ ਫਿਰ ਸਾਡੇ ਹੀ ਹੱਥ ਪੈਰ ਧੋਣੇ ਪੈਣਗੇ ਸਾਡੇ ਵਰਗਿਆਂ ਦੀ ਸੇਵਾ ਕਰਨੀ ਪਊ ਕਿਉਂਕਿ ਕੀਰਤਨੀਏ ਤੇ ਅਸੀਂ ਕੀਰਤੀ ਮਨ ਨੇ ਕਰਨੀ ਤੇ ਕੱਲ ਵਾਲੀ ਗੱਲ ਮੈਂ ਫਿਰ ਦੁਹਰਾਉਣਾ ਕਿਉਂਕਿ ਨਵੇਂ ਬਹੁਤ ਹੈ ਸਰੋਤੇ ਜਿਹੜਾ ਬੰਦਾ ਰੇੜੀ ਉੱਤੇ ਫਲ ਵੇਚਦਾ ਹੈ ਫਰੂਟ ਵੇਚਦਾ ਹੈ ਉਹਨੂੰ ਕਿਸੇ ਬੰਦੇ ਨੇ 1000 ਰੁਪਇਆ ਦਿੱਤਾ ਟੋਕਰੀ ਭਰ ਦੇ ਭਾਈ ਬਣਾ ਦੇ ਟੋਕਰੀ ਕੱਲ ਗੱਲ ਹੋਈ ਹੈ ਇਸ ਟੌਪਿਕ ਤੇ ਵੀ ਕੇਲਿਆਂ ਦੀ ਦਰਜਨ ਪਾਤੀ ਪੰਜ ਚਾਰ ਪਪੀਤੇ ਪਾਤੇ ਪੰਜ ਚਾਰ ਸੇਬ ਪਾਤੇ ਮਾਲਕ ਗੱਡੀ 'ਚ ਹੀ ਬੈਠਾ ਹੈ ਫਿੱਟ ਕਰਦੇ ਭਾਈ ਤਿਆਰ ਕਰਦੇ ਟੋਕਰੀ ਤੇ ਉਹਦੇ ਨਾਲ ਵਾਲਾ ਕਹਿੰਦਾ ਚੱਲ ਆਹ ਪੰਜ ਚਾਰ ਸੇਬ ਗਲੇ ਜੇ ਪਏ ਆ ਵੀ ਪਾ ਦੇ ਨਿਕਲ ਜਾਣਗੇ ਛੇਤੀ ਛੇਤੀ ਕਰ ਉਹ ਕਹਿੰਦਾ ਕੋਈ ਨਹੀਂ ਜੇ ਉਹ ਨਹੀਂ ਵੇਖਦਾ ਤੇ ਰੱਬ ਤੇ ਵੇਖਦਾ ਉਹ ਪਰਾਂ ਨੂੰ ਮੂੰਹ ਕਰਕੇ ਖੜਾ ਹੈ ਪਰ ਪਰਮਾਤਮਾ ਤੇ ਵੇਖਦਾ ਹੈ ਰੱਬ ਮਿੰਟ ਦਾ ਪਾਓ 5:30 ਵਜੇ ਆ ਬੰਦਾ ਜੇ ਨਹੀਂ ਮਾਲਕ ਵੇਖਦਾ ਪਰ ਆਪਾਂ ਕੱਲ ਨੂੰ 400 ਜਦੋਂ ਲਿਆ ਤੇ ਫਿਰ ਕਰਕੇ ਜਾਈਏ ਕੰਮ ਆਪਣਾ ਕੱਲ ਤੇ ਫਿਰ ਪੈਂਡਿੰਗ ਨਹੀਂ ਪਾਉਣਾ ਕਰੋ ਪੂਰਾ ਦਿਹਾੜੀ ਵਾਲਾ ਵੀ ਵੇਖੋ ਕੀਰਤਨ ਕਰੀ ਜਾਂਦਾ ਠੀਕ ਹੈ ਕਿ ਨਹੀਂ ਕੀਰਤਨ ਕਰਦਾ ਹੈ ਜੀ ਮਨ ਮਨ ਨੇ ਕਰਨਾ ਹੁਣ ਕੀ ਪਤਾ ਜੀ ਤੁਹਾਡੇ 'ਚ ਕਿੰਨੇ ਕੁ ਕੀਰਤਨੀਏ ਬੈਠੇ ਹੋਣ ਸਾਡੇ ਵਰਗੇ ਜੀਵ ਨਾਲ ਜ਼ਰੂਰ ਇੱਦਾਂ ਕੀਰਤਨ ਕਰਦੇ ਆ ਪਰ ਜ਼ਰੂਰੀ ਨਹੀਂ ਜੀਵ ਵਾਲਾ ਰਾਗ ਪੜਨ ਵਾਲਾ ਸ਼ਬਦ ਪੜਨ ਵਾਲਾ ਕੀਰਤਨੀਆਂ ਹੋਵੇ ਇਹ ਜ਼ਰੂਰੀ ਤੇ ਤੁਹਾਡੇ ਵਿੱਚ ਜੀਵ ਹਲਾਉਣ ਵਾਲੇ ਨਾ ਹੋਣ ਪਰ ਸੱਚੀ ਦੇ ਕੀਰਤਨੀਏ ਹੋ ਸਕਦੇ ਐ ਹੋਣਗੇ ਇਹ ਕੀਰਤਨੀਏ ਸਾਰੇ ਬਣ ਸਕਦੇ ਆ ਦੱਸੋ ਜੀ ਬਣ ਸਕਦੇ ਆ ਨਾ ਤੇ ਜਿਹੜਾ ਆਹ ਵਾਜੇ ਵਾਲਾ ਇਹ ਕਿੰਨੇ ਕੁ ਕਰ ਲੈਣਗੇ ਕਈਆਂ ਨੂੰ ਤੇ ਵਾਜਾ ਹੀ ਨਹੀਂ ਆਉਣਾ ਉਂਗਲੇ ਨਹੀਂ ਚੱਲਣੀ ਹੈ ਕਈਆਂ ਦਾ ਗਲਾ ਹੀ ਨਹੀਂ ਜੱਜਦਾ ਹੋਣਾ ਇਹਦਾ ਮਤਲਬ ਆਹ ਕੀਰਤਨੀਆਂ ਤੇ ਕੋਈ ਕੋਈ ਬਣੂ ਫਿਰ ਇਹ ਹਿਸਾਬ ਨਾਲ ਤਾਂ ਕਰਕੇ ਕੀਰਤੀ ਮਨ ਦਾ ਵਿਸ਼ਾ ਹੈ ਸਾਰਾ ਕੁਛ ਮਨ ਦਾ ਵਿਸ਼ਾ ਹੈ ਇਹ ਦਿਮਾਗ 'ਚ ਰੱਖ ਅੱਛਾ ਜੀ ਹੁਣ ਆਪਾਂ ਗੱਲ ਇੱਕ ਸਤਸੰਗ ਦੀ ਵੀ ਗੱਲ ਕੀਤੀ ਸੀ ਕੀਰਤਨ ਦੀ ਵੀ ਕੀਤੀ ਸੀ ਜਦੋਂ ਤੁਸੀਂ ਮਨ ਤੇ ਲੈ ਜਾਓਗੇ ਸਾਰਾ ਕੁਝ ਫਿਰ ਸਮਝ ਪਊ ਮਨ ਉੱਤੇ ਲੈ ਕੇ ਚੱਲੋ ਅਗਲਾ ਪੁਆਇੰਟ ਬੰਦਗੀ ਹੁਣ ਆਪਾਂ ਸਾਰੇ ਜਦੋਂ ਐਂ ਕਹਿੰਦੇ ਆ ਜਦੋਂ ਹੁਣ ਮੈਂ ਐਂ ਗਾਉਂਦਾ ਸੀ ਬੰਦਗੀ ਕਰ ਬੰਦੇ ਤੂੰ ਬੰਦਗੀ ਸਾਡਾ ਮਾਇੰਡ ਇੱਥੇ ਸੈੱਟ ਹੋਇਆ ਹੋਇਆ ਤੇ ਪਤਾ ਕਿਵੇਂ ਜੇ ਜੀ ਕਰਦਾ ਵੀ ਅੱਖਾਂ ਬੰਦ ਕਰ ਲਈਏ ਐਂ ਜੇ ਕਰ ਲਈਏ ਬਸ ਵਾਹਿਗੁਰੂ ਕਰ ਲਈਏ ਸਾਰਿਆਂ ਦਾ ਜੀ ਕਰਦਾ ਕਿ ਨਹੀਂ ਕਰਦਾ ਦੱਸੋ ਬਈ ਸਾਨੂੰ ਇਹ ਸਮਝ ਪੈਂਦੀ ਹੈ ਵੀ ਆਹ ਬੰਦਗੀ ਐ ਐ ਬਸ ਮੈਂ ਵੀ ਐ ਕਰ ਲਾਂ ਤੁਸੀਂ ਵੀ ਸਾਰੇ ਐ ਕਰ ਲਓ ਲੱਗੇ ਰਹੀਏ ਇੱਕ ਘੰਟਾ ਕਰਦੇ ਆ ਦੋ ਘੰਟੇ ਕਰਦੇ ਆ ਪ੍ਰਚਾਰ ਬੰਦ ਕਰੋ ਮਾੜਾ ਚੰਗਾ ਕਹਿਣਾ ਸਭ ਬੰਦ ਕਰੋ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣਾ ਬੰਦ ਕਰੋ ਐਂ ਕਰੀ ਜਾਂਦੇ ਜਿਵੇਂ ਹੁਣ ਆਪਾਂ ਸਾਰੇ ਕਰਦੇ ਸੀ ਸਾਰੇ ਰਲ ਕੇ ਕਰਦੇ ਫਿਰ ਇਹ ਦੱਸੋ ਬੋਲਣਾ ਕੁਛ ਹੈ ਨਹੀਂ ਫਿਰ ਸਿਕਿਉਰਿਟੀਆਂ ਦੀਆਂ ਲੋੜਾਂ ਪੈਣਗੀਆਂ ਨਾ 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 ਫਿਰ ਤੇ ਸਾਰੀ ਦੁਨੀਆ ਹੀ ਖੁਸ਼ ਹੋ ਜੂ ਕਹਿਣਗੇ ਬੰਦਗੀ ਕਰਦੇ ਸਾਡਾ ਕੀ ਵਿਗਾੜਦੇ
ਆਖੋ ਸਤਨਾਮ ਸ੍ਰੀ ਵਾਹ। ਜਿਹੜੀ ਆਹ ਬੰਦਗੀ ਹੈ ਐ ਐ ਅੱਖਾਂ ਬੰਦ ਕਰਨ ਵਾਲੀ, ਜੇ ਗੁਰੂ ਅਰਜਨ ਦੇਵ ਜੀ ਇਹ ਬੰਦਗੀ ਕਰਦੇ ਆ ਫਿਰ ਤਵੀ ਤੇ ਕਿਉਂ ਪਾਉਣ ਦੀ ਲੋੜ ਪੈਗੀ ਜਹਾਂਗੀਰ ਨੂੰ? ਅਗਲਾ ਆਪਣੇ ਘਰੇ ਰੱਬ ਰੱਬ ਕਰਦਾ ਕਿਸੇ ਦਾ ਕੀ ਲੈਂਦਾ? ਬੱਚੇ ਸ਼ਹੀਦ ਕਿਉਂ ਕਰੂ ਆ ਕੇ? ਅਗਲਾ ਤੁਹਾਡੇ ਸਮਝ ਚ ਪੈਂਦੀ ਹੈ ਵੀ ਬੰਦਗੀ ਦੀ ਡੈਫੀਨੇਸ਼ਨ ਗਲਤ ਦੱਸੀ, ਬਿਲਕੁਲ ਗਲਤ ਦੱਸੀ ਡੈਫੀਨੇਸ਼ਨ। ਕਾਰਨ ਕੁਛ ਹੋਰ ਹੈ ਵਿੱਚੋਂ, ਗੱਲ ਕੁਛ ਹੋਰ। ਜੇ ਇਹ ਬੰਦਗੀ ਹੈ ਬੜਾ ਸੌਖਾ ਹੈ, ਮੌਜ ਲੱਗ। ਮੈਂ ਇੱਕ ਸ਼ਬਦ ਪੜ੍ਹ ਲਿਆ, ਵਾਹਿਗੁਰੂ ਵਾਹਿਗੁਰੂ ਕਰ ਲਿਆ, 45 ਮਿੰਟ ਲਾ ਕੇ ਅਗਲਾ 45 ਮਿੰਟ ਦਾ ਸ਼ਬਦ ਇੱਕ ਹੋਰ ਪੜ੍ਹ ਲਿਆ, ਡੇਢ ਘੰਟਾ ਲੰਘ ਗਿਆ, ਡੇਢ ਘੰਟਾ ਤੇ ਇੱਕ 45 ਮਿੰਟ ਦਾ ਸ਼ਬਦ ਹੋਰ, ਸਵਾ ਦੋ ਘੰਟੇ ਆਨੰਦ ਸਾਹਿਬ ਤੇ। ਦੱਸੋ ਇਲਾਕੇ ਚ ਗੱਲਾਂ ਕੀ ਹੋਣਗੀਆਂ ਵੀ ਬੜਾ ਨਾਮ ਜਪਾਉਂਦੇ ਨੇ ਜੀ ਬਾਬਾ ਜੀ, ਨਾਲੇ ਬੰਦਗੀ ਕਰਦੇ ਆ, ਨਾਲੇ ਸਾਰੀਆਂ ਸੰਗਤਾਂ ਤੋਂ ਕਰਾਉਂਦੇ ਆ, ਤੇ ਮੇਰਾ ਦੁਸ਼ਮਣ ਕੌਣ ਬਣੂ? ਮੇਰੇ ਨਾਲ ਕਿੰਨੇ ਲੜਨਾ? ਸਾਡੇ ਅਰਥ ਇਹ ਹੈ, ਬੰਦਗੀ ਦੀ ਡੈਫੀਨੇਸ਼ਨ ਇਹ ਹੈ, ਧਾਰਮਿਕ ਬੰਦਿਆਂ ਦੀ, ਬੰਦਗੀ ਵਾਲਿਆਂ ਦੀ, ਜਿਹੜੇ ਸਪਿਰਚੁਅਲ ਪਰਸਨ ਹਨ, ਕਹਿੰਦੇ ਨੇ ਵੀ ਸਪਿਰਚੁਅਲ ਪਰਸਨ ਹੈ ਜੀ ਇਹ, ਤੇ ਬੜਾ ਅਧਿਆਤਮਕ, ਅਧਿਆਤਮ ਨੂੰ ਸਮਝਣ ਵਾਲਾ ਬੰਦਾ ਹੈ। ਇਹ ਕੀ ਹੈ? ਸਮਾਜਿਕ ਬੰਦਾ ਹੈ ਤੇ ਜੀ ਦੁਨਿਆਵੀ ਬੰਦਾ ਹੈ। ਇਹ ਅਧਿਆਤਮਵਾਦੀ ਹੈ, ਇਹ ਅਧਿਆਤਮਵਾਦੀ ਲੋਕ ਹੈ। ਬੜਾ ਰੰਗੀ ਰੂਹ ਹੈ ਅੰਦਰ ਬਾਰੇ, ਬੜਾ ਅੰਦਰ ਦਾ ਖੋਜੀ ਹੈ ਇਹ ਬੰਦਾ, ਬਹੁਤ ਨਾਮ ਜਪਣ ਵਾਲਾ ਹੈ, ਅਧਿਆਤਮ ਬਾਰੇ ਸਮਝਦਾ। ਫਿਰ ਆਪਾਂ ਪੁੱਛਦੇ ਹਾਂ ਵੀ ਅਧਿਆਤਮ ਵਾਲਾ ਬੰਦਾ ਕਿਹੋ ਜਿਹਾ ਹੁੰਦਾ? ਇਹ ਦੱਸੋ, ਧਿਆਨ ਨਾਲ ਸੁਣਿਓ, ਜਿਹੜਾ ਧਾਰਮਿਕ ਬੰਦਾ ਹੁੰਦਾ ਹੈ, ਅਧਿਆਤਮਵਾਦੀ ਬੰਦਾ ਹੁੰਦਾ ਹੈ, ਸਪਿਰਚੁਅਲ ਬੰਦਾ ਹੁੰਦਾ ਹੈ, ਉਹ ਬੰਦਾ ਕਿਹੋ ਜਿਹਾ ਹੁੰਦਾ ਹੈ? ਪਿਆਰਿਓ ਧਿਆਨ ਨਾਲ ਸੁਣਿਓ ਸਾਰੇ, ਜਿਹੜਾ ਬੰਦਾ ਸਪਿਰਚੁਅਲ ਹੁੰਦਾ ਹੈ, ਜਿਹੜਾ ਬੰਦਾ ਧਾਰਮਿਕ ਹੁੰਦਾ ਹੈ, ਜਿਹੜਾ ਬੰਦਾ ਅਧਿਆਤਮਵਾਦੀ ਹੁੰਦਾ ਹੈ, ਜਿਹੜਾ ਬੰਦਾ ਰੰਗੀ ਰੂਹ ਹੁੰਦਾ ਹੈ, ਉਹ ਕਿਹੋ ਜਿਹਾ ਹੁੰਦਾ ਹੈ? ਤੇ ਉਹ ਪਤਾ ਕਿਹੋ ਜਿਹਾ ਹੁੰਦਾ ਹੈ? ਉਹ ਸ਼ਾਂਤ ਹੁੰਦਾ ਹੈ, ਉਹ ਭਟਕਦਾ ਨਹੀਂ, ਉਹ ਐਂ ਹੱਥ ਜੋੜ ਕੇ ਰੱਖਦਾ, ਉਹ ਠੰਡਾ ਠੰਡਾ ਹੁੰਦਾ ਹੈ। ਇਹ ਵਿਆਖਿਆ ਨਾ ਸਿਮਰਨ ਵਾਲੇ ਅਧਿਆਤਮਵਾਦੀ ਬੰਦੇ ਦੀ। ਧਾਰਮਿਕ ਬੰਦਾ ਇਹੋ ਜਿਹਾ ਹੁੰਦਾ, ਨਾ ਉੱਚਾ ਬੋਲੂ ਕਿਸੇ ਨੂੰ, ਮਿੱਠਾ ਬੋਲੂ, ਠੰਡਾ ਠੰਡਾ ਰਹੂ, ਟਕਾ ਨਾਲ ਚੱਲੂ, ਇਹੀ ਅਰਥ ਨੇ ਧਾਰਮਿਕ ਬੰਦੇ ਦੇ। ਪਿਆਰਿਓ ਦੱਸੋ, ਇਹੀ ਹੁੰਦਾ ਨਾ ਧਾਰਮਿਕ ਬੰਦਾ? ਕੱਲ ਮੈਨੂੰ ਪੱਤਰਕਾਰ ਪੁੱਛਦਾ ਹੈ, ਇੰਟਰਵਿਊ ਸ਼ਾਇਦ ਉਹ ਆ ਜਾਏਗੀ, ਕੱਲ ਤੱਕ ਪਾ ਦੇਣਗੇ ਪਤਾ ਨਹੀਂ, ਮੈਨੂੰ ਕਹਿੰਦੇ ਜੀ ਧਾਰਮਿਕ ਬੰਦੇ ਵਿੱਚ ਤੇ ਸ਼ਾਂਤੀ ਹੋਣੀ ਚਾਹੀਦੀ ਹੈ, ਠੰਡਾ ਹੋਣਾ ਚਾਹੀਦਾ ਹੈ। ਮੈਂ ਕਿਹਾ ਜੀ ਇਹ ਜਿਹੜੀ ਸ਼ਾਂਤੀ ਹੋਣੀ ਚਾਹੀਦੀ ਹੈ, ਠੰਡਾ ਹੋਣਾ ਚਾਹੀਦਾ ਹੈ, ਧਰਮ ਦੀ ਡੈਫੀਨੇਸ਼ਨ ਦਿੱਤੀ ਕਿਹਨੇ ਹੈ, ਦੱਸਿਆ ਕਿਹਨੇ ਵੀ ਇਦਾਂ ਦੇ ਹੁੰਦੇ ਨੇ ਧਾਰਮਿਕ ਬੰਦੇ? ਧਾਰਮਿਕ ਬੰਦਾ ਤੇ ਸ਼ਾਂਤ ਹੁੰਦਾ ਹੈ, ਠੰਡਾ ਹੁੰਦਾ ਹੈ, ਕਿਸੇ ਨੂੰ ਸਵਾਲ ਨਹੀਂ ਕਰਦਾ, ਕਿਸੇ ਨੂੰ ਬੋਲਦਾ ਨਹੀਂ, ਕਦੇ ਭੜਕਦਾ ਨਹੀਂ। ਧਾਰਮਿਕ ਬੰਦੇ ਦੀ ਤੇ ਡੈਫੀਨੇਸ਼ਨ ਹੀ ਇਹ ਹੈ। ਇਹ ਕਿਹਨੇ ਦਿੱਤੀ ਹੈ ਡੈਫੀਨੇਸ਼ਨ? ਫਿਰ ਆਪਾਂ ਚੁੱਪ ਅੱਗੋ। ਤੇ ਮੈਂ ਕੱਲ ਪੁੱਛਦਾ ਸੀ, ਮੈਂ ਕਿਹਾ ਜੀ ਤੁਸੀਂ ਪੱਤਰਕਾਰ ਹੋ? ਉਹ ਕਹਿੰਦੇ ਹਾਂ। ਮੈਂ ਕਿਹਾ ਲੋਕਾਂ ਨੂੰ ਸਵਾਲ ਪੁੱਛਦੇ ਹੋ ਨਾ, ਸਿਆਸੀ ਬੰਦਿਆਂ ਨੂੰ ਵੀ ਪੁੱਛਦੇ ਹੋ ਐਂ ਹੱਥ ਕਰ ਕਰਕੇ ਵੀ ਰਾਜਨੀਤੀ ਕਿੱਧਰ ਜਾਂਦੀ ਹੈ, ਆਹ ਬਿਆਨ ਕਿਵੇਂ ਦੇਤਾ, ਆਹ ਕਿਵੇਂ ਕਹਿਤਾ? ਕਹਿੰਦੇ ਹਾਂ ਕਰਦਾ ਮੈਂ ਸਵਾਲ। ਮੈਂ ਕਿਹਾ ਇਹਦਾ ਮਤਲਬ ਤੁਸੀਂ ਤੇ ਫਿਰ ਕਦੇ ਧਾਰਮਿਕ ਹੋ ਹੀ ਨਹੀਂ ਸਕਦੇ, ਧਾਰਮਿਕ ਤੇ ਠੰਡੇ ਠੰਡੇ ਹੁੰਦੇ ਆ, ਤੂੰ ਤੱਤਾ ਹੋਇਆ ਫਿਰਦਾ, ਤੂੰ ਤੇ ਕਦੇ ਵੀ ਧਾਰਮਿਕ ਨਹੀਂ ਹੋ ਸਕਦਾ, ਤੂੰ ਤੇ ਅਧਿਆਤਮਵਾਦੀ ਹੋ ਹੀ ਨਹੀਂ ਸਕਦਾ। ਜਿੰਨੇ ਬੰਦੇ ਐ ਜਿਹੜੇ ਗਰਮ ਹੋਣਗੇ, ਸਵਾਲ ਪੁੱਛਣਗੇ, ਗਲਤ ਨੂੰ ਗਲਤ ਕਹਿਣਗੇ, ਇਹਦਾ ਮਤਲਬ ਉਹ ਕਦੇ ਧਾਰਮਿਕ ਨਹੀਂ ਹੋ ਸਕਦੇ।
ਬਸ ਚੁੱਪ ਕਰਕੇ ਛਿੱਤਰ ਖਾਈ ਚੱਲੋ ਧਾਰਮਿਕ ਬਣੇ ਰੁੱਲ ਇਹ ਧਰਮ ਦੀ ਵਿਆਖਿਆ ਧਾਰਮਿਕ ਇਹੋ ਜਿਹੇ ਹੁੰਦੇ ਆ ਅਧਿਆਤਮਵਾਦੀ ਐ ਹੁੰਦੇ ਆ ਛਾਂਤ ਛਾਂਤ ਠੰਡੇ ਠੰਡੇ ਰਹੀ ਜਾਓ ਠੰਡੇ ਇਹ ਗਲਤ ਵਿਆਖਿਆ ਪਿਆਰਿਓ ਗੁਰੂ ਨਾਨਕ ਆਪਣਾ ਰੱਬ ਰੱਬ ਕਰਦੇ ਆ ਐ ਐ ਐ ਬੈਠੇ ਆ ਕਿਤੇ ਉਹ ਕਹਿੰਦੇ ਐ ਉਹ ਨਹਾਉਣ ਤੁਰੀ ਜਾਂਦੀ ਦੁਨੀਆ ਜਪਜੀ ਸਾਹਿਬ ਸ਼ੁਰੂ ਕਿੱਥੋਂ ਹੁੰਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਅੱਗੇ ਗੁਰਪ੍ਰਸਾਦ ਫਿਰ ਬਾਣੀ ਸ਼ੁਰੂ ਹੋ ਗਈ ਇੱਥੇ ਜਪ ਫਿਰ ਇੱਥੇ ਸਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਨਾਨਕ ਹੋਸੀ ਭੀ ਸੱਚ ਇਦੋਂ ਅੱਗੇ ਫਿਰ ਸ਼ੁਰੂ ਕੀ ਕਰਤਾ ਸੋਚੈ ਸੋਚ ਨਾ ਹੋਵਈ ਉਹ ਨਹਾਉਣ ਤੁਰ ਪਿਆ ਕੋਈ ਕਿਤੇ ਨਹਾਉਣ ਚੱਲਿਆ ਕੋਈ ਕਿਤੇ ਨਹਾਉਣ ਚੱਲਿਆ ਭਾਈ ਇਹਦੇ ਨਾਲ ਤਨ ਸੁੱਚਾ ਹੁੰਦਾ ਇਹਦੇ ਨਾਲ ਮਨ ਸੁੱਚਾ ਨਹੀਂ ਹੁੰਦਾ ਸਵਾਲ ਕੁਐਸਚਨ ਤਿੱਖੀ ਗੱਲ ਤੀਰਥਾਂ ਤੇ ਜਾਣ ਵਾਲੇ ਨੂੰ ਚੁਬੂ ਕਿ ਨਹੀਂ ਚੁਬੂ ਦੱਸੋ ਬਈ ਬੋਲੋ ਪਿਆਰਿਓ ਫਿਰ ਐ ਆ ਕਿਤੇ ਵੀ ਵਾਹਿਗੁਰੂ ਵਾਹਿਗੁਰੂ ਉਹ ਕਹਿੰਦੇ ਜਿਹੜਾ ਆ ਜਾਣੇ ਉਹਦੇ ਨਾਲ ਹੋਊਗੀ ਮਨ ਸੁੱਚਾ ਨਹੀਂ ਹੋਣਾ ਇੱਥੋਂ ਸ਼ੁਰੂ ਹੁੰਦਾ ਗੁਰੂ ਗ੍ਰੰਥ ਸਾਹਿਬ ਸਾਨੂੰ ਅਧਿਆਤਮਿਕਤਾ ਦੀ ਡੈਫੀਨੇਸ਼ਨ ਗਲਤ ਦੱਸੀ ਗਈ ਹੈ ਵੀ ਸਪਿਰਚੁਅਲ ਬੰਦੇ ਤੇ ਚੁੱਪ ਰਹਿੰਦੇ ਆ ਧਾਰਮਿਕ ਬੰਦੇ ਬਣੋ ਜਿੰਨੇ ਧਾਰਮਿਕ ਬਣ ਜਾਣਗੇ ਜਿੰਨੇ ਸਿਆਣੇ ਹੋਣਗੇ ਜਿੰਨੇ ਬੰਦੇ ਅਧਿਆਤਮਵਾਦੀ ਹੁੰਦੇ ਆ ਉਹ ਸ਼ਾਂਤ ਸ਼ਾਂਤ ਰਹਿੰਦੇ ਆ ਜੀ ਧਾਰਮਿਕ ਬੰਦੇ ਤੇ ਠੰਡੇ ਠੰਡੇ ਹੋਣੇ ਚਾਹੀਦੇ ਆ ਜਿੰਨਾ ਬੰਦਾ ਡੂੰਘਾ ਹੋ ਜੇ ਉਨਾ ਹੀ ਚੁੱਪ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਇਹ ਸਮਝਾਇਆ ਜਾਂਦਾ ਹੈ ਪਰ ਪਤਾ ਨਹੀਂ ਇਹ ਕਿਹੜੇ ਧਰਮ ਦੀ ਵਿਆਖਿਆ ਕਰਦੇ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਜੋ ਦੱਸਿਆ ਹੈ ਉਹਦੇ ਮੁਤਾਬਕ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਖਾਂ ਬੰਦ ਕਰਕੇ ਐਦਾਂ ਬੈਠੇ ਰਹਿਣਾ ਹੀ ਧਰਮ ਨਹੀਂ ਹੁੰਦਾ ਅੱਖਾਂ ਬੰਦ ਕਰਕੇ ਐਦਾਂ ਬੈਠਣ ਨੂੰ ਬੰਦਗੀ ਨਹੀਂ ਕਹਿੰਦੇ ਧਾਰਮਿਕ ਬੰਦੇ ਉਹ ਹੈ ਜੋ ਸਮਾਜ ਵਿੱਚ ਗਲਤ ਹੋ ਰਿਹਾ ਹੈ ਮੇਰੇ ਰੱਬ ਦੀ ਬਣਾਈ ਹੋਈ ਕੋਠੀ ਹੈ ਆ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਿਵੇਂ ਤੁਸੀਂ ਆਪਣੇ ਪਿਓ ਦੇ ਘਰ ਤੁਹਾਡੇ ਪਿਤਾ ਨੇ ਘਰ ਬਣਾਇਆ ਹੈ ਤੇ ਕੋਈ ਬੰਦਾ ਵਿੱਚ ਖਰਾਬੀ ਕਰਦਾ ਤੁਸੀਂ ਕਹਿੰਦੇ ਯਾਰ ਮਸਾਂ ਮੇਰੇ ਪਿਓ ਨੇ ਬਣਾਇਆ ਆ ਵਿੱਚ ਖਰਾਬੀ ਕਰਨ ਵਾਲਾ ਕਿਹੜਾ ਆ ਗਿਆ ਉਹਨੂੰ ਪੁੱਛ ਜੇ ਤੇਰੇ ਪਿਓ ਨਾਲ ਪਿਆਰ ਹੈ ਤੇਰਾ ਪਿਓ ਦੇ ਘਰ ਨਾਲ ਪਿਆਰ ਕਰਦਾ ਉਹਨੂੰ ਸਵਾਲ ਕਰ ਵੀ ਮੇਰੇ ਪਿਓ ਦੇ ਘਰ ਨੂੰ ਖਰਾਬ ਕਿਉਂ ਕਰਦਾ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਆ ਕੋਠੀ ਦੇ ਵਿੱਚ ਤੂੰ ਗੰਦ ਕਿਉਂ ਪਾਤਾ ਆ ਕੇ ਇੰਨੀ ਸੋਹਣੀ ਦੁਨੀਆ ਨੂੰ ਗੰਦਲੀ ਕਰੀ ਜਾਂਦਾ ਹੈ ਖਰਾਬ ਕਰੀ ਜਾਂਦਾ ਹੈ ਪਰਮਾਤਮਾ ਧਿਆਨ 'ਚ ਹੈ ਰੱਬ ਜਿਨ੍ਹਾਂ ਦੇ ਧਿਆਨ 'ਚ ਹੈ ਉਹ ਸਵਾਲ ਕਰਦੇ ਹੈ ਕਿੱਧਰ ਨੂੰ ਮੂੰਹ ਚੁੱਕਿਆ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਆ ਚੁੱਪ ਕਰਕੇ ਤੁਸੀਂ ਬਹਿ ਗਏ ਬੋਲੋ ਚੁੱਪੈ ਚੁੱਪ ਨਾ ਹੋਵੀ ਤੁਹਾਡਾ ਮਨ ਤੇ ਚੁੱਪ ਨਹੀਂ ਕਰਦਾ ਮੂੰਹ ਤੋਂ ਜ਼ਬਾਨ ਬੰਦ ਕਰ ਲਈ ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਿਵਤਾ ਹੁਣ ਸਾਡੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਚੁੱਪ ਕਰਕੇ ਨਹੀਂ ਸਰਨਾ ਤੇ ਸਾਡੇ ਚੁੱਪ ਕਰਨ ਨੂੰ ਬੰਦਗੀ ਸਮਝਦੇ ਐ ਵੀ ਜਿੰਨਾ ਚਿਰ ਜ਼ਿਆਦਾ ਚੁੱਪ ਕਰਕੇ ਬੈਠੇ ਰਹੋਗੇ ਐ ਕਰਕੇ ਕਹਿਣਗੇ ਬਹੁਤ ਵਧੀਆ ਇਹੋ ਜੇ ਚੁੱਪ ਹੋਏ ਐ ਦਫ਼ਤਰਾਂ 'ਚ ਗੰਦ ਪੈ ਗਿਆ ਤਾਂ ਨਹੀਂ ਕੋਈ ਬੋਲਿਆ ਚੁੱਪ ਕਰਕੇ ਧਰਮੀ ਧਰਮੀ ਬੰਦੇ ਚੁੱਪ ਕਰ ਗਏ ਅਕਾਲ ਤਖ਼ਤ ਦੇ ਜਥੇਦਾਰ ਵਿਗੜ ਗਏ ਤਾਂ ਧਰਮੀ ਬੰਦੇ ਚੁੱਪ ਨੇ ਨਾਮ ਜਪਣ ਵਾਲੇ ਚੁੱਪ ਨੇ ਕੋਈ ਨਹੀਂ ਬੋਲਦਾ ਨਸ਼ੇ ਸ਼ਰੇਆਮ ਵਿਕਦੇ ਨੇ ਤਾਂ ਚੁੱਪ ਨੇ ਜਵਾਨੀ ਦਾ ਬੇੜਾ ਗਰਕ ਹੋ ਗਿਆ ਤਾਂ ਚੁੱਪ ਨੇ ਪਤਾ ਨਹੀਂ ਕਿਹੋ ਜੀ ਚੁੱਪ ਸਿਖਾਈ ਆ ਵੀ ਨਾਮ ਜਪਣ ਵਾਲੇ ਚੁੱਪ ਰਹਿੰਦੇ ਨੇ ਬੋਲਿਆ ਹੀ ਨਹੀਂ ਕੋਈ ਖਲਾਰਾ ਵੇਖੋ ਕਿੰਨਾ ਪੈ ਗਿਆ ਪਰ ਜਿਹੜੇ ਬਾਬਿਆਂ ਦੀਆਂ ਗੱਲਾਂ ਕਰਦੇ ਹੋ ਉਹ ਬਾਬੇ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਉਹ ਸਾਰੇ ਬੋਲੇ ਆ ਉਹਨਾਂ ਦੀ ਅਧਿਆਤਮਿਕਤਾ ਬੋਲਣ ਤੇ ਖੜੀ ਹੈ ਉਹ ਸਪਿਰਚੁਐਲਿਟੀ ਬੋਲਣ ਤੇ ਹੈ ਉਹ ਸਾਰੇ ਉਹ ਨੇ ਜਿਹੜੇ ਉਸ ਵੇਲੇ ਦੇ ਸਿਸਟਮ ਦੇ ਗਲਤ ਸਿਸਟਮ ਦੇ ਖਿਲਾਫ ਬੋਲੇ ਆ ਸਾਡੇ ਭਗਤ ਦੀ ਵਿਆਖਿਆ ਕੀ ਹੈ ਐ ਬਹਿਣਾ ਪਰ ਮੈਂ ਇਹ ਮੰਨਦਾ ਭਗਤ ਦੀ ਵਿਆਖਿਆ ਹੈ ਇਨਕਲਾਬੀ ਹੋਣਾ ਲੋਕਾਂ 'ਚ ਜਜ਼ਬਾ ਭਰਨਾ ਜੋਸ਼ ਭਰਨਾ ਹੱਕਾਂ ਦੀ ਗੱਲ ਕਰਨੀ ਇਨਕਲਾਬੀ ਹੋਣਾ ਭਗਤ ਹੋਣਾ ਹੈ
ਚੁੱਪ ਕਰਕੇ ਚੁੱਪ ਗੜੁੱਪ ਹੋ ਕੇ ਗੁਪਤ ਹੋ ਕੇ ਬਹਿ ਜਾਣਾ ਇਹ ਤੇ ਭਾਈ ਪਹਿਲਾਂ ਵੀ ਦੁਨੀਆ 'ਚ ਬਥੇਰੇ ਜੋਗੀ ਬੈਠੇ ਸੀ ਕੰਦਰਾਂ 'ਚ ਵੜ ਕੇ ਜੋਗੀ ਕੰਦਰਾਂ 'ਚ ਵੜ ਕੇ ਬੈਠੇ ਸੀ ਇਹ ਕੁਝ ਤੇ ਪਹਿਲਾਂ ਵੀ ਚੱਲਦਾ ਸੀ ਨਵਾਂ ਧਰਮ ਫਿਰ ਇਹਦੇ ਵਿੱਚ ਕੀ ਹੈ ਆ ਜਿਹੜਾ ਚੁੱਪ ਗੜੁੱਪ ਹੋ ਕੇ ਬਹਿਣਾ ਇਹ ਤੇ ਪਹਿਲਾਂ ਵੀ ਬਥੇਰਾ ਹੈ ਸੀ ਬੋਲੋ ਨਾ ਸ਼ਾਂਤ ਰਹੋ ਠੰਡੇ ਰਹੋ ਤੁਹਾਡੇ 'ਚ ਕਿੰਨੇ ਕੁ ਬੰਦੇ ਧਾਰਮਿਕ ਆਪਾਂ ਸਾਰੇ ਹੀ ਧਾਰਮਿਕ ਆ ਜੀ ਆਪਾਂ ਧਾਰਮਿਕ ਬੰਦੇ ਥੋੜਾ ਬੋਲਦੇ ਆ ਸਰਪੰਚ 20 ਲੱਖ ਦੀ ਗ੍ਰਾਂਟ ਖਾ ਜੇ ਧਾਰਮਿਕ ਥੋੜਾ ਬੋਲੂ ਸ਼ਾਂਤ ਰਹੀਦਾ ਤੇ ਜੇ ਤੁਸੀਂ ਬੋਲੋਗੇ ਤੇ ਧਾਰਮਿਕ ਬੰਦਾ ਜਾ ਕੇ ਪੁੱਛੇਗਾ ਵੀ 20 ਲੱਖ ਗ੍ਰਾਂਟ ਖਾ ਗਿਆ ਤੇ ਸਰਪੰਚ ਕਵੇ ਤੇਰੇ ਵੱਖੀ 'ਚ 6 ਦੀਆਂ 6 ਲੰਘਾ ਦੂ ਜੇ ਐ ਬੋਲੇ ਸਰਪੰਚ ਐ ਬੋਲੇ ਅੱਗੋਂ ਵੀ ਤੇਰੀ ਵੱਖੀ 'ਚ 6 ਦੀਆਂ 6 ਲੰਘਾ ਦੂ ਤੇ ਉਹ ਜਿਹੜਾ ਧਾਰਮਿਕ ਬੰਦਾ ਹੈ ਉਹ ਮੁੜ ਕੇ ਕਵੇ ਯਾਰ ਆਹ ਤੇ ਗੱਲ ਮਾੜੀ ਹੈ ਤੇ ਪੱਤਰਕਾਰ ਆ ਕੇ ਕਹਿਣ ਧਾਰਮਿਕ ਬੰਦਾ ਥੋੜਾ ਬੋਲਦਾ ਹੁੰਦਾ ਚਿੱਤਰ ਖਾ ਗੋਲੀਆਂ ਖਾ ਚੁੱਪ ਰਹਿ ਕਿਉਂ ਬੋਲਦਾ ਧਾਰਮਿਕ ਬੰਦੇ ਥੋੜਾ ਬੋਲਦੇ ਆ ਇਹ ਧਰਮ ਕਿੱਥੋਂ ਆਇਆ ਹੈ ਤੁਹਾਨੂੰ ਲੱਗਦਾ ਨਹੀਂ ਵੀ ਸਾਨੂੰ ਸਵਾਉਣ ਵਾਸਤੇ ਇਹ ਗੋਲੀ ਦਿੱਤੀ ਇਹਨਾਂ ਨੇ ਧਰਮ ਦੇ ਨਾਂ ਧਰਮ ਧਰਮ ਕਰਕੇ ਧਾਰਮਿਕ ਬੰਦੇ ਬਣਾ ਕੇ ਸਾਰੇ ਚੁੱਪ ਨਹੀਂ ਕਰਾਉਂਦੇ ਇਹਨਾਂ ਨੇ ਧਾਰਮਿਕ ਧਾਰਮਿਕ ਕਹਿ ਕੇ ਸ਼ਾਂਤ ਕਰਤੇ ਸਾਰੇ ਠੰਡੇ ਨਹੀਂ ਕਰਦੇ ਤੁਹਾਨੂੰ ਲੱਗਦਾ ਨਹੀਂ ਹੋਰ ਕੋਈ ਗੋਲੀ ਕੰਮ ਨਹੀਂ ਕੀਤੀ ਧਰਮ ਦੇ ਨਾਂ ਤੇ ਗੋਲੀ ਦੇ ਦਿੱਤੀ ਚੁੱਪ ਕਰਾ ਦਿਓ ਸਾਰੇ ਧਾਰਮਿਕ ਬੰਦੇ ਤੇ ਸ਼ਾਂਤ ਹੁੰਦੇ ਆ ਠੰਡੇ ਹੁੰਦੇ ਆ ਚੌਂਕੜੇ ਮਾਰ ਕੇ ਬਹਿੰਦੇ ਆ ਬੋਲਦੇ ਨਹੀਂ ਧਾਰਮਿਕ ਬੰਦੇ ਦੇ ਕੈਸੇ ਛਾਤਰ ਬੰਦੇ ਨੇ ਵੇਖੋ ਚੁੱਪ ਕਿਵੇਂ ਕਰਾਇਆ ਸਾਨੂੰ ਤੇ ਆਪਾਂ ਨੂੰ ਵੀ ਐਂ ਲੱਗੀ ਜਾਂਦਾ ਚਸਕਾ ਪੈ ਗਿਆ ਸਾਨੂੰ ਵੀ ਜੇ ਅਸੀਂ ਬੋਲੇ ਫਿਰ ਗਰਮ ਖਿਆਲੀਏ ਬਣ ਜਾਾਂਗੇ ਫਿਰ ਐਂ ਲੱਗੂ ਵੀ ਹਉਮੈ ਬਹੁਤ ਭਰੀ ਪਈ ਹੈ ਇਹ ਤੇ ਹੰਕਾਰਿਆ ਹੋਇਆ ਹੈ ਇਹ ਤੇ ਐਂ ਫਿਰ ਮੇਰੀ ਟੌਰ ਨਹੀਂ ਰਹਿਣੀ ਫਿਰ ਆਪਾਂ ਵੀ ਸਾਰੇ ਐਂ ਧਾਰਮਿਕ ਬਣਨਾ ਚਾਹੁੰਦੇ ਆ ਨਾ ਪਿਆਰਿਓ ਧਾਰਮਿਕ ਬੰਨਣਾ ਚਾਹੁੰਦਾ ਇੱਕ ਗੱਲ ਵੇਖੋ ਅਸੀਂ ਕਿਸੇ ਜੋਗੀ ਨੂੰ ਗੁਰੂ ਮੰਨਦੇ ਆ ਪਿਆਰੇ ਦੱਸੋ ਬੋਲੋ ਜੀ ਨਾ ਬਾਹਮਣਾ ਵਾਲੇ ਪਖੰਡ ਨੂੰ ਨਾ ਅਸੀਂ ਗਿਆਨ ਨੂੰ ਗੁਰੂ ਮੰਨਦੇ ਆ ਹਾਂ ਗਿਆਨ ਨੂੰ ਮੰਨਦੇ ਆ ਅੱਛਾ ਜੇ ਤੇ ਕਰੋਗੇ ਬਾਹਮਣਾ ਵਾਲਾ ਪਖੰਡ ਬ੍ਰਹਮਣੀ ਕਰਮ ਕਾਂਡ ਜਿਹੜਾ ਬ੍ਰਹਮਣੀ ਵਾਲਾ ਕਰਮ ਕਾਂਡ ਹੈ ਤੁਸੀਂ ਉਹ ਮੂਰਤੀ ਦੇ ਅੱਗੇ ਐ ਸਵੇਰੇ ਐ ਐ ਨੇ ਧੂਣੀ ਜੀ ਲਾ ਲੈਂਦਾ ਧੂਣਾ ਬਾਲ ਲੈਂਦਾ ਧੂਫ ਲਾ ਲਈ ਜੋਤ ਲਾ ਲਈ ਮੂਰਤੀ ਦੇ ਅੱਗੇ ਐ ਥਾਲੀ ਘੁਮਾ ਲੈਂਦਾ ਆਪਾਂ ਧਾਰਮਿਕ ਬੰਦੇ ਬਣਨਾ ਨਾ ਤੁਸੀਂ ਸਾਰੇ ਵੀਰੋ ਨੋਟ ਕਰਿਓ ਏਦਾਂ ਕਰਿਓ ਅੱਜ ਤੋਂ ਤਜਰਬਾ ਕਰਕੇ ਵੇਖਿਓ ਆਪਣੇ ਘਰੇ ਧੂਫ ਲਾ ਲਿਓ ਇੱਕ ਪਾਣੀ ਦੀ ਗੜਵੀ ਰੱਖ ਲਿਓ ਜੋਤ ਰੱਖ ਲਿਓ ਇੱਕ ਫੋਟੋ ਤੇ ਹਾਰ ਜਿਹਾ ਪਾ ਕੇ ਥੱਲੇ ਕੱਪੜਾ ਜਿਹਾ ਵਿਛਾ ਕੇ ਐ ਐ ਸਵੇਰੇ ਪਹਿਲਾਂ ਬੱਤੀ ਵੱਟੀ ਜਾਇਓ 2-10 ਮਿੰਟ ਇਹਦੇ ਤੇ ਲੱਗ ਜਾਣਗੇ ਫਿਰ ਘਿਓ ਪਾਉਣ ਤੇ ਲੱਗ ਜਾਣਗੇ ਫਿਰ ਧੂਫ ਲੈ ਕੇ ਸਾਰੇ ਕਮਰਿਆਂ 'ਚ ਗੇੜਾ ਦੇ ਕੇ ਆਈ ਫਿਰ ਐ ਮੱਥਾ ਟੇਕੀ ਜਾਈ ਫਿਰ ਪਾਠ ਕਰਕੇ ਜੋ ਕੋਲ ਜਲ ਰੱਖ ਲਿਆ ਉਹ ਜਲ ਵੀ ਐ ਛਿੱਟਾ ਦੇ ਆਈ ਸਾਰੇ ਕਮਰੇ ਦੇ ਵਿੱਚ ਜਾ ਕੇ ਸੁਣਿਓ ਤੇਰੇ ਪਰਿਵਾਰ ਵਾਲੇ ਤੇਰੇ ਘਰ ਵਾਲੇ ਤੇਰੇ ਪਿੰਡ ਵਾਲੇ ਜਿਹੜੇ ਤੈਨੂੰ ਵੇਖਣਗੇ ਐ ਲੱਗੂ ਨਹੀਂ ਵੀ ਧਾਰਮਿਕ ਬੰਦਾ ਵਧੀਆ ਵਧੀਆ ਕਹਿਣਗੇ ਕਿ ਨਹੀਂ ਕਹਿਣਗੇ ਦੱਸੋ ਜੀ ਐ ਨਹੀਂ ਕਹਿਣਗੇ ਵੀ ਬਹੁਤ ਬੰਦਾ ਧਾਰਮਿਕ ਹੈ ਚੰਗਾ ਹੈ ਰਿਸ਼ਤੇਦਾਰੀ ਵਿੱਚ ਵੀ ਫੋਟੋ ਵੀ ਨਾਲ ਲੈ ਜੀ ਨਾਲ ਹੀ ਥਾਲੀ 'ਚ ਰੱਖ ਕੇ ਲੈ ਜੀ ਦੀਵੇ ਦੂਵੇ ਸਾਰੇ ਆਪਦੇ ਉੱਥੇ ਵੀ ਕੀ ਕਹਿਣਗੇ ਜਿਹੜੀ ਰਿਸ਼ਤੇਦਾਰੀ ਤੁਹਾਨੂੰ ਸਹੁਰੇ ਘਰੇ ਜਾ ਕੇ ਜਦੋਂ ਐਂ ਦਵਾਈ ਕਰੂ ਸਵੇਰੇ ਹੀ ਤੇ ਸੱਸਾਂ ਕੀ ਕਹਿਣਗੀਆਂ ਸਾਨੂੰ ਤੇ ਭਗਤ ਮਿਲ ਗਿਆ ਸੰਤੀ ਮਿਲ ਗਿਆ ਸਾਨੂੰ ਹਾਂ ਬਾਲਾ ਚੰਗਾ ਜਵਾਈ ਮਿਲਿਆ ਸਾਨੂੰ ਬਾਕੀ ਦੇ ਮੁਰਗੇ ਮੰਗਦੇ ਆ ਇਹ ਐ ਬਹਿ ਜਾਂਦਾ ਸਵੇਰੇ ਉੱਠ ਕੇ ਬੰਦਾ ਹੀ ਬਹੁਤ ਚੰਗਾ ਕਿਉਂ ਜੀ ਸੋਭਾ ਮਿਲੂ ਕਿ ਨਹੀਂ ਮਿਲੂ ਬੋਲੋ ਪਿਆਰਿਓ ਬਾਜ਼ਾਰੀ ਵਾਲਾ ਜਿਹੜਾ ਢਾਂਚਾ ਹੈ ਇਹ ਦਿੰਦਾ ਸਤਿਕਾਰ ਬਹੁਤ ਸਤਿਕਾਰ ਹੋਊ ਤੁਹਾਡਾ ਤੁਹਾਡੀ ਟੌਰ ਬਣਦੀ ਵੇਖਿਓ ਅੱਛਾ ਇੱਕ ਹੈ ਜੋਗੀਆਂ ਵਾਲਾ ਢਾਂਚਾ ਜਿਹੜਾ ਜੋਗੀਆਂ ਵਾਲਾ ਢਾਂਚਾ ਹੈ ਇਹ ਵੀ ਬਹੁਤ ਸਤਿਕਾਰ ਕਰਾਉਂਦਾ ਹੈ ਜੋਗੀਆਂ ਦੇ ਕੋਲ ਕੀ ਹੈ ਜੀ ਧਿਆਨ ਲਾਉਣਾ ਐਦਾਂ ਰੀੜ ਦੀ ਹੱਡੀ ਸਿੱਧੀ ਰੱਖੋ ਐਦਾਂ ਕਰਕੇ ਇੱਥੇ ਧਿਆਨ ਲਾ ਕੇ ਐ ਬੈਠੋ ਹੱਥ ਐ ਕਰਕੇ ਰੱਖੋ ਐਦਾਂ ਬੈਠੋ ਜੋਗੀਆਂ ਵਾਲਾ ਕੰਮ ਕਰਿਓ ਅੱਧਾ ਘੰਟਾ ਰਿਸ਼ਤੇਦਾਰੀ 'ਚ ਵੇਖ ਲਿਓ ਕਰਕੇ ਜਾ ਕੇ ਸਵੇਰੇ ਹੀ ਨਹਾ ਕੇ ਐ ਬਹਿ ਜਾਓ ਵਾਲ ਖੁੱਲ੍ਹੇ ਰੱਖ ਕੇ ਉੱਤੇ ਕੱਪੜਾ ਰੱਖ ਕੇ ਐ ਬਹਿ ਜਾਓ
ਪਿੰਡ ਚ ਵੇਖ ਲਿਓ ਇਲਾਕੇ ਚ ਕਰਕੇ ਵੇਖਿਓ ਹੋਊ ਬੱਲੇ ਬੱਲੇ ਕਿ ਨਹੀਂ ਰਿਸਪੈਕਟ ਮਿਲੂ ਅੱਛਾ ਛੱਡੋ ਹੁਣ ਹੁਣ ਇੱਕ ਕੰਮ ਕਰਿਓ ਆਪਣਾ ਗੁਰੂ ਨਾ ਜੋਗੀ ਹੈ ਤੇ ਨਾ ਬ੍ਰਹਮਣ ਹੈ ਦੋਵੇਂ ਹੀ ਨਹੀਂ ਹੈ ਤੇ ਨਹੀਂ ਪਰ ਸਾਡੇ ਕੰਮ ਬਾਬਿਆਂ ਨੇ ਇਹੀ ਕਰਾਉਂਦੇ ਨੇ ਵੀ ਆਹ ਐਂ ਕਰ ਲਓ ਆਹ ਐਂ ਕਰ ਲਓ ਸਾਡੇ ਧਰਮ ਤੇ ਸਾਡੀ ਮੱਤ ਤੇ ਸਾਡੀ ਸੋਚ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉੱਤੇ ਦੋ ਚੀਜ਼ਾਂ ਦਾ ਬਹੁਤ ਪ੍ਰਭਾਵ ਪਾਤਾ ਸਾਡੇ ਬੰਦਿਆਂ ਨੇ ਜੋਗ ਮੱਤ ਦਾ ਤੇ ਦੂਜਾ ਬ੍ਰਹਮਣਿਜ਼ਮ ਦਾ ਬ੍ਰਹਮਣ ਮੱਤ ਦਾ ਪ੍ਰਭਾਵ ਪਾਤਾ ਤੌਰ ਬਣਾਉਣ ਦੇ ਮਾਰਿਆਂ ਨੇ ਉਹ ਵਿੱਚ ਵਾੜ ਲਿਆ ਜੋਗੀਆਂ ਵਾਲਾ ਮੱਤ ਵੀ ਵਾੜ ਲਿਆ ਬ੍ਰਹਮਣ ਵਾਲਾ ਵੀ ਵਾੜ ਲਿਆ ਹੁਣ ਸਤਿਕਾਰ ਬਹੁਤ ਹੁੰਦਾ ਧਾਰਮਿਕ ਬੰਦਿਆਂ ਦਾ ਜਿਹੜਾ ਐ ਬੈਠੂ ਜੋਗੀਆਂ ਵਾਲੇ ਕੰਮ ਕਰੂ ਧਾਰਮਿਕ ਬੰਦਾ ਉਹਦਾ ਸਤਿਕਾਰ ਬਹੁਤ ਹੋਊ ਜਿਹੜਾ ਥਾਲੀਆਂ ਵਾਲਾ ਕੰਮ ਕਰੂ ਐ ਕਰਕੇ ਧੂਫਾਂ ਜੋਤਾਂ ਵਾਲਾ ਉਹਦਾ ਵੀ ਸਤਿਕਾਰ ਬਹੁਤ ਹੋਊ ਪਰ ਆਪਣਾ ਗੁਰੂ ਕੀ ਹੈ ਜੀ ਗੱਜ ਕੇ ਦੱਸੋ ਬਈ ਲਓ ਹੁਣ ਗਿਆਨ ਵਾਲੀ ਗੱਲ ਕਰਕੇ ਵੇਖਿਓ ਛਿੱਤਰ ਪੈਂਦੇ ਵੇਖਿਓ ਆਖੋ ਸਤਨਾਮ ਇਹਦੇ ਤੇ ਸਤਿਕਾਰ ਭਾਲਦਾ ਤੂੰ ਗਿਆਨ ਵਾਲੀ ਗੱਲ ਕਰਿਓ ਪਰਿਵਾਰ ਚ ਕਰਿਓ ਗਿਆਨ ਵਾਲੀਆਂ ਗੱਲਾਂ ਬੇਬੇ ਆਹ ਠੀਕ ਨਹੀਂ ਬਾਪੂ ਆਹ ਠੀਕ ਨਹੀਂ ਘਰ ਦਾ ਐਂ ਕਰ ਲਈਏ ਭਰਾਵਾ ਆਹ ਠੀਕ ਨਹੀਂ ਬੱਚਿਓ ਐਂ ਠੀਕ ਨਹੀਂ ਤੇ ਬੱਚੇ ਗਿਆਨ ਵਾਲੀਆਂ ਗੱਲਾਂ ਸੁਣਨੀਆਂ ਦੱਸੋ ਚਲੋ ਬੱਚਿਆਂ ਦੀ ਛੱਡੋ ਆਪਾਂ ਗਿਆਨ ਕਿੰਨਾ ਕੁ ਚੰਗਾ ਲੱਗਦਾ ਬਾਪੂ ਗਿਆਨ ਹੀ ਦਿੰਦਾ ਹੈ ਵੀ ਉੱਠ ਪਿਆ ਕਰ ਤੁਰ ਤੜਕੇ ਹੀ ਤੂੰ ਆਟੋ ਵੇਦਕ ਪਿਆ ਰਹਿੰਦਾ ਇਹ ਗਿਆਨ ਹੈ ਕਿੰਨਾ ਕੁ ਚੰਗਾ ਲੱਗਦਾ ਗਿਆਨ ਗਿਆਨ ਕਿੰਨਾ ਕੁ ਚੰਗਾ ਲੱਗਦਾ ਬੇਬੇ ਜਦੋਂ ਕਹਿੰਦੀ ਹੈ ਵੀ ਉੱਠ ਪਿਆ ਕਰ ਕਿਉਂ ਦਸ ਵਜੇ ਤੱਕ ਪਿਆ ਰਹਿੰਦਾ ਇਹ ਗਿਆਨ ਹੈ ਇਹ ਗਿਆਨ ਹੈ ਕਿ ਨਹੀਂ ਕਿੰਨਾ ਕੁ ਚੰਗਾ ਲੱਗਦਾ ਤਿੱਖੀਆਂ ਲੱਗਦੀਆਂ ਨੇ ਨਾ ਗੱਲਾਂ ਗਿਆਨ ਵਾਲਾ ਰਾਹ ਸੱਚੀ ਦੱਸਾਂ ਇਹਦੇ ਵਿੱਚ ਛਿੱਤਰ ਪੈਣੇ ਹੀ ਪੈਣੇ ਇਹਦੇ ਵਿੱਚ ਪੱਗਾਂ ਲੈਣੀਆਂ ਹੀ ਲੈਣੀਆਂ ਨੇ ਇਹਦੇ ਵਿੱਚ ਤਵੀਆਂ ਨੇ ਇਹਦੇ ਵਿੱਚ ਨੀਹਾਂ ਨੇ ਇਹਦੇ ਵਿੱਚ ਦੇਗੇ ਹੈ ਇਹਦੇ ਵਿੱਚ ਚਰਖੜੀਆਂ ਹੈ ਹਰ ਬੰਦਾ ਜੋਗੀਆਂ ਵਾਲਾ ਤੇ ਬਾਹਮਣਾਂ ਵਾਲਾ ਰਾਹ ਅਪਣਾਉਣਾ ਚਾਹੁੰਦਾ ਹੈ ਲੇਬਲ ਲੱਗਾ ਸਿੱਖਾਂ ਦਾ ਰਾਹ ਜੋਗੀਆਂ ਤੇ ਬਾਹਮਣਾਂ ਵਾਲਾ ਹੈ ਗਿਆਨ ਵਾਲਾ ਰਾਹ ਤੁਰ ਕੇ ਵੇਖ ਅਗਲਾ ਕਹਿੰਦਾ ਛੱਡ ਪਰੇ ਕਾਹਨੂੰ ਬੁਰੇ ਬਣਨਾ ਆਖੋ ਸਤਨਾਮ ਧਾਰਮਿਕ ਬੰਦੇ ਤੇ ਸ਼ਾਂਤ ਰਹਿੰਦੇ ਹੈ ਧਾਰਮਿਕ ਬੰਦੇ ਤੇ ਠੰਡੇ ਰਹਿੰਦੇ ਹੈ ਧਾਰਮਿਕ ਬੰਦੇ ਥੋੜੀ ਬੋਲਦੇ ਹੁੰਦੇ ਹੈ ਹਾਏ ਓਏ ਰੱਬਾ ਕਹੇ ਜੀ ਗੋਲੀ ਦੇਤੀ ਇਹਨਾਂ ਬੰਦਿਆਂ ਨੇ ਠੰਡੇ ਕਰਤੇ ਸਾਰੇ ਹੀ ਸ਼ਾਂਤ ਕਰਤੇ ਜਿੰਨੇ ਅੱਜ ਬੜਕ ਸੀ ਸਾਰਿਆਂ ਦੀ ਮਾਰਤੀ ਗਾਤਰਾ ਪਵਾਗ ਲੈ ਅੰਮ੍ਰਿਤ ਛਕ ਲੈ ਸਿੰਘ ਸੱਜ ਜਾ ਛਾਂਤ ਛਾਂਤ ਰਿਹਾ ਕਰ ਭਾਈ ਮੈਂ ਪਤਾ ਕਿਉਂ ਮੇਰੇ ਅੰਦਰ ਇਹ ਸਵਾਲ ਆਇਆ ਮੈਂ ਤਿੰਨ ਚਾਰ ਪੱਤਰਕਾਰ ਐਦਕੀ ਕੱਲ੍ਹ ਤੇ ਪਰਸੋਂ ਚ ਨੋਟ ਕੀਤੇ ਹੈ ਜਿਹੜਾ ਮੇਰੇ ਕੋਲ ਬਹਿੰਦਾ ਬਹਿਣ ਸਾਰੀ ਕਹਿੰਦਾ ਭਾਈ ਸਾਹਿਬ ਮੈਂ ਕਿਹਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਨਹੀਂ ਕਿ ਸਪਿਰਚੁਅਲ ਬੰਦੇ ਅਧਿਆਤਮਵਾਦੀ ਬੰਦੇ ਰੂਹਾਨੀਅਤ ਵਾਲੇ ਬੰਦੇ ਸ਼ਾਂਤ ਹੋ ਜਾਂਦੇ ਹੈ ਤੁਹਾਨੂੰ ਗੁੱਸਾ ਕਿਉਂ ਆਉਂਦਾ ਮੈਂ ਕਿਹਾ ਪਤਾ ਨਹੀਂ ਆਹ ਆਹ ਵੇਖੋ ਮੈਂ ਕਿਹਾ ਯਾਰ ਗੁੱਸਾ ਤੇ ਉਹਨੂੰ ਪੁੱਛ ਜਿਹੜੇ ਕਹਿੰਦੇ 6 ਗੋਲੀਆਂ ਮਾਰਾਂਗੇ ਗੁੱਸਾ ਤੂੰ ਮੈਨੂੰ ਪੁੱਛੀ ਜਾਂਦਾ ਇਹ ਤੇ ਉਹਨਾਂ ਤੋਂ ਸਵਾਲ ਕਰ ਅਸੀਂ ਕਿਸੇ ਨੂੰ ਮਾਰਨ ਜਾਂਦੇ ਹਾਂ ਕਿਸੇ ਨਾਲ ਧੱਕਾ ਕਰਦੇ ਹਾਂ ਆਪਣੀ ਗੱਲ ਕਰਦੇ ਹਾਂ ਇਦਾਂ ਹੀ ਕਰਦਾ ਮੈਂ ਜਿੰਨੇ ਮਰਜ਼ੀ ਦੀਵਾਨ ਸੁਣ ਲਓ ਆਹੀ ਸਟਾਈਲ ਹੈ ਹੋਰ ਕੀ ਆਪਣੀ ਗੱਲ ਕਹਿਣੀ ਗੁੱਸਾ ਕੀ ਹੈ ਨਕਲੀ ਬ੍ਰਹਮਣ ਤੇ ਸਵਾਲ ਹੈ ਨਕਲੀ ਜੋਗੀ ਤੇ ਸਵਾਲ ਪਰ ਵਿਆਖਿਆ ਇਹ ਹੈ ਵੀ ਧਾਰਮਿਕ ਬੰਦੇ ਭਾਈ ਬੋਲਦੇ ਨਹੀਂ ਹੁੰਦੇ ਧਾਰਮਿਕ ਤੁਸੀਂ ਚੰਗੇ ਬਣਨਾ ਹੈ ਨਾ ਚੰਗੇ ਬੰਦੇ ਨੇ ਫਿਰ ਕਿਉਂ ਕਹਿਣਾ ਕਿਸੇ ਨੂੰ ਕੁਛ ਚੰਗਾ ਬਣਨ ਵਾਸਤੇ ਸਖਤ ਹੋਣਾ ਜ਼ਰੂਰੀ ਨਹੀਂ ਫਲੈਕਸੀਬਲ ਹੋ ਫਿਰ ਚੰਗਾ ਬਣ ਸਾਰੇ ਤੈਨੂੰ ਚੰਗਾ ਚੰਗਾ ਕਹਿਣ ਤੇ ਕਿਵੇਂ ਕਹਿਣਗੇ ਚੰਗਾ ਚੰਗਾ ਮੈਂ ਹੱਸਦਾ ਹੁੰਦਾ ਨਾ ਮਾਫ਼ ਕਰਨਾ ਇਹ ਸ਼ਬਦ ਕਈ ਵਾਰੀ ਸਿੱਧੀ ਗੱਲ ਸਮਝ ਆ ਜਾਂਦੀ ਹੈ ਕੋਈ ਬੀਬੀ ਪਿੰਡ ਵਿੱਚ ਜਾਂਦੀ ਹੈ ਹਰੇਕ ਹੀ ਭਾਬੀ ਕਹਿੰਦਾ ਹੈ ਮਜ਼ਾਕ ਕਰਦਾ ਹੈ ਤੇ ਹਰੇਕ ਦਾ ਮਜ਼ਾਕ ਚੱਲ ਲੈਂਦੀ ਹੈ ਉਹ ਇੱਕ ਟੀਚਰ ਕਰਦਾ ਗਾਂ ਦੋ ਕਰ ਦਿੰਦੀ ਹੈ ਟੀਚਰਾਂ ਇੱਕ ਬੀਬੀ ਇਹੋ ਜੀ ਹੈ ਇੱਕ ਬੀਬੀ ਉਹ ਹੈ ਜਿਹਨੂੰ ਪਿੰਡ ਦਾ ਬੰਦਾ ਐ ਲੰਘਦੀ ਨੂੰ ਜਦੋਂ ਮਜ਼ਾਕ ਕਰੂ ਉਹ ਹੈਗੀ ਆਪਣੇ ਘਰ ਵਾਲੇ ਦੀ ਉਹ ਚੰਗੀ ਨਹੀਂ ਬਣਨਾ ਚਾਹੁੰਦੀ ਵੀ ਸਾਰੇ ਮੈਨੂੰ ਚੰਗਾ ਚੰਗਾ ਕਹਿਣ ਉਹ ਗੱਲ ਪੈ ਜਾਂਦੀ ਕਹਿੰਦੀ ਕੀ ਗੱਲ ਬਈ ਤੇਰੇ ਘਰ ਕੋਈ ਮਾਂ ਭੈਣ ਨਹੀਂ ਆ ਮਜ਼ਾਕ ਕਰਨ ਦੀ ਹਿੰਮਤ ਤੇਰੀ ਕਿਵੇਂ ਪੈ ਗਈ ਇਹੋ ਜਿਹਾ ਮਜ਼ਾਕ ਮੇਰੇ ਨਾਲ ਮੇਰੇ ਘਰ ਵਾਲੇ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ
ਇਹ ਜੀ ਗੱਲ ਮੇਰੇ ਨਾਲ ਮੇਰੇ ਪਤੀ ਤੋਂ ਬਿਨਾ ਨਹੀਂ ਕੋਈ ਕਰ ਸਕਦਾ ਤੂੰ ਕੌਣ ਹੁੰਦਾ ਹੈ ਉਹ ਇੱਕ ਨੂੰ ਚਾਹੁੰਦੀ ਹੈ ਸਾਰਿਆਂ ਵਿੱਚ ਚੰਗੀ ਨਹੀਂ ਬਣਨਾ ਚਾਹੁੰਦੀ ਉਹਦੇ ਤੋਂ ਡਰਦੇ ਵੀ ਸਾਰੇ ਹੁੰਦੇ ਐ ਉਹਦੇ ਨਾਲ ਗੱਲ ਵੀ ਕੋਈ ਨਹੀਂ ਕਰਦਾ ਉਹ ਚੰਗੀ ਵੀ ਸਾਰਿਆਂ ਨੂੰ ਲੱਗੇਗੀ ਜਿਹੜੀ ਹਰ ਇੱਕ ਦਾ ਮਜ਼ਾਕ ਚੱਲ ਲਵੇ ਪਰ ਜਿਹੜਾ ਸਖਤ ਹੋਵੇ ਉਹਨੂੰ ਸਾਰੇ ਭੈੜਾ ਸਮਝਦੇ ਨੇ ਤੇ ਆਕੜ ਬਹੁਤ ਹੈ ਹੰਕਾਰ ਬਹੁਤ ਹੈ ਇਹ ਤੇ ਈਗੋ ਬਹੁਤ ਹੈ ਇਹਦੇ ਵਿੱਚ ਐਦਾਂ ਗੱਲਾਂ ਕਰਨਗੇ ਪਰ ਭਾਈ ਪਤੀ ਵਰਤਾ ਬਣਨ ਵਾਸਤੇ ਫਿਰ ਸਾਰਿਆਂ ਦੀ ਭਾਬੀ ਨਹੀਂ ਬਣਿਆ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੱਲ ਸਮਝੋ ਜੇ ਸਾਰਿਆਂ ਨੂੰ ਚੰਗਾ ਲੱਗੇਗਾ ਫਿਰ ਭੁੱਲ ਜਾ ਤੂੰ ਫਿਰ ਸੁਧਾਰ ਥੋੜਾ ਕਰ ਸਕਦਾ ਫਿਰ ਚਾਪਲੂਸੀਆਂ ਕਰੇਗਾ ਐਮਐਲਏ ਨੂੰ ਚੰਗਾ ਲੱਗੇ ਐਮਐਲਏ ਦੇ ਵਿਰੋਧ ਵਿੱਚ ਕਿਵੇਂ ਬੋਲੇਗਾ ਸਰਪੰਚ ਨੂੰ ਵੀ ਚੰਗਾ ਲੱਗੇ ਸਰਪੰਚ ਨੂੰ ਗ੍ਰਾਂਟ ਕਿਵੇਂ ਪੁੱਛੇਗਾ ਫਿਰ ਜੇ ਗ੍ਰਾਂਟ ਪੁੱਛੇਗਾ ਫਿਰ ਭੈੜਾ ਲੱਗੇਗਾ ਪਰ ਤੂੰ ਭੈੜਾ ਨਹੀਂ ਨਾ ਲੱਗਣਾ ਚਾਹੁੰਦਾ ਤੂੰ ਤੇ ਚੰਗਾ ਲੱਗਣਾ ਚਾਹੁੰਦਾ ਤੂੰ ਤੇ ਧਾਰਮਿਕ ਬੰਦਾ ਹੈ ਧਾਰਮਿਕ ਬੰਦੇ ਥੋੜਾ ਸਵਾਲ ਕਰਦੇ ਆ ਮੰਤਰੀਆਂ ਤੋਂ ਥੋੜਾ ਪੁੱਛਦੇ ਆ ਧਾਰਮਿਕ ਬੰਦੇ ਤੇ ਚੁੱਪ ਰਹਿੰਦੇ ਆ ਧਾਰਮਿਕ ਬੰਦਿਆਂ ਨੂੰ ਤੇ ਸਾਰੇ ਸਾਰਾ ਪਿੰਡ ਪਸੰਦ ਕਰੇ ਸਾਰੀ ਦੁਨੀਆ ਪਸੰਦ ਕਰੇ ਧਾਰਮਿਕ ਬੰਦੇ ਮੈਨੂੰ ਪੁੱਛਦੇ ਆ ਕਈ ਬੰਦੇ ਇਹੋ ਜਿਹੇ ਆ ਜੀ ਕਥਾ ਵੀ ਕਰਦੇ ਆ ਉਹਨਾਂ ਦੇ ਕਦੇ ਨਹੀਂ ਵਿਵਾਦ ਛਿੜਦਾ ਮੈਂ ਕਿਹਾ ਉਹਨਾਂ ਨੂੰ ਪੁੱਛ ਲਓ ਕਰਦੇ ਵੀ ਕੱਖ ਨਹੀਂ ਫਿਰ ਸਵਾਲ ਵੀ ਨਹੀਂ ਕਰਦੇ ਕਿਸੇ ਨੂੰ ਪੁੱਛਦੇ ਵੀ ਨਹੀਂ ਉਹ ਬੰਦੇ ਚੁੱਪ ਨੇ ਉਹ ਸਾਰਿਆਂ ਦੇ ਸਾਂਝੇ ਬਣ ਕੇ ਚੱਲਣਾ ਚਾਹੁੰਦੇ ਆ ਭਾਈ ਚੰਗੇ ਚੰਗੇ ਲੱਗੀਏ ਚੰਗੇ ਚੰਗੇ ਵਧੀਆ ਵਧੀਆ ਲੱਗੀਏ ਕਿਉਂ ਕਹੀਏ ਕਿਸੇ ਨੂੰ ਕੁਛ ਪਰ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬੰਦਗੀ ਕਿਹੜੀ ਸਿਖਾਉਂਦੇ ਆ ਬੰਦਗੀ ਕਿਹੜੀ ਸਿਖਾਉਂਦੇ ਆ ਇਹ ਵੇਖੋ ਨਾ ਸਤਿਗੁਰੂ ਕਹਿੰਦੇ ਆ ਹਿੰਮਤ ਕਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਦੀ ਲੋ ਸ਼ੁਰੂ ਤੋਂ ਪੜੋ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਉਜਾੜੇ ਕਾ ਬੰਦ ਕਹਿੰਦੇ ਉਜਾੜਾ ਪਾਣ ਵਾਲਾ ਕਾਜੀ ਮੁਸਲਮਾਨਾਂ ਦੇ ਵਿੱਚ ਕਾਜੀ ਹਿੰਦੂਆਂ ਦੇ ਵਿੱਚ ਬ੍ਰਾਹਮਣ ਤੇ ਆ ਅੱਖਾਂ ਬੰਦ ਕਰਨ ਵਾਲਿਆਂ ਵਿੱਚ ਜੋਗੀ ਕਹਿੰਦੇ ਇਹ ਤਿੰਨੇ ਉਜਾੜਾ ਪਾਉਣ ਵਾਲੇ ਬੰਦੇ ਨੇ ਸਮਾਜ ਦਾ ਉਜਾੜਾ ਜਿੰਨਾ ਇਹਨਾਂ ਨੇ ਪਾਇਆ ਇੰਨਾ ਕਿਸੇ ਨੇ ਨਹੀਂ ਪਾਇਆ ਇਹ ਹੈ ਗੁਰੂ ਨਾਨਕ ਦੀ ਬੰਦਗੀ ਸਮਾਜ ਵਿੱਚੋਂ ਰੱਬ ਵੇਖਦੇ ਐ ਬੰਦਿਆਂ ਚੋਂ ਰੱਬ ਵੇਖਦੇ ਐ ਬੰਦਿਆਂ ਨੂੰ ਲੁੱਟ ਕੇ ਖਾਣ ਵਾਲਿਆਂ ਤੇ ਸਵਾਲ ਕਰਦੇ ਐ ਕਹਿੰਦੇ ਜੀ ਕਿਉਂ ਕਰਦੇ ਹੋ ਇੰਨਾ ਬੰਦਿਆਂ ਲਈ ਕਿਉਂ ਬੋਲਦੇ ਹੋ ਕਹਿੰਦੇ ਮੈਨੂੰ ਬੰਦਿਆਂ ਚੋਂ ਰੱਬ ਦਿਸਦਾ ਹੈ ਕਿਉਂ ਨਾ ਬੋਲਾਂ ਮੈਨੂੰ ਇਹ ਲੱਗਦਾ ਵੀ ਬੰਦੇ ਸੌਖੇ ਹੋਣਗੇ ਲੋਕ ਸੌਖੇ ਹੋਣਗੇ ਖਲਕਤ ਸੌਖੀ ਹੋਏਗੀ ਖਲਕਤ ਵਾਸਤੇ ਬੋਲਣਾ ਰੱਬ ਵਾਸਤੇ ਬੋਲਣਾ ਹੈ ਖਲਕਤ ਵਿੱਚੋਂ ਮੈਨੂੰ ਰੱਬ ਦਿਸਦਾ ਹੈ ਮੈਨੂੰ ਇਹ ਲੱਗਦਾ ਹੈ ਵੀ ਖਲਕਤ ਵਾਸਤੇ ਗੱਲ ਕਰਾਂਗੇ ਇਹ ਅਸਲ ਬੰਦਗੀ ਹੈ ਅੱਖਾਂ ਬੰਦ ਕਰਕੇ ਬੰਦਗੀ ਕਰਨੀ ਬੜੀ ਸੌਖੀ ਹੈ ਪਰ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਇਹ ਬੜੀ ਔਖੀ ਹੈ ਆਪਣੇ ਕਮਰੇ ਵਿੱਚ ਬਹਿ ਜਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜੀ ਬੱਲੇ ਬੱਲੇ ਕਰਨਗੇ ਸਾਰੇ ਆ ਸਵਾਲ ਜਦੋਂ ਇਦਾਂ ਦੇ ਕਰੋਗੇ ਲੋ ਇੱਕ ਵਾਰੀ ਸੁਣ ਲਓ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਆਣਾ ਦਰਗਾ ਘੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ ਕਾਦੀ ਕੂੜ ਬੋਲ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ
जोगी जुगत ना जाने अंद इने ओ जाड़े का बंद सो जोगी जो जुगत पछाने गुर प्रसादी को जाने काजी सो जो उल्टी करे गुर प्रसादी जीवत मरे सो ब्राह्मण जो ब्रह्म विचारे आप तरे सगले कुल तारे दान संबंध सोई दिल धोवे मुसलमान सोई मन खोवे पढ़या बूझे सो परवान जिस सिर दरगाह का निशान आने जी असली समझदार सो जोगी जो जुगत पछाणा है जिन्हू जिउण दा चज आवे जिंदगी सोहनी बना सके जेड़ा तां करके प्यारिओ इह गल ध्यान च रखो भी गुरबाणी ने एक जगह नहीं जगह जगह उत्ते जो गलत हो रहा है उहदे ते सवाल कीते है शुरुआत ही इत्थों हुंदी है भी सोचै सोचना हो इत्थों शुरुआत हुंदी है गुरबाणी दे विच धार्मिक उन्हां नूं मन्निया गया है जेड़े बंदे खलकत वास्ते गल करदे है खलकत विच खलकत दा सिस्टम आ दुनिया विच समाज दा सुधार होण दी गल करदे है ਇਹ ਜੋਗੀਆਂ ਵਿੱਚ ਇਦਾਂ ਮੰਨਿਆ ਗਿਆ ਵੀ ਧਾਰਮਿਕ ਬੰਦੇ ਐ ਹੁੰਦੇ ਇਹੋ ਜਿਹੇ ਧਾਰਮਿਕ ਸਾਰਿਆਂ ਨੂੰ ਪਸੰਦ ਆਉਣਗੇ ਪਰ ਗਿਆਨ ਦੇਣਾ ਗਿਆਨ ਦੇਣਾ ਵੀ ਔਖਾ ਹੈ ਤੇ ਗਿਆਨ ਲੈਣਾ ਵੀ ਔਖਾ ਹੈ ਭੈੜਾ ਲੱਗਦਾ ਗਿਆਨ ਦੇਣ ਵਾਲਾ ਬੰਦਾ ਹੁਣ ਮੈਂ ਤੁਸੀਂ ਇੱਥੇ ਮੇਰੀ ਗੱਲ ਸੁਣੋ ਜਿੰਨੇ ਬੰਦੇ ਸ਼ਰਾਬ ਪੀਣ ਵਾਲੇ ਬੈਠੇ ਆ ਮੈਂ ਇੱਥੇ ਸਾਖੀਆਂ ਕੋਈ ਸੁਣਾਵਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਸਾਖੀ ਸੁਣਾਓ ਧਾਰਨਾ ਪੜੋ ਕਵਿਤਾ ਪੜੋ ਪਰ ਜੇ ਸ਼ਰਾਬ ਬਾਰੇ ਗਿਆਨ ਦੇਣ ਬਹਿ ਜਾ ਫੇਰ 5-7 ਮਿੰਟ ਤੇ ਵਿਚਾਰੇ ਔਖੇ ਹੋ ਕੇ ਸੁਣ ਲੈਣਗੇ ਪਰ ਜੇ ਸਾਰਾ ਦੀਵਾਨ ਹੀ ਸ਼ਰਾਬ ਤੇ ਲਾ ਦਾ ਬਹੁਤ ਔਖੇ ਹੋ ਜਾਣਗੇ ਸੁਣਨਾ ਬਹੁਤ ਔਖਾ ਹੈ ਤੇ ਅੰਦਰ ਕੀ ਚੱਲੂ ਯਾਰ ਇਹਨਾਂ ਦੇ ਘਰੋਂ ਪੀਨੇ ਯਾਰ ਹੋਰ ਵੀ ਸੁਣਾ ਦੋ ਕੋਈ ਗੱਲ ਐਦਾਂ ਚੱਲੂ ਅੰਦਰ ਜਿੰਨੇ ਬੰਦੇ ਨਸ਼ਾ ਕਰਨ ਵਾਲੇ ਗਿਆਨ ਕੌਣ ਲੈਣਾ ਚਾਹੁੰਦਾ ਜੀ ਕਿਸੇ ਨੂੰ ਗਿਆਨ ਦੇ ਕੇ ਵੇਖ ਲਓ ਅਗਲਾ ਜੁੱਤੀ ਲਾਣ ਨੂੰ ਤਿਆਰ ਹੋ ਜਾਂਦਾ ਵੀ ਤੂੰ ਬਾਹਲਾ ਸਿਆਣਾ ਆ ਗਿਆ ਇੱਥੇ ਪਰ ਸਿੱਖਾਂ ਦਾ ਗੁਰੂ ਕੀ ਹੈ ਮੈਂ ਫਿਰ ਪੁੱਛਦਾ ਬੋਲੋ ਪਿਆਰਿਓ ਗਿਆਨ ਤੇ ਕੰਮ ਜੋਗੀਆਂ ਵਾਲੇ ਤੋਰ ਲੈ ਇੱਥੇ ਬ੍ਰਾਹਮਣ ਬ੍ਰਾਹਮਣਵਾਦ ਬ੍ਰਾਹਮਣਵਾਦ ਵੀ ਸਾਰਾ ਪੂਰਾ ਚੱਲਦਾ ਜੋਗੀਆਂ ਵਾਲਾ ਵੀ ਚੱਲਦਾ ਗਿਆਨ ਦੇਣਾ ਵੀ ਛੱਡਤਾ ਗਿਆਨ ਲੈਣਾ ਵੀ ਛੱਡਤਾ ਜਿਹੜਾ ਬੰਦਾ ਗਿਆਨ ਦੀ ਗੱਲ ਕਰੇ ਉਹਨੂੰ ਪਤਾ ਕੀ ਕਹਿੰਦੇ ਇਹਨੂੰ ਕੀ ਪਤਾ ਜੀ ਇਹ ਤੇ ਰੰਗੀਆਂ ਰੂਹਾਂ ਹੁੰਦੀਆਂ ਮਹਾਂਪੁਰਖ ਭਗਤੀ ਕੀ ਹੈ ਇਹਨਾਂ ਨੂੰ ਕੀ ਪਤਾ ਕੱਲ ਦੇ ਨਿਆਣੇ ਆ ਗੱਲਾਂ ਬਾਤਾਂ ਕਰਕੇ ਚੜ੍ਹਾਈਆਂ ਹੋ ਗਈਆਂ ਇਹਨਾਂ ਦੀਆਂ ਭਗਤੀ ਤੇ ਫਲਾਣੇ ਮਹਾਂਪੁਰਸ਼ਾਂ ਨੂੰ ਪੁੱਛੋ ਉਹਨਾਂ ਨੂੰ ਪਤਾ ਵੀ ਭਗਤੀ ਕਿਹਨੂੰ ਕਹਿੰਦੇ ਨਾਮ ਇਹਨਾਂ ਨੂੰ ਕੀ ਪਤਾ ਇਹਨਾਂ ਨੇ ਨਾਮ ਜਪਿਆ ਹੀ ਨਹੀਂ ਕਦੇ ਇਹਨਾਂ ਨੂੰ ਕਿਆ ਪਤਾ ਬੰਦਗੀ ਕਰੀ ਹੋਵੇ ਤੇ ਬੰਦਗੀ ਦਾ ਪਤਾ ਹੋਵੇ ਏਦਾਂ ਕਹਿੰਦੇ ਸਿਆਣੇ ਬੰਦੇ ਇਹਨਾਂ ਨੂੰ ਕਿਆ ਪਤਾ ਸਾਡੇ ਵੇਖੋ ਏਦਾਂ ਦਾ ਸਿਸਟਮ ਬਣਾ ਲਿਆ ਪਰ ਉਹ ਬੰਦਗੀ ਜੇ ਕਰਨੀ ਹੈ ਨਾ ਭਾਈ ਤੇ ਬਹੁਤ ਸਵਾਦ ਦਊ ਆਪਾਂ ਤੇ ਕਰ ਮਾਫ ਕਰਨਾ ਜੀ ਸਾਨੂੰ ਤੇ ਇੱਥੇ ਬਹਿ ਕੇ ਵਾਹਿਗੁਰੂ ਕਰਨ ਤੇ ਜ਼ੋਰ ਸਾਡਾ ਘੱਟ ਲੱਗਦਾ ਹੈ ਸ਼ਬਦ ਹੀ ਪੜ੍ਹਨਾ ਪੜੀ ਚੱਲਾਂਗੇ ਉਹ ਸੌਖਾ ਹੈ ਵਾਹਿਗੁਰੂ ਅੱਗੇ ਅੱਗੇ ਮੈਂ ਮਗਰ ਤੁਸੀਂ ਬਸ 2-2.5 ਘੰਟੇ ਬਾਅਦ ਆਨੰਦ ਸਾਹਿਬ ਪੜ੍ਹਦਾ ਸੌਖਾ ਹੈ ਪਰ ਕਦੇ ਤੇ ਸੋਚੋ ਮੇਰਿਓ ਵੀਰੋ ਭਾਈਓ ਵੀ ਜੇ ਗੁਰੂ ਅਰਜਨ ਦੇਵ ਜੀ ਬੰਦਗੀ ਕਰਦੇ ਸੀ ਤਾਂ ਵੀ ਤੇ ਕਿਉਂ ਮੈਂ ਪਾਣਾ ਪੈ ਗਿਆ ਉਹਨਾਂ ਨੂੰ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਘਰੇ ਰੱਬ ਅਨੰਦਪੁਰ ਸਾਹਿਬ ਬਹਿ ਕੇ ਕਰਦੇ ਸੀ ਫਿਰ ਸੀਸ ਕਿਉਂ ਕਤਲ ਕਰਤਾ ਉਹਨਾਂ ਦਾ ਵੱਡਿਆ ਕਿਸੇ ਨਾਲ ਤੁਸੀਂ ਏਦਾਂ ਹੋਈ ਵੇਖੀ ਹੈ 17 ਮਤਿਆਂ ਦੀ ਗੱਲ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ 84 ਚ ਹੋਈ ਹੈ 84 ਚ ਅਨੰਦਪੁਰ ਵਾਲੇ ਮਤੇ ਦੀ ਗੱਲ ਹੋਈ ਹੈ ਤੇ ਫਿਰ ਹੋਇਆ ਕੀ ਇਹ 84 ਦੇ ਮਤੇ ਵਿੱਚ ਕੀ ਬੋਲਿਆ ਜਾ ਰਿਹਾ
ਆ ਕਰੋ ਜੀ ਹੱਕ ਆ ਚਾਹੀਦੇ ਆ ਜੀ ਸਾਨੂੰ ਆ ਚਾਹੀਦਾ ਜੀ ਪਾਣੀਆਂ ਦਾ ਹੱਕ ਦਿਓ ਜੀ ਪੈਨਸ਼ਨਾਂ ਲਾਓ ਜੀ ਵਜ਼ੀਫੇ ਦਿਓ ਜੀ ਟੈਕਸ ਮਾਫ ਕਰੋ ਜੀ ਇਹ ਆਵਾਜ਼ ਹੀ ਆਵਾਜ਼ ਹੈ ਨਾ ਇਹ ਅਗਲੇ ਤੋਪਾਂ ਲੈ ਕੇ ਚੜ ਕੇ ਆ ਗਏ ਤੇ ਬੰਦਗੀਆਂ ਵਾਲੇ ਬਾਬੇ ਭੋਰਿਆਂ ਦੇ ਵਿੱਚ ਉਦੋਂ ਵੀ ਬੈਠੇ ਸੀ ਉਦੋਂ 20 ਸਾਲ ਪਹਿਲਾਂ ਵੀ ਬੈਠੇ ਸੀ ਅੱਜ ਵੀ ਵੱਡੇ ਵੱਡੇ ਡੇਰਿਆਂ 'ਚ ਬੈਠੇ ਐ ਉਹਨਾਂ ਤੇ ਕੋਈ ਤੋਪਾਂ ਲੈ ਕੇ ਨਹੀਂ ਆਊਗਾ ਖੋ ਸਤਨਾਮ ਸ੍ਰੀ ਵਾਹ ਛੇੜਦਾ ਹੀ ਨਹੀਂ ਅਗਲਾ ਉਹ ਜਿਹਾ ਅਗਲਾ ਕਹਿੰਦਾ ਰੱਬ ਰੱਬ ਕਰਦਾ ਸਾਡਾ ਕੀ ਲੈਂਦਾ ਰੱਬ ਰੱਬ ਕਰਦਾ ਸਾਨੂੰ ਕੀ ਕਹਿੰਦਾ ਬੜਾ ਵਧੀਆ ਪਰ ਜਿੱਦਣ ਤੁਸੀਂ ਹੱਕ ਦੀ ਗੱਲ ਕਰੋਗੇ ਉਦਣ ਹੀ ਪੰਗਾ ਪੈ ਜਾਣਾ ਆਪਣੇ ਘਰੇ ਬਹਿ ਕੇ ਪਾਠ ਕਰੋ ਨਿਤਨੇਮ ਕਰੋ ਤੁਹਾਨੂੰ ਸਾਰੀ ਜ਼ਿੰਦਗੀ ਪ੍ਰੋਬਲਮ ਨਹੀਂ ਪੈਣੀ ਪਾਠ ਨਿਤਨੇਮ ਬਾਣੀ ਵਾਹਿਗੁਰੂ ਕਮਰੇ 'ਚ ਬਹਿ ਕੇ ਕਰੋ ਤੁਹਾਡੇ ਜ਼ਿੰਦਗੀ 'ਚ ਪ੍ਰੋਬਲਮ ਨਹੀਂ ਕੋਈ ਪਿੰਡ 'ਚ ਦੁਸ਼ਮਣੀ ਨਹੀਂ ਘਰ ਦੀਆਂ ਚਾਰ ਵੋਟਾਂ ਦੋ ਉਸ ਸਰਪੰਚ ਨੂੰ ਪਾ ਦਿਆ ਕਰੋ ਦੋ ਉਹਨੂੰ ਪਾ ਦਿਆ ਕਰੋ ਕੋਈ ਪਾਰਟੀ ਨਹੀਂ ਬਹੁਤ ਵਧੀਆ ਜ਼ਿੰਦਗੀ ਲੰਘੂ ਪਰ ਜਿੱਦੇ ਸਰਪੰਚ ਤੋਂ ਗ੍ਰਾਂਟ ਦਾ ਹਿਸਾਬ ਲੈਣ ਲੱਗ ਤੁਰ ਪਿਆ ਉਦਣ ਹੀ ਤੇਰੀ ਜ਼ਿੰਦਗੀ 'ਚ ਉੱਥਲ ਪੁੱਥਲ ਹੋ ਜੂ ਉਦਣ ਤੋਂ ਦੁਸ਼ਮਣੀ ਸਟਾਰਟ ਹੋ ਜੂ ਉਦਣ ਤੋਂ ਪੰਗੇ ਪੈਣਗੇ ਤੇ ਸਾਨੂੰ ਐਡੇ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੇ ਬਣਾਇਆ ਸੀ ਵੀ ਆਹ ਤੇ ਪੰਗਾ ਤਾਂ ਲੈਣਾ ਹੀ ਲੈਣਾ ਹਰੇਕ ਸਿੱਖ ਹੀ ਲਵੇ ਜਦੋਂ ਸਾਰੇ ਪੰਗੇ ਲੈਣ ਲੱਗੋਗੇ ਹਰ ਬੰਦਾ ਬੋਲਣ ਲੱਗ ਜੂ ਅਗਲੇ ਬੰਦੇ ਆਪੇ ਸੈੱਟ ਹੋ ਜਾਣਗੇ ਦਿਮਾਗ ਹੋ ਜਾਣਗੇ ਸੈੱਟ ਸਿੱਧੇ ਹੋ ਜਾਣਗੇ ਕਰਪਸ਼ਨ ਨਿਕਲ ਜੂ ਕਰਪਟ ਸਿਸਟਮ ਆਪਣੇ ਆਪ ਠੀਕ ਹੋ ਜੂ ਸਾਰੇ ਬੋਲਿਓ ਕਰਪਟੀ ਬੰਦਿਆਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭੂ ਭੱਜਦਿਆਂ ਨੂੰ ਰਾਹ ਲੱਭਣਾ ਹੀ ਨਹੀਂ ਸਾਰੇ ਬੋਲਿਓ ਗੁਰਬਾਣੀ ਵਿੱਚ ਸਾਰੇ ਹੀ ਬੋਲਿਆ ਕਬੀਰ ਜੀ ਉਦੋਂ ਵੱਧ ਬੋਲਦੇ ਨਾਮਦੇਵ ਜੀ ਉਦੋਂ ਵੱਧ ਬੋਲਦੇ ਗੁਰੂ ਨਾਨਕ ਪਾਤਸ਼ਾਹ ਉਦੋਂ ਗਾਂ ਬੋਲਦੇ ਭਗਤ ਰਵਿਦਾਸ ਜੀ ਉਦੋਂ ਵੀ ਗਾਂ ਬੋਲਦੇ ਇਹ ਸਾਰੇ ਬੋਲਣ ਵਾਲੇ ਸੀ ਤੇ ਸਾਨੂੰ ਧਾਰਮਿਕ ਬੰਦੇ ਕਿਹੋ ਜਿਹੇ ਬਣਾਤਾ ਧਾਰਮਿਕ ਮਤਲਬ ਚੁੱਪ ਗੜੁੱਪ ਧਾਰਮਿਕ ਬੰਦੇ ਨਹੀਂ ਬੋਲਦੇ ਨਾ ਜੀ ਸ਼ਾਂਤ ਰਹੀਦਾ ਧਾਰਮਿਕ ਬੰਦਾ ਤੇ ਆਪਣੇ ਨਾਮ ਵਿੱਚ ਰਮਸਤ ਰਹਿੰਦਾ ਹੈ ਜੀ ਧਾਰਮਿਕ ਨੂੰ ਕੀ ਲੱਗੇ ਫਿਰ ਸਾਧਾਂ ਨੂੰ ਕੀ ਲੱਗੇ ਜੀ ਸਵਾਦਾਂ ਨਾਲ ਦੁਨੀਆ ਜਿਵੇਂ ਕਰਦੀ ਹੈ ਬਸ ਆਪੇ ਚੱਲਦਾ ਮਾਲਕ ਹੈ ਹੀ ਹੈ ਕਰਨ ਵਾਲਾ ਆਪੇ ਹੀ ਕਰਦੂ ਠੀਕ ਬਾਤ ਤੁਸੀਂ ਚੁੱਪ ਰਿਹਾ ਕਰੋ ਨਾਮ ਜਪਣ ਵਾਲਿਓ ਰੱਬ ਰੱਬ ਕਰਿਆ ਕਰੋ ਦੇ ਦੀ ਮਿੱਠੀ ਗੋਲੀ ਇਹਨੂੰ ਕਹਿੰਦੇ ਨੇ ਧਾਰਮਿਕ ਗੋਲੀ ਧਰਮ ਦੀ ਗੋਲੀ ਧਰਮ ਦਾ ਜਾਲ ਪਾ ਕੇ ਸਾਰੇ ਹੀ ਸਵਾਦੋ ਤਾਂ ਕਰਕੇ ਪੁਜਾਰੀ ਸਿਸਟਮ ਨੂੰ ਬਹੁਤ ਤਾਕਤ ਦਿੱਤੀ ਹੈ ਸਰਕਾਰਾਂ ਨੇ ਪੁਜਾਰੀ ਸਿਸਟਮ ਨੂੰ ਮਜ਼ਬੂਤ ਕੀਤਾ ਹੈ ਜਿੰਨਾ ਪੁਜਾਰੀ ਸਿਸਟਮ ਮਜ਼ਬੂਤ ਹੋਏਗਾ ਉਨਾ ਹੀ ਲੋਕ ਸੌਣਗੇ ਧਾਰਮਿਕ ਬੰਦੇ ਡੈੱਡ ਹੋਣਗੇ ਤੇ ਜਿੰਨੇ ਡੈੱਡ ਹੋਣਗੇ ਉਹਨੇ ਸਵਾਲ ਪੁੱਛਣੇ ਬੰਦ ਕਰ ਦੇਣਗੇ ਬਾ ਫਿਰ ਮੌਜਾਂ ਹੀ ਮੌਜਾਂ ਪਰ ਮੇਰਿਓ ਵੀਰੋ ਭਾਈਓ ਕਰ ਬੰਦੇ ਕਿਹੜੀ ਗੁਰੂ ਨਾਨਕ ਵਾਲੀ ਕਿ ਜੋਗੀਆਂ ਵਾਲੀ ਗੁਰੂ ਨਾਨਕ ਵਾਲੀ ਪਿਆਰਿਓ ਕੁਦਰਤ ਕੀਮ ਨਾ ਜਾਣੀ ਹੈ ਆ ਕੁਦਰਤ ਵਿੱਚ ਵਸਿਆ ਜਿਹੜਾ ਉਹਦੀ ਕੀਮਤ ਕੋਈ ਨਹੀਂ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ ਕਰ ਬੰਦੇ ਤੂੰ ਬੰਦਗੀ ਯਾਰ ਦਿਮਾਗ ਸੈੱਟ ਹੀ ਇੰਨਾ ਹੋਇਆ ਹੋਇਆ ਧੱਕੇ ਨਾਲ ਹੀ ਅੱਖਾਂ ਬੰਦ ਹੋਈ ਜਾਂਦੀਆਂ ਅੱਖਾਂ ਬੰਦ ਹੁੰਦੀਆਂ ਸੈੱਟ ਹੈ ਇੱਥੇ ਮਾਈਂਡ ਸਾਡਾ ਬੰਦਗੀ ਦਾ ਨਾਂ ਲੈਣ ਸਾਰੀ ਅੱਖਾਂ ਬੰਦ ਹੋ ਜਾਂਦੀਆਂ ਵੀ ਅੱਖਾਂ ਬੰਦ ਕਰੋ ਸਾਡੇ ਗੁਰੂ ਸਾਹਿਬ ਕਹਿੰਦੇ ਮੇਰੀ ਬੰਦਗੀ ਇਹ ਹੈ ਵੀ ਅੱਖਾਂ ਖੋਲੋ ਖੋਲ ਕੇ ਵੇਖ ਸਮਾਜ ਚ ਕੀ ਸਾਡੇ ਫਰਕ ਪਰ ਮਾਈਂਡ ਸੈੱਟ ਹੀ ਇੱਥੇ ਜਿਵੇਂ ਹੁਣ ਮੰਨ ਲਓ ਪਿਆਰਿਓ ਗੁਰਬਾਣੀ ਦੀ ਆਵਾਜ਼ ਜਦੋਂ ਆਉਂਦੀ ਹੈ ਸਾਡਾ ਮਾਈਂਡ ਸੈੱਟ ਹੈ ਆਪਾਂ ਐਂ ਕਰ ਲੈਂਦੇ ਪਾਠ ਚੱਲਦਾ ਭਾਈ ਐ ਅੱਖਾਂ ਜੀਆਂ ਬੰਦ ਹੁੰਦੀਆਂ ਤੇ ਜੇ ਮਸੀਤ ਵਿੱਚੋਂ ਆਵਾਜ਼ ਆਵੇ ਬਾਗ ਮਸੀਤ ਵਿੱਚ ਜਦੋਂ ਨਮਾਜ਼ ਅਦਾ ਕਰਦੇ ਆ ਉਹ ਜਦੋਂ
ਮੁੱਲਾ ਬਾਗ ਦਿੰਦਾ ਸਾਡਾ ਮਾਈਂਡ ਉਹਦੇ ਤੇ ਸੈੱਟ ਨਹੀਂ ਸਾਡੀਆਂ ਅੱਖਾਂ ਉਦੋਂ ਬੰਦ ਹੋ ਜਾਂ ਰਹਿਰਾਸ ਚੱਲਦੀ ਹੈ ਪਰ ਮੁਸਲਮਾਨ ਭਰਾਵਾਂ ਦੀ ਕਦੋਂ ਸੈੱਟ ਹੁੰਦਾ ਹੋ ਉਹਨਾਂ ਦਾ ਪਾਠ ਚ ਨਹੀਂ ਉਹਨਾਂ ਦਾ ਮਾਈਂਡ ਇੱਥੇ ਸੈੱਟ ਹੈ ਜਦੋਂ ਉਹ ਆਵਾਜ਼ ਆਈ ਉਹਨਾਂ ਨੂੰ ਉਹਦੇ ਨਾਲ ਸ਼ਾਂਤੀ ਮਿਲਦੀ ਹੈ ਹਿੰਦੂਆਂ ਦਾ ਜਦੋਂ ਜੈ ਸ਼ੀਆ ਰਾਮ ਕ੍ਰਿਸ਼ਨ ਜੀ ਦੀ ਗੱਲ ਕਰਦੇ ਉਸ ਉਹਨਾਂ ਦਾ ਉੱਥੇ ਸੈੱਟ ਹੈ ਐਦਾਂ ਸਾਡੇ ਮਾਈਂਡ ਸੈੱਟ ਨੇ ਜਦੋਂ ਆਉਣਾ ਬੰਦਗੀ ਦੀ ਗੱਲ ਆਉਣੀ ਹੈ ਤੇ ਆਟੋਮੈਟਿਕਲੀ ਸਾਡੀਆਂ ਅੱਖਾਂ ਬੰਦ ਹੁੰਦੀਆਂ ਪਰ ਸਾਡੀ ਬੰਦਗੀ ਹੈ ਵੀ ਰੱਬ ਨੂੰ ਵੇਖ ਸਾਰੇ ਪਾਸੇ ਪਰਮਾਤਮਾ ਨੂੰ ਵੇਖ ਤੇ ਜਿੱਥੇ ਰੱਬ ਹੈ ਉਹ ਰੱਬ ਦੇ ਬੰਦਿਆਂ ਦੀ ਖਲਕਤ ਦੀ ਗੱਲ ਕਰ ਬੰਦਗੀ ਕਰ ਬੰਦੇ ਬੰਦਗੀ ਕਰ ਬੰਦੇ ਤੂੰ ਬੰਦਗੀ ਬੰਦਗੀ ਜਿੱਚਰ ਘੱਟ ਮੈਂ ਸਾਹਾ ਘਟ ਮੈਂ ਸਾਹਾ ਜਿੱਤਰ ਘਟ ਮੈਂ ਸਾਹਾ ਜਿੱਤਰ ਘਟ ਮੈਂ ਸਾਹਾ ਬੰਦਗੀ ਕਰ ਬੰਦੇ ਤੂੰ ਬੰਦੇ ਬੰਦਗੀ ਕਰ ਬੰਦੇ ਤੂੰ ਬੰਦਗੀ ਤੂੰ ਸਮਾਜ ਨੂੰ ਸੋਹਣਾ ਬਣਾਉਣ ਆਇਆ ਆਪ ਵੀ ਸੌਖਾ ਹੋਈ ਆਲਾ ਦੁਆਲਾ ਵੀ ਸੌਖਾ ਕਰੀ ਇੰਨਾ ਵਧੀਆ ਕਰਦੇ ਸਮਾਜ ਨੂੰ ਵੀ ਜ਼ਿੰਦਗੀ ਸੋਹਣੀ ਬਣ ਜਾ ਸਾਰਿਆਂ ਦੀ ਵਿਦੇਸ਼ਾਂ ਵਿੱਚ ਪੁੱਤਾਂ ਦੀ ਲੋੜ ਹੈ ਸਾਡੇ ਸਮਾਜ ਇਹੋ ਜਿਹਾ ਵੀ ਪੁੱਤ ਸਾਂਭਦਾ ਹੈ ਧੀਆਂ ਤੇ ਵਿਆਹ ਕੇ ਅਗਲੇ ਘਰੇ ਚਲੇ ਜਾਂਦੀਆਂ ਸੀ ਸਾਡਾ ਸਮਾਜ ਇਹ ਕਹਿੰਦਾ ਹੈ ਪਰ ਵਿਦੇਸ਼ਾਂ ਦੇ ਵਿੱਚ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਤੇ ਫਰਕ ਕਿਉਂ ਰੱਖਣ ਸਰਕਾਰ ਸਾਂਭਦੀ ਹੈ ਕਾਨੂੰਨ ਸਾਂਭਦਾ ਹੈ ਉੱਥੇ ਦਾ ਕਾਨੂੰਨ ਹੀ ਇਹੋ ਜਿਹਾ ਧੀ ਹੋਵੇ ਤਾਂ ਵੀ ਕਾਨੂੰਨ ਹੀ ਸਾਂਭੂ ਧੀ ਪੁੱਤ ਦੋ ਹੋਣ ਤਾਂ ਵੀ ਕਾਨੂੰਨ ਹੀ ਸਾਂਭੂ ਤੇ ਜੇ ਧੀ ਪੁੱਤ ਕੋਈ ਵੀ ਨਾ ਹੋਵੇ ਤਾਂ ਵੀ ਉਹਨਾਂ ਨੇ ਸਾਂਭਣਾ ਹੈ ਪੁੱਤਾਂ ਦਾ ਸਿਸਟਮ ਨਹੀਂ ਉੱਥੇ ਵੀ ਪੁੱਤ ਹੋਵੇ ਧੀ ਹੋਵੇ ਬੱਚਾ ਹੋਵੇ ਨਾਮ ਹੀ ਹੋਵੇ ਸਿਸਟਮ ਹੀ ਇਹੋ ਜਿਹਾ ਹੈ ਕਿ ਮੌਜਾਂ ਹੀ ਲੱਗੀਆਂ ਪਈਆਂ ਸਿਸਟਮ ਹੀ ਇਹੋ ਜਿਹਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿਸਟਮ ਇਹੋ ਜਿਹਾ ਬਣਾਓ ਸ਼੍ਰੀ ਚੰਦ ਕਹਿਣੇ ਵਿੱਚ ਨਹੀਂ ਚੱਲਦਾ ਕਹਿੰਦੇ ਜਾਣ ਦਿਓ ਛੱਡੋ ਪਰੇ ਸਿਸਟਮ ਹੀ ਇਹੋ ਜਿਹਾ ਘੜ ਲਈਏ ਜਿਹਦੇ ਵਿੱਚ ਪੁੱਤਾਂ ਦੀ ਲੋੜ ਨਾ ਪਵੇ ਹੋਵੇ ਤਾਂ ਠੀਕ ਹੈ ਨਾ ਹੋਵੇ ਤਾਂ ਠੀਕ ਹੈ ਜਿਹਦੇ ਸਿਸਟਮ ਸਾਡੇ ਵੀ ਇਹੋ ਜਿਹਾ ਬਣ ਗਿਆ ਨਾ ਸਾਡੇ ਆਪੇ ਹੀ ਕਹਿਣੋ ਹਟ ਜਾਣਗੇ ਵੀ ਪੁੱਤਾਂ ਦੀ ਲੋੜ ਹੈ ਜੀ ਪੋਤੀ ਹੋਊਗਾ ਤਾਂ ਹੀ ਜ਼ਿੰਦਗੀ ਮੇਰੀ ਵਧੀਆ ਨਿਕਲੂ ਗੁਰੂ ਸਾਹਿਬ ਸਿਸਟਮ ਬਣਾਉਣਾ ਚਾਹੁੰਦੇ ਹੈ ਸਾਡੇ ਸਾਧ ਪੁੱਤ ਦੇਣਾ ਚਾਹੁੰਦੇ ਆ ਬਾਬਾ ਜੀ ਕੋਲ ਆਓ ਸੇਬ ਪਵਾਇਓ ਪੁੱਤ ਮਿਲ ਜੂ ਪਰ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਮੈਂ ਆਪਣੇ ਦੋਵੇਂ ਪੁੱਤ ਮੈਂ ਆਪਣੇ ਪੁੱਤਾਂ ਨਾਲ ਮੇਰੀ ਨਹੀਂ ਬਣਦੀ ਸ਼੍ਰੀ ਚੰਦ ਕਹਿੰਦਾ ਮੈਂ ਤੇ ਸਵਾਹ ਪਾਉਂ ਮੈਂ ਤੇ ਧੂਣਾ ਲਾਉਂ ਮੈਂ ਤੇ ਐਂ ਕਰੂੰ ਮਹਾਰਾਜ ਕਹਿੰਦੇ ਕਰੀ ਚੱਲ ਤੂੰ ਮੇਰਾ ਪੁੱਤ ਹੈ ਹੀ ਨਹੀਂ ਛੱਡ ਪਰੇ ਉਹਦੇ ਜੇ ਅਸੀਂ ਗੁਰੂ ਨਾਨਕ ਤੋਂ ਪੁੱਤ ਲੈਣ ਜਾਈਏ ਵੀ ਮਹਾਰਾ ਪੁੱਤ ਦੇ ਦੋ ਕਿ ਮੇਰੇ ਵਾਲੇ ਲੈ ਜਾਓ ਐ ਕਹਿਣਗੇ ਸਾਨੂੰ ਮੇਰੇ ਵਾਲੇ ਲੈ ਜਾਓ ਲੈ ਲੈ ਆਹ ਲੈ ਜਾ ਧੂਣਾ ਲਾ ਕੇ ਬੈਠਾ ਲੰਗੋਟ ਬੰਨੀ ਫਿਰਦਾ ਸਵਾਹ ਪਾਈ ਫਿਰਦਾ ਧੂਣਾ ਲਾ ਕੇ ਬੈਠਾ ਮੈਂ ਲੋਕਾਂ ਦੇ ਸਿਰਾਂ ਚੋਂ ਸਵਾਹ ਕੱਢਦਾ ਰਹਿ ਗਿਆ ਜੋਗੀਆਂ ਦੇ ਵੀ ਸਵਾਹ ਕੱਢੋ ਸਿਰ ਚੋਂ ਬੰਦੇ ਬਣ ਬੰਦਿਆਂ ਵਾਲੇ ਕੰਮ ਕਰੋ ਕਿੱਥੇ ਵੜ ਗਏ ਤੁਸੀਂ ਕੰਦਰਾਂ ਚ ਕਿੱਧਰ ਪਹਾੜਾਂ ਤੇ ਚੜੇ ਫਿਰਦੇ ਤੁਸੀਂ ਮਹਾਰਾਜ ਕਹਿਣਗੇ ਮੈਂ ਤੇ ਜਾ ਕੇ ਲਾ ਲਾ ਕੇ ਲੈ ਕੇ ਆਇਆ ਤੇ ਤੂੰ ਰੋਈ ਜਾਂਦਾ ਮੈਂ ਕਹਿੰਦਾ ਸਿਸਟਮ ਹੀ ਇਹੋ ਜਿਹਾ ਹੋਵੇ ਪੁੱਤਾਂ ਦੀ ਲੋੜ ਹੀ ਨਾ ਪਵੇ
ਹੋਵੇ ਠੀਕ ਹੈ ਨਾ ਹੋਵੇ ਤਾਂ ਕੋਈ ਹੁਣ ਅਮਰੀਕਾ ਕੈਨੇਡਾ ਚ ਕੋਈ ਲੋੜ ਨਹੀਂ ਪੁੱਤ ਦੀ ਧੀ ਦੀ ਲੋੜ ਨਹੀਂ ਪੁੱਤ ਦੀ ਧੀ ਹੋ ਜੇ ਪੁੱਤ ਹੋ ਜੇ ਇੱਕੋ ਜਿਹੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਭਾਵੇਂ ਪੰਜ ਧੀਆਂ ਹੋ ਜਾਣ ਪੰਜ ਹੋ ਜਾਣ ਧੀਆਂ ਕੋਈ ਫਰਕ ਨਹੀਂ ਜਮਾਂ ਹੀ ਨਹੀਂ ਪਰਵਾਹ ਮੰਨਦੇ ਸਾਡੇ ਚ ਪ੍ਰੋਬਲਮ ਹੈ ਇੱਥੇ ਤੇ ਉਹੀ ਗੱਲ ਹੋ ਗਈ ਨਾ ਵੀ ਜੇ ਸਿਸਟਮ ਹੀ ਇੰਨਾ ਵਧੀਆ ਬਣਿਆ ਹੋਵੇ ਅਸੀਂ ਕਹਿੰਦੇ ਆ ਬਾਬਾ ਨਾਨਕਾ ਕਰਦੇ ਕਿਰਪਾ ਪੁੱਤ ਦੇ ਦੇ ਤੇ ਮੈਂ ਤੁਹਾਨੂੰ ਕਹਿ ਹੀ ਰਿਹਾ ਮਹਾਰਾਜ ਕਹਿੰਦੇ ਮੇਰੇ ਵਾਲੇ ਲੈ ਜਾਓ ਦੋਵੇਂ ਲੈ ਜਾਓ ਸ਼੍ਰੀ ਚੰਦ ਫੇਰ ਉਹਨਾਂ ਨੇ ਕਹਿਣਾ ਯਾਰ ਮੰਗ ਉਹ ਚੀਜ਼ ਜਿਹੜੀ ਮੇਰੇ ਅੰਦਰ ਸੀ ਇੱਥੇ ਸੀ ਮੇਰੇ ਆਨੰਦ ਭਇਆ ਮੇਰੀ ਮਾਏ ਆਨੰਦ ਹੈ ਨਾ ਮੇਰੇ ਕੋਲ ਤੇ ਫਿਰ ਮਿਲਿਆ ਕਿਵੇਂ ਜੀ ਸਤਿਗੁਰੂ ਮੈਂ ਪਾਇਆ ਪੁੱਤ ਨਾ ਮੰਗ ਮੇਰੀ ਮੇਰੇ ਮੇਰੇ ਵਾਲੀ ਖੁਸ਼ੀ ਮੰਗ ਮੇਰੇ ਵਾਲਾ ਖੇੜਾ ਮੰਗ ਮੇਰੇ ਵਾਲੀ ਹਿੰਮਤ ਮੰਗ ਮੇਰੇ ਵਾਲੀ ਸ਼ਾਂਤੀ ਮੇਰੇ ਕੋਲ ਟਿਕਾ ਜਿਹੜਾ ਉਹ ਮੰਗ ਮੇਰੇ ਵਾਲਾ ਪੈਸ਼ਨ ਮੰਗ ਆਹ ਮੰਗ ਆਨੰਦ ਚ ਰਹਿਣਾ ਹੈ ਭਟਕਣਾ ਨਹੀਂ ਗੱਲ ਕਰਨੀ ਹੈ ਸਖਤੀ ਨਾਲ ਪਰ ਅੰਦਰ ਕੋਈ ਫਰਕ ਨਹੀਂ ਅੰਦਰ ਸਹਿਜ ਹੀ ਹੈ ਦਬਕਾ ਮਾਰਨਾ ਹੈ ਪਰ ਅੰਦਰ ਸ਼ਾਂਤ ਹੈ ਅੰਦਰ ਸਹਿਜ ਹੈ ਆਹ ਮੰਗ ਆਹ ਚੀਜ਼ ਤੇ ਤੂੰ ਸਿੱਖ ਲੈ ਜ਼ਿੰਦਗੀ ਬਣ ਜਾਏ ਤਾਂ ਕਰਕੇ ਗਿਆਨ ਸਮਝ ਹੈ ਨਾ ਜਿਹੜੀ ਇਹ ਤੇ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਮੈਂ ਤਾਂ ਜਾਣਦਾ ਹੀ ਨਹੀਂ ਸਾਰ ਨਾ ਜਾਣਾ ਤੇਰੀ ਪਰ ਮੈਂ ਜਾਣਦਾ ਕੁਛ ਨਹੀਂ ਸੀ ਤੇ ਸ਼ੁਕਰ ਹੈ ਕਿ ਸੱਚਾ ਗਿਆਨ ਹੋ ਗਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਸੱਚਾ ਗਿਆਨ ਮਿਲ ਗਿਆ ਜੀ ਬਹੁਤ ਆਨੰਦ ਬਣ ਗਿਆ ਜ਼ਿੰਦਗੀ ਵਿੱਚ ਸੱਚਾ ਗਿਆਨ ਚਾਹੀਦਾ ਹੈ ਮੇਰੀ ਪੈਜ ਰਹੇਗੀ ਇੱਜ਼ਤ ਰਹੇਗੀ ਲਾਜ ਰਹੇਗੀ ਸੱਚਾ ਗਿਆਨ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਹੈ ਸੱਚਾ ਗਿਆਨ ਮੇਰੇ ਕੋਲ ਹੋਵੇ ਕਿੱਥੇ ਬੈਠੂ ਜੀ ਸੱਚਾ ਗਿਆਨ ਇੱਥੇ ਸਾਡੇ ਕੋਲ ਸਾਡੇ ਸਿਰ ਤੇ ਸੱਚਾ ਗਿਆਨ ਚੱਕ ਮੂਰਖਾਂ ਵਾਲੀਆਂ ਦਲੀਲਾਂ ਮੂਰਖਾਂ ਵਾਲੀਆਂ ਗੱਲਾਂ ਨਾ ਚੱਕੀ ਫਿਰ ਸਿਆਣਾ ਸੱਚਾ ਗਿਆਨ ਸਭ ਤੇ ਵੱਡਾ ਸਤਿਗੁਰ ਇੱਥੇ ਬਿਠਾ ਸੁਰਤ ਵਿੱਚ ਸੱਚਾ ਗਿਆਨ ਲੈ ਕੇ ਆ ਫਿਰ ਹੋਊ ਕੀ ਸੱਚਾ ਗਿਆਨ ਜਦੋਂ ਕਿ ਤੇਰੇ ਕੋਲ ਹੋਇਆ ਫਿਰ ਜਿਸ ਕੇ ਸਿਰ ਉੱਪਰ ਸੱਚਾ ਗਿਆਨ ਹੋਊ ਜਦੋਂ ਸੋ ਦੁੱਖ ਸੱਚਾ ਗਿਆਨ ਹੈ ਜਿਹਦੇ ਪੱਲੇ ਦੁਖੀ ਕਿਉਂ ਹੋਊ ਉਹ ਫਿਰ ਹੰਕਾਰ ਦੇ ਨੇੜੇ ਤੇੜੇ ਵੀ ਨਹੀਂ ਆਉਣਾ ਬੋਲ ਨਾ ਜਾਣਾ ਹੈ ਮਾਇਆ ਮਤ ਮਾਤਾ ਮਰਨਾ ਅੰਦਰੋਂ ਮਰਿਆ ਮਰਿਆ ਨਹੀਂ ਕਾਇਮ ਰਹੇਗਾ ਸਦਾ ਮੇਰੇ ਰਾਮ ਰਾਏ ਮੇਰੇ ਰੱਬ ਜੀ ਤੂੰ ਸੱਚਿਆ ਗਿਆਨ ਹੈ ਜਿਹੜਾ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਪਿਆਰੇ ਜਿਹੜੇ ਆ ਉਹਨਾਂ ਦਾ ਤੂੰ ਹੈ ਉਹ ਤੇਰੇ ਹੈ ਤੇਰੇ ਸੇਵਕ ਕੋ ਭਉ ਕਿਛ ਨਾਹੀਂ ਜਮ ਨਹੀਂ ਆਵੇ ਸੱਚਾ ਗਿਆਨ ਹੈ ਜਿਨ੍ਹਾਂ ਦੇ ਪੱਲੇ ਡਰਦੇ ਡੁਰਦੇ ਨਹੀਂ ਕਿਸੇ ਤੋਂ ਗਿਆਨਵਾਨ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਗਿਆਨ ਬੈਠਾ ਸਤਿਗੁਰ ਬੈਠਾ ਹੈ ਜਮ ਨਹੀਂ ਵਕਾਰ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਵਕਾਰਾਂ ਨੂੰ ਕਿਵੇਂ ਹੈਂਡਲ ਕਰਨਾ ਉਹਨਾਂ ਨੂੰ ਪਤਾ ਹੈ ਗਿਆਨਵਾਨ ਜਿਹੜੇ ਨੇ ਪੰਜਾਂ ਨੂੰ ਵਧੀਆ ਵਰਤ ਲੈਂਦੇ ਆ ਜੀ ਪੰਜਾਂ ਨੂੰ ਵਧੀਆ ਵਰਤ ਜਮ ਨਹੀਂ ਆਵੇ ਨੇੜੇ ਅੱਗੇ ਸੁਣਿਓ ਜਰਾ ਪੰਗਤੀ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਕਾਹਦੇ ਵਿੱਚ ਰੰਗੇ ਗਏ ਸਤਿਗੁਰ ਵਿੱਚ ਸੱਚੇ ਗਿਆਨ ਵਿੱਚ ਰੰਗੇ ਆ ਜਿਹੜੇ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਅੱਗੇ ਜੀ ਤੇਰੀ ਬਖਸ਼ ਨਾ ਮੇਟੇ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਉਹ ਸੱਚਾ ਗਿਆਨ ਸਾਡੇ ਅੰਦਰ ਬਹਿ ਗਿਆ ਸੁਰਤ ਵਿੱਚ ਬਹਿ ਗਿਆ ਉਹ ਦਿਲਾਸਾ ਦੇਗਾ ਸਦਾ ਸਤਿਗੁਰ ਕਾ ਦਿਲਾਸਾ ਤੇ ਜਿਹੜੇ ਬੰਦੇ ਗਿਆਨ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਂਦੇ ਆ ਪੜੋ ਨਾਮ ਧਿਆਇਨ ਸੁਖ ਫਲ ਪਾਇਨ ਨਾਮ ਦਾ ਅਰਥ ਹੈ ਗਿਆਨ ਨਾਮ ਗਿਆਨ ਨੂੰ ਜਿਹੜੇ ਧਿਆਨ ਚ ਰੱਖਦੇ ਆ ਨਾਮ ਧਿਆਇਨ ਸੁਖ ਫਲ ਪਾਇਨ
ਆਠ ਪਹਿਰ ਆਰਾਧ ਹਰ ਵੇਲੇ ਪਰਮਾਤਮਾ ਨੂੰ ਧਿਆਨ ਚ ਰੱਖ ਕੇ ਨਿਜਮਾਂ ਨੂੰ ਪਰ ਕੁਦਰਤ ਦੇ ਨਿਜਮਾਂ ਨੂੰ ਧਿਆਨ ਚ ਰੱਖ ਕੇ ਜ਼ਿੰਦਗੀ ਜਿਉਂਦੇ ਆ ਜਿਹੜੇ ਗਿਆਨਵਾਨ ਬਣ ਕੇ ਜ਼ਿੰਦਗੀ ਜਿਉਂਦੇ ਆ ਇਹ ਸਮਝ ਲਓ ਰੱਬ ਦਾ ਗਿਆਨ ਕੁਦਰਤ ਦਾ ਗਿਆਨ ਲੈ ਕੇ ਨਿਜਮਾਂ ਨੂੰ ਸਮਝ ਕੇ ਜਿਹੜੇ ਆਪਣੀ ਜ਼ਿੰਦਗੀ ਜਿਉਂਦੇ ਆ ਅੱਗੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧੈ ਕਹਿੰਦੇ ਪੰਜੇ ਦੇ ਪੰਜੇ ਦੁਸ਼ਟਾਂ ਨੂੰ ਸਾਧ ਲੈਂਦੇ ਆ ਸਾਧੇ ਗਏ ਜੀ ਕਹਿੰਦੇ ਜਿਹਨੂੰ ਆਉਂਦੀ ਹੈ ਬੀਨ ਵਜਾਉਣੀ ਸੱਪ ਨੂੰ ਨਚਾ ਲੈਂਦੇ ਆ ਸੱਪ ਉਦਾਂ ਤੇ ਡੰਗ ਮਾਰਦਾ ਹੈ ਜਿਹਨੂੰ ਚਾਜਾ ਜੇ ਉਹ ਸੱਪ ਨੂੰ ਵਸ ਚ ਕਰ ਲੈਂਦਾ ਦੰਦ ਖੱਟੇ ਕਰਕੇ ਗਲ ਚ ਪਾਈ ਫਿਰਦਾ ਕਹਿੰਦੇ ਪੰਜ ਚੋਰ ਹੈ ਅਗਿਆਨੀਆਂ ਅਗਿਆਨੀਆਂ ਲਈ ਇਹ ਪਾਪ ਹੈ ਤੇ ਗਿਆਨੀ ਇਸੇ ਨੂੰ ਪੁੰਨ ਬਣਾ ਲੈਂਦੇ ਅਗਿਆਨੀ ਲਈ ਇਹ ਦੁਸ਼ਮਣ ਨੇ ਪਰ ਗਿਆਨੀ ਲਈ ਇਹ ਪੰਜੇ ਮਿੱਤਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੱਚਾ ਗਿਆਨ ਜਦੋਂ ਹੋ ਜਾਂਦਾ ਬੰਦੇ ਨੂੰ ਫਿਰ ਜਿਹੜੀ ਕਾਮਨਾ ਹੈ ਇੱਛਾ ਅੱਗੇ ਕੀ ਸੀ ਕਿਸੇ ਔਰਤ ਪਿੱਛੇ ਕੰਧਾਂ ਕੋਠੇ ਟੱਪਦਾ ਹੈ ਕਾਮ ਵਿੱਚ ਅੰਨਾ ਹੋਇਆ ਮਰ ਜੂ ਜਾਂ ਮਾਰ ਦੂ ਕਾਮ ਵਿੱਚ ਅੰਨਾ ਹੋਇਆ ਸਾਰੀ ਦੁਨੀਆ ਨਾਲ ਲੜਦਾ ਹੈ ਪਿਆਰਿਓ ਮਰਦੇ ਐ ਲੋਕ ਲੜਦੇ ਐ ਜਿੰਦੜੀਆਂ ਵਾਰਦੇ ਐ ਪਰ ਜਦੋਂ ਗਿਆਨ ਆ ਗਿਆ ਹਿੰਮਤ ਅੰਦਰ ਇਹੋ ਹੀ ਹੈ ਹੁਣ ਸੱਚ ਪਿੱਛੇ ਖੜਨ ਲੱਗ ਪਿਆ ਵੇਖੋ ਨਾ ਸਾਡਿਆਂ ਪਿੰਡਾਂ ਸ਼ਹਿਰਾਂ ਚ ਕਿੰਨੇ ਬੱਚੇ ਇਦਾਂ ਦੇ ਜਿਹੜੇ ਕਹਿੰਦੇ ਮਰ ਜਾਾਂਗੇ ਮਰਦੇ ਵੀ ਹੈ ਨੇ ਫਾਂਸੀਆਂ ਲੈਂਦੇ ਐ ਗੱਡੀਆਂ ਥੱਲੇ ਆਉਂਦੇ ਐ ਇੱਕ ਦੂਜੇ ਨਾਲ ਪ੍ਰੇਮ ਕਰਨ ਵਾਲੇ ਕਈ ਨਹਿਰਾਂ ਚ ਇਕੱਠੇ ਛਾਲ ਮਾਰ ਜਾਂਦੇ ਆਪਣੇ ਆਪ ਨੂੰ ਬੰਨ ਕੇ ਇਹ ਘੱਟ ਦਲੇਰੀ ਹੈ ਕਿਤੇ ਮਰਨਾ ਸੌਖਾ ਪਿਆ ਪਰ ਜਦੋਂ ਗਿਆਨ ਹੋ ਗਿਆ ਇਹੀ ਮਰਨਾ ਫਿਰ ਚੰਗੇ ਕੰਮ ਲਈ ਵਰਤੂਗਾ ਇਹੀ ਦਲੇਰੀ ਲੜਦਾ ਸੀ ਸਾਰੇ ਸਮਾਜ ਨਾਲ ਸਾਰੀ ਦੁਨੀਆ ਇੱਕ ਪਾਸੇ ਤੇ ਜਿਹਦੇ ਨਾਲ ਪਿਆਰ ਕਰਦਾ ਕਹਿੰਦਾ ਉਹ ਦੱਸੋ ਬਈ ਸਾਰੀ ਦੁਨੀਆ ਇੱਕ ਪਾਸੇ ਤੇ ਉਹ ਇੱਕ ਪਾਸੇ ਤੇ ਜਦੋਂ ਹੋ ਗਿਆ ਗਿਆਨ ਫਿਰ ਸਾਰੀ ਦੁਨੀਆ ਇੱਕ ਪਾਸੇ ਪਰ ਸੱਚ ਇੱਕ ਪਾਸੇ ਚੀਜ਼ ਉਹੀ ਅੰਦਰ ਪਰ ਵਰਤ ਹੁਣ ਕਾਹਦੇ ਲਈ ਲਈ ਚੰਗੇ ਕੰਮ ਲਈ ਕਿਉਂ ਕਿਉਂਕਿ ਜਿਸ ਕੇ ਸਿਰ ਹੁਣ ਗਿਆਨ ਹੋ ਗਿਆ ਨਾ ਸਭ ਤੋਂ ਵੱਡਾ ਸਤਿਗੁਰ ਸੱਚਾ ਗਿਆਨ ਸਾਡੇ ਸਿਰ ਤੇ ਆ ਗਿਆ ਦਿਮਾਗ 'ਚ ਆ ਗਈ ਗੱਲ ਸਾਰੀ ਹੁਣ ਸਮਝ ਆ ਗਈ ਪਹਿਲਾਂ ਕਹਿੰਦਾ ਸੀ ਸਾਰੀ ਦੁਨੀਆ ਇੱਕ ਪਾਸੇ ਤੇ ਉਹ ਇੱਕ ਪਾਸੇ ਹੁਣ ਕਹਿੰਦਾ ਸਾਰੀ ਦੁਨੀਆ ਇੱਕ ਪਾਸੇ ਪਰ ਸੱਚ ਇੱਕ ਪਾਸੇ ਤਾਰੂ ਸਿੰਘ ਭਾਈ ਤਾਰੂ ਸਿੰਘ ਕੀ ਕਹਿੰਦੇ ਸਾਰੀਆਂ ਸਰਕਾਰਾਂ ਇੱਕ ਪਾਸੇ ਪਰ ਮੇਰੇ ਗੁਰੂ ਦਾ ਸੱਚਾ ਗਿਆਨ ਇੱਕ ਪਾਸੇ ਭਾਈ ਮਨੀ ਸਿੰਘ 'ਚ ਵੀ ਵੜਕ ਇਹੋ ਹੀ ਹੈ ਕੀ ਤੁਹਾਨੂੰ ਅੱਜ ਇਦਾਂ ਦੇ ਬੱਚਿਆਂ ਵਿੱਚੋਂ ਐ ਨਹੀਂ ਲੱਗਦਾ ਵੀ ਵੜਕ ਉਹੀ ਹੈ ਪਰ ਇਹਨਾਂ ਦਾ ਏਮ ਗਲਤ ਹੈ ਦਲੇਰੀ ਤੇ ਅੱਜ ਵੀ ਹੈ ਯਾਰ ਬੰਦਾ ਗੱਡੀ ਥੱਲੇ ਤੇ ਆਈ ਜਾਂਦਾ ਕਿਤੇ ਦਲੇਰੀ ਇਹਦੇ ਵਿੱਚ ਉਹ ਲਛਮਣ ਸਿੰਘ ਤੇ ਉਹ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦ ਹੋਏ ਐ ਉਹਨਾਂ ਨਾਲੋਂ ਕਿਤੇ ਘੱਟ ਦਲੇਰੀ ਹੈ ਜਿਹੜੇ ਟ੍ਰੇਨ ਥੱਲੇ ਪਏ ਆ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਟ੍ਰੇਨ ਥੱਲੇ ਉਹ ਪਏ ਆ ਟ੍ਰੇਨ ਥੱਲੇ ਇਹ ਦੋਨੇ ਆਸ਼ਕ ਪੈ ਗਏ ਪਰ ਇਹਨਾਂ ਦੇ ਏਮ ਵਿੱਚ ਤੇ ਉਹਨਾਂ ਦੇ ਏਮ ਵਿੱਚ ਫਰਕ ਹੈ ਸਿਰ ਤੇ ਬੈਠਾ ਨਹੀਂ ਸੀ ਨਾ ਜਿਹੜਾ ਜਦੋਂ ਗਿਆਨ ਹੋਵੇ ਫਿਰ ਉਹੀ ਜਿਹੜੀ ਤੁਹਾਡੀ ਬੜਕ ਹੈ ਉਹੀ ਤੁਹਾਡੀ ਦਲੇਰੀ ਹੈ ਉਹ ਫਿਰ ਚੰਗੇ ਪਾਸੇ ਲੱਗਦੀ ਹੈ ਬਾਹਰੋਂ ਬੜਕਾਂ ਨਹੀਂ ਪਾਈਆਂ ਜਾਂਦੀਆਂ ਹਿੰਮਤਾਂ ਦਲੇਰੀਆਂ ਜਿਹੜੇ ਧਰਮ ਪਿੱਛੇ ਮਰਦੇ ਆ ਚੇਤਾ ਰੱਖਿਓ ਜੇ ਘਰੇ ਹੁੰਦੇ ਹੋ ਸਕਦਾ ਕਿਸੇ ਨਾਲ ਆਸ਼ਕੀ 'ਚ ਮਰੇ ਹੁੰਦੇ ਬੰਦੇ ਉਹੀ ਹੈ ਵੱਟਾਂ ਪਿੱਛੇ ਮਰਨ ਵਾਲੇ ਹੀ ਧਰਮ ਪਿੱਛੇ ਮਰਦੇ ਆ ਜਾ ਕੇ ਬਾਹਰੋਂ ਕੁਛ ਨਹੀਂ ਪਾ ਸਕਦੇ ਤੁਸੀਂ ਬੰਦੇ 'ਚ ਹੁੰਦਾ ਉਹਨਾਂ ਦੇ ਅੰਦਰ ਹੀ ਹੈ ਇਹੋ ਜੀ ਬਿਰਤੀ ਵਾਲੇ ਬੰਦੇ ਚੇਤਾ ਰੱਖਿਓ ਪਿਆਰਿਓ ਸਾਰੀ ਦੁਨੀਆ ਨਾਲ ਲੜਨ ਵਾਲੇ ਬੰਦੇ ਜਿਹੜੇ ਕਿਸੇ ਨਾਲ ਪਿਆਰ ਕਰਨ ਵਾਲੇ ਬੰਦੇ ਸਾਰੀ ਦੁਨੀਆ ਨਾਲ ਲੜ ਜਾਂਦੇ ਆ ਐਡਾ ਦਲੇਰ ਹੈ ਵੀ ਸਾਰੀ ਦੁਨੀਆ ਨਾਲ ਲੜ ਸਕਦਾ ਹੈ ਇਹ ਬੰਦੇ ਹੈ ਜੇ ਕਿਤੇ ਇਹਨਾਂ ਨੂੰ ਇੱਧਰ ਵਾਲੇ ਪਾਸੇ ਲੈ ਆਓ ਇਹ ਕੰਮ ਦੇਣਗੇ ਤੇ ਜਿਹੜਾ ਬੰਦਾ ਉੱਥੇ ਡਰਪੋਕ ਸੀ ਇੱਥੇ ਲੈ ਆਓ ਉਹਨੇ ਇੱਥੇ ਵੀ ਡਰਪੋਕ ਹੀ ਰਹਿਣਾ ਇੱਥੇ ਵੀ ਨਹੀਂ ਮਰ ਸਕਣਾ ਉਹਨੇ ਇਹ ਤੇ ਅੰਦਰ ਹੈ ਜਿਹੜੇ ਬੰਦਿਆਂ ਦੇ ਉਹਨਾਂ ਨੂੰ ਲੈ ਕੇ ਆਓ ਇੱਧਰਲੇ ਪਾਸੇ
ਜਿਹੜੇ ਵੱਟਾਂ ਪਿੱਛੇ ਮਰਦੇ ਸੀ ਚੱਕ ਲਓ ਉਹਨਾਂ ਨੂੰ ਧਰਮ ਪਿੱਛੇ ਵੀ ਮਰ ਜਾਣਗੇ ਜਿਹੜੇ ਉੱਥੇ ਟ੍ਰੇਨ ਪਿੱਛੇ ਟ੍ਰੇਨ ਥੱਲੇ ਪੈ ਸਕਦੇ ਸੀ ਇੱਧਰ ਲੈ ਆਓ ਇੱਧਰ ਵੀ ਟ੍ਰੇਨ ਥੱਲੇ ਪੈਣਗੇ ਸਮਝ ਆਈ ਪਿਆਰਿਓ ਗਿਆਨਵਾਨ ਵਕਾਰਾਂ ਨੂੰ ਵੀ ਸਹੀ ਵਰਤ ਲੈਂਦਾ ਹੈ ਹੁੰਦਾ ਵਿੱਚ ਹੀ ਹੈ ਉਹ ਜਿਹੜੀ ਕਾਮਨਾ ਅੰਦਰ ਹੈ ਉਹ ਚੰਗੇ ਪਾਸੇ ਲੱਗਦੀ ਸੁਣੋ ਕਾਮ ਦੂਜੇ ਨੰਬਰ ਤੇ ਕ੍ਰੋਧ ਗੁੱਸਾ ਵੀ ਜਿਹੜਾ ਕੰਟਰੋਲ ਹੋ ਜਾਂਦਾ ਆਪਣੇ ਆਪ ਨੂੰ ਪੁੱਛਦਾ ਵੀ ਮੇਰੀਆਂ ਗਲਤੀਆਂ ਕਿਹੜੀਆਂ ਗੁੱਸੇ 'ਚ ਬੰਦਾ ਲੋਕਾਂ ਦੀਆਂ ਗਲਤੀਆਂ ਕੱਢਦਾ ਹੈ ਜਦੋਂ ਗਿਆਨ ਹੁੰਦਾ ਫਿਰ ਆਪਣੀਆਂ ਕਮੀਆਂ ਵੀ ਦਿਸਦੀਆਂ ਫਿਰ ਕਹਿੰਦਾ ਹਮ ਅਵਗੁਣ ਭਰੇ ਇੱਕ ਗੁਣ ਨਹੀਂ ਮੇਰੇ 'ਚ ਤੇ ਆਪ ਬਹੁਤ ਗਲਤੀਆਂ ਹਾਂ ਅਪਰਾਧੀ ਗੁਨਾਹਗਾਰ ਹੋ ਬੇਮੁਖ ਬੰਦਾ ਚੋਰ ਯਾਰ ਜਵਾਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਉਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆ ਸਤਗੁਰ ਫਿਰ ਆਪਣੇ ਆਪ ਨੂੰ ਪੁੱਛਦਾ ਇਹ ਸਰੀਰਾ ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਕੈ 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 ਇਹ ਸਰੀਰਾ ਮੇਰੇ ਇਸ ਜਗ ਮੈਂ ਪੜੋ 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 ਬਈ ਇਹ ਸਰੀਰਾ ਕਿਆ ਤੁਧ ਕਰਮ ਕਮਾਇਆ 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 ਕੀ ਕਿਆ ਤੁਧ ਕਰਮ ਕਮਾਇਆ 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 ਇਹ ਸਰੀਰਾ ਸਰੀਰਾ ਮੇਰੇ ਇਸ ਜਗ ਮੈਂ ਆਏ ਸਰੀਰਾ ਮੇਰੇ ਇਸ ਜਗ ਮੈਂ ਆਏ ਇਹ ਸਰੀਰਾ ਮੇਰੇ ਇਸ ਜਗ ਮੈਂ ਆਏ ਸਰੀਰਾ ਮੇਰੇ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਕਿਆ ਤੁਧ ਕਰਮ ਕਮਾਇਆ ਇਹ ਸਰੀਰਾ ਸਰੀਰਾ
जग में आए प्यारे ओही बंदे है जेड़े बदल जाने ओही है ज्ञानवान पंजे वकारा नू सही वरत लेंदा है जे हुण सपेरा ओदे सप्प नू चाह के लेंदे है वी किथे है ते जेड़ा दूजा है जेड़ा बंदे अपने वरगे डरदे है जे हुण सप्प निकल आवे आपां भैड़ा जिहा मूंह बना लैंदे आ ਤੇ ਜੋਗੀ ਨੂੰ ਲਿਆਓ ਜੇ ਸੱਪ ਨਾ ਨਿਕਲੇ ਉਹ ਭੈੜਾ ਜਿਹਾ ਮੂੰਹ ਬਣਾ ਲੈਂਦੇ ਹੈ ਹੀ ਨਹੀਂ ਸੱਪ ਇੱਥੇ ਮੈਂ ਐਵੇਂ ਸੱਦ ਲਿਆ ਤੁਸੀਂ ਉਹ ਤਾਂ ਔਖਾ ਹੁੰਦਾ ਆ ਜਿਹੜਾ ਕਹਿੰਦੇ ਹੋ ਨਾ ਤੁਸੀਂ ਵੀ ਸਾਡੇ ਚ ਕਾਮ ਬਾਹਲਾ ਹੈ ਜੀ ਮੇਰੇ ਚ ਗੁੱਸਾ ਬਾਹਲਾ ਹੈ ਜੀ ਜੇ ਜੋਗੀ ਬਣ ਜਾਓ ਜੇ ਨਾ ਹੋਇਆ ਤਾਂ ਔਖੇ ਹੋ ਜਾਓਗੇ ਆਖੋ ਸਤਨਾਮ ਸ੍ਰੀ ਵਾਹ ਮੇਰੇ ਚ ਵੜਕ ਕਿਉਂ ਨਹੀਂ ਯਾਰ ਫਿਰ ਐ ਲੱਗੂ ਵੀ ਗੁੱਸਾ ਤਾਂ ਚਾਹੀਦਾ ਹੀ ਯਾਰ ਮਾੜਾ ਜਿਹਾ ਐ ਲੱਗਣਾ ਤੈਨੂੰ ਵੀ ਇਹ એનર્ਜੀ ਮੇਰੇ ਚ ਕਿਉਂ ਨਹੀਂ ਫਲਾਣੇ ਚ ਤੇ ਬਹੁਤ ਹਿੰਮਤ ਹੈ ਮੇਰੇ ਚ ਹੈ ਹੀ ਮੈਂ ਡਰ ਜਾਂਦਾ ਉਹ ਡਰਦਾ ਕਿਉਂ ਨਹੀਂ ਫਿਰ ਐ ਲੱਗੂ ਵੀ ਸੱਪ ਚਾਹੀਦਾ ਸੀ ਯਾਰ ਪਰ ਮੈਂ ਕੀ ਲੈਣਾ ਸੀ ਫਿਰ ਤੇ ਤਰਸੇਗਾ ਇਹ ਇਹ ਪੈਸ਼ਨ ਮੇਰੇ ਚ ਹੋਵੇ ਹਿੰਮਤ ਮੇਰੇ ਚ ਹੋਵੇ ਆ ਦਲੇਰੀ ਮੇਰੇ ਚ ਹੋਵੇ ਆ ਜਿਹੜੇ ਪੰਜੇ ਤੈਨੂੰ ਡਰਾਉਂਦੇ ਆ ਨਾ ਜੇ ਗਿਆਨਵਾਨ ਬਣ ਜੇ ਫਿਰ ਇਹ ਪੰਜੇ ਮਿੱਤਰ ਬਣ ਜਾਂਦੇ ਆ ਨੌਕਰ ਬਣ ਕੇ ਕੰਮ ਕਰਦੇ ਆ ਪੰਜੇ ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਠਕ ਬਾਦ ਇਹ ਵਸ ਚ ਹੋ ਜਾਂਦੇ ਪੰਜੇ ਮੈਂ ਫੇਰ ਕਹਿੰਦਾ ਜੋਗੀ ਜਿੱਥੇ ਸੱਪ ਨਾ ਹੋਵੇ ਉੱਥੇ ਔਖੇ ਹੋਣਗੇ ਜੇ ਕਿਤੇ ਸਾਧ ਲਵੇਂ ਫਿਰ ਤੈਨੂੰ ਚਾਹੂ ਐ ਲੱਗੂ ਵੀ ਯਾਰ ਇਹ ਮੇਰੇ ਚ ਚਾਹੀਦਾ ਸੀ ਸਾਰਾ ਇਹ એનર્ਜੀ ਹੈ ਇਹ ਤੇ ਚਾਹੀਦਾ ਸੀ ਲੋਭ ਹੈ ਜਿਹੜਾ ਲੋਭ ਉਹ ਫਿਰ ਅੱਗੇ ਤੇ ਪੈਸਾ ਇਕੱਠਾ ਕਰਨ ਦਾ ਲੋਭ ਲੋਭ ਹੋਰ ਪੈਸਾ ਹੋਰ ਉਹਨੇ ਫਿਰ ਕਹਿਣਾ ਹੋਰ ਗੁਣ ਆ ਜਾਣ ਹੋਰ ਅਕਲ ਆ ਜਾਏ ਹੋਰ ਸਮਝ ਆਵੇ ਚੰਗੀਆਂ ਚੀਜ਼ਾਂ ਸਿੱਖਣ ਦਾ ਲੋਭ ਹੁਣ ਪੈਸੇ ਦਾ ਲੋਭ ਹੁਣ ਮੋਹ ਹੈ ਆਪਣੇ ਬੱਚੇ ਦੇਖਦੇ ਆ ਪਾੜਸ਼ੇ ਵਾਂਗੂ ਸਾਰਾ ਕੁਝ ਇੱਕੋ ਵਾਲੇ ਇੱਕੋ ਪਾਸੇ ਨੂੰ ਜਾਈ ਜਾਂਦਾ ਵੀ ਮੇਰੇ ਬੱਚੇ ਸਾਰਿਆਂ ਦਾ ਲੁੱਟ ਲੁੱਟ ਕੇ ਇੱਥੇ ਲਿਆਵਾਂ ਜਿੱਦੇ ਗਿਆਨਵਾਨ ਹੋ ਗਿਆ ਉਹਦੇ ਸਾਰਿਆਂ ਦੇ ਬੱਚੇ ਆਪਣੇ ਬੱਚੇ ਲੱਗਣ ਲੱਗ ਜਾਂਦੇ ਮੇਰੇ ਬੱਚਿਆਂ ਵਰਗੇ ਸਾਰਿਆਂ ਦੇ ਬੱਚੇ ਕੋਈ ਨਹੀਂ ਮੇਰੇ ਪੁੱਤ ਮਰ ਵੀ ਗਏ ਨੀਆਂ ਚ ਖੜ ਕੇ ਲੋਕਾਂ ਦੇ ਪੁੱਤ ਮੇਰੇ ਪੱਤੀ ਹੈ ਮੇਰੇ ਬੱਚਿਆਂ ਵਰਗੇ ਇਹ ਮੋਹ ਹੈ ਨਾ ਜੀ ਪਿਆਰਿਓ ਇਹ ਮੋਹ ਫੈਲ ਗਿਆ ਵੱਡਾ ਹੋ ਗਿਆ ਮੋਹ ਸਾਰਿਆਂ ਚੋਂ ਹੀ ਇਹ ਤੇ ਚਾਹੀਦਾ ਹੈ ਪਰ ਜੋਗੀ ਨੂੰ ਫਾਇਦਾ ਦੇਣਾ ਇਹਨੇ ਸਮਝਦੇ ਹੋ ਸੱਪ ਹੈ ਪਰ ਜੋਗੀ ਨੂੰ ਜੋਗੀ ਨਹੀਂ ਡਰਦਾ ਦੂਜੇ ਲਈ ਔਖਾ ਕਰਦਾ ਫਿਰ ਅੱਗੇ ਕਿਹੜਾ ਰਹਿ ਗਿਆ ਇੱਕ ਰਹਿ ਗਿਆ ਪੰਜਵਾਂ ਹੰਕਾਰ ਇਹ ਹੰਕਾਰ ਹੀ ਹੈ ਜਿਹੜਾ ਕੌਨਫੀਡੈਂਸ ਬਣ ਜਾਂਦਾ ਵੇਖੋ ਮੈਂ ਕਰ ਲੈਣਾ ਹੈ ਆਹ ਕੰਮ ਮੈਂ ਕਰ ਲੂੰ ਇਹ ਹੈ ਕੌਨਫੀਡੈਂਸ ਸਿਰਫ ਮੈਂ ਹੀ ਕਰ ਸਕਦਾ ਇਹ ਹੰਕਾਰ ਤੁਹਾਡਾ ਜਿਹੜਾ ਬੱਚਾ ਹੈ ਇੱਥੇ ਤੁਹਾਡੇ ਬੱਚੇ ਹੈ ਉਹ ਕਹਿੰਦੇ ਮੈਂ ਆਉਂ ਪਹਿਲੇ ਨੰਬਰ ਤੇ ਇਹ ਹੰਕਾਰ ਦਾ ਹੀ ਤੇ ਸ਼ੁੱਧ ਰੂਪ ਹੈ ਮੈਂ ਅੱਜ ਕੀ ਪਾਸ ਹੋ ਕੇ ਵਿਖਾਉਂ ਤੁਹਾਨੂੰ ਮੈਂ ਕਲਾਸ ਚੋਂ ਪਹਿਲੇ ਨੰਬਰ ਤੇ ਆਉਣਾ ਇਹ ਹੰਕਾਰ ਹੀ ਹੈ ਸ਼ੁੱਧ ਹੈ ਇਹ ਸਾਫ਼ ਹੈ ਗਿਆਨਵਾਨ ਦਾ ਹੰਕਾਰ ਵੀਰ ਰਸ ਬਣ ਜਾਂਦਾ ਕੌਨਫੀਡੈਂਸ ਬਣ ਜਾਂਦਾ ਆਪਣੇ ਗੁਰੂ ਤੇ ਮਾਨ ਗੁਰ ਗਿਆਨ ਆਪਣੇ ਗੁਰੂ ਤੇ ਮਾਨ ਕਰਦੇ ਆ ਹਾਰੀ ਸਾਰੀ ਨੂੰ ਬੋਲਣ ਨਹੀਂ ਦਿੰਦੇ ਐ ਇਹ ਕੌਨਫੀਡੈਂਸ ਚਾਹੀਦਾ ਇੰਨਾ ਕਦੇ ਫਿਰ ਇਹ ਹੰਕਾਰ ਥੋੜੋ ਹੈ ਇਹ ਕੌਨਫੀਡੈਂਸ ਹੈ ਇਹਦੀ ਤੇ ਬੜੀ ਲੋੜ ਹੈ ਵੀਰ ਰਸ ਦੀ ਤੁਹਾਨੂੰ ਤਾਂ ਕਰਕੇ ਅਗਿਆਨੀ ਦੇ ਇਹ ਪੰਜੇ ਨੁਕਸਾਨ ਕਰਦੇ ਆ ਤੇ ਗਿਆਨਵਾਨ ਦਾ ਫਾਇਦਾ ਕਰਦੇ ਆ ਹੁਣ ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਧੇ ਸਾਧੇ ਗਏ ਪੰਜੇ ਪਰ ਕਿਹੜੇ ਸਾਧ ਲੈਂਦੇ ਆ ਜੀ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸਿਰ ਦੇ ਉੱਤੇ ਕਿਹੜਾ ਸਵਾਮੀ ਸਤਗੁਰ ਸੱਚਾ ਗਿਆਨ ਜਿਹਦੇ ਸੱਚਾ ਗਿਆਨ ਇੱਥੇ ਸਿਰ ਤੇ ਬਹਿ ਗਿਆ ਉਹ ਸਾਧ ਲੈਂਦਾ ਹੈ ਉਹ ਵਸ ਚ ਕਰ ਲੈਂਦਾ ਫੇਰ ਆ ਪੰਕਤੀ ਦੁਬਾਰਾ ਸੁਣ ਲਓ ਹਾਂਜੀ ਨਾਮ ਤੇ ਆਇਨ ਸੁਖ ਫਲ ਪਾਇਨ
आथ पहरियां राते तेरी शरण तेरे परवासे पंच दुष्ट ले साथ है पंजानु साथ लिंदा जी तेरी ज्ञान दी शरण विच पै के सच्चे ज्ञान दी शरण विच पै के पंजा नु साध लो सच्चा ज्ञान होण करके बस च कर लेंदा लास्ट पंक्तियां ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी पंचम पाशा कहते हैं सब तो वड्डा है सतगुर नानक जिन कल राखी मेरी सच्चा ज्ञान है जेड़ा बड़ी कमाल दी चीज है ये सच्चा ज्ञान है सब तो वड्डा जब सिर ते बह जाता है सारे कार्य रास हो जाते हैं फिर दुख नेड़े तेड़े ही नहीं आता कोई ता करके प्यारे हो सच्चा ज्ञान लेके जिंदगी जीनी है एको अंकार सतगुर प्रसाद सच्चे ज्ञान नाल ये प्राप्त होना है आ रब दा सारा जिन्ना भी सिस्टम है इहदे विच आनंद ही आनंद भरिया पिया सुख ही सुख है ये जग सच्चे की है कोठड़ी एक कोठी है समाज जेड़ा सिस्टम है सारा ब्रह्मांड पर सच्चा ज्ञान लेके जिंदगी जीवन दा स्वाद आता है नहीं तो पशुओं के तल के उत्ते ते खड़े ही है जी नरक भोगदे आ ता करके ये हिम्मत ये दलेरी साडे विच होनी चाहिए सच्चे ज्ञान वाले बंदे फिर ऐ अड़ जांदे आ खड़े है यही उन्हां दी बंदगी है अगले बंदे नूं जे जे इक बंदा मेरे ते रोब मारदा है मैं उहदा रोब झल लूं ओनू मैनू ते डरा लिया पर ओनू रोब मारन दी ताकत ओहदी होर वध जू दस ते होर रोब मारू एक बंदा मेरे मैनू कतल करन आ गया मैं ओनू बख्शता भी छड परे मैं ओनू मैं तरले माफी मंग लैंदा उत्तो मैं चुप कर जाना मैं समझौता कर लैंदा पर समझौता करन नाल की होऊ मेरा कतल कर गया मेरा मैनू मारन आ गया जदों मैं समझौता करूं ओ होर हौसला वधजू ओ चार नू होर मारन जाऊ इहदे नाल हौसला वधदा है हिम्मत आउंदी उहदे विच तां करके गलत नू गलत ना कहना आवाज ना उठानी ये गलत सिस्टम नू प्रमोट करना नहीं ते होर की है गलत नू गलत ना कहना तुसी चुप कर जो भी कहना नहीं प्रमोट करना फिर तू गलत नू प्रमोट करी चलो फिर हुण इत्थे वेखो मान लो भी गुरुद्वारे च बंदा बकरा वढदा है बली देंदा है हुण हजूर साहब बली देंदे है कि नहीं देंदे बोलो प्यारे वढदे आ ना गल बकरे दा ਸਾਰਿਆਂ ਦੇ ਵਿੱਚ ਵੱਢਦੇ ਮੰਦਰਾਂ 'ਚ ਵੀ ਬੱਕਰਾ ਵੱਢਿਆ ਜਾਂਦਾ ਹਜ਼ੂਰ ਸਾਹਿਬ ਵੀ ਵੱਢਿਆ ਜਾਂਦਾ ਨਿੱਕੇ ਨਿੱਕੇ ਬੱਚੇ ਸਵਾਲ ਕਰਦੇ ਵੀ ਆਹ ਕਿਉਂ ਵੀ ਖੂਨ ਦਾ ਸ਼ਸਤਰ ਪਿਆਸੇ ਨੇ ਜਿਹੜੇ ਖੂਨ ਇਦਾਂ ਭਿਉਂ ਭਿਉਂ ਕੇ ਜਾ ਕੇ ਲਾਉਂਦੇ ਆ ਪਰ ਆਵਾਜ਼ ਉਠਾਉਂਦਾ ਕੋਈ ਗਲਤ ਨੂੰ ਗਲਤ ਕਹਿੰਦੇ ਆ ਇੱਥੇ ਕੋਈ ਨਹੀਂ ਕਹਿੰਦਾ ਅਗਲਾ ਕਹਿੰਦਾ ਕਾਹਨੂੰ ਪੰਗਾ ਲੈਣਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇੱਥੇ ਸਮਰਾਲੇ ਬੋਲਿਆ ਸੀ ਇੱਕ ਵਾਰੀ ਉਹਨਾਂ ਨੇ ਪੁਤਲਾ ਫੂਕਿਆ ਮੇਰਾ ਫਿਰ ਉੱਥੇ ਬਰਛੇ ਮਾਰਨ ਮੇਰੀ ਫੋਟੋ ਦੇ ਉੱਤੇ ਐ ਪੁਤਲਾ ਅੱਗ ਲਾਈ ਫਿਰ ਉਹਨਾਂ ਨੇ ਹਜ਼ੂਰ ਸਾਹਿਬ ਤੇ ਜੇ ਮੇਰੇ ਪੁਤਲੇ ਨੂੰ ਅੱਗ ਲਾ ਕੇ ਸਾੜ ਸਕਦੇ ਜਿੱਥੇ ਮੈਂ ਹਜ਼ੂਰ ਸਾਹਿਬ ਗਿਆ ਉੱਥੇ ਕੀ ਬਣੂ ਮੇਰਾ ਜਾ ਸਕਦਾ ਮੈਂ ਦੱਸੋ ਜਾ ਸਕਦਾ ਕਿੱਥੇ ਲਾਸ਼ ਹੀ ਆਊ ਮੁੜ ਕੇ ਮੈਨੂੰ ਮੱਥਾ ਟੇਕਣ ਦੇਣਗੇ ਨਹੀਂ ਕਹਿਣਗੇ ਤੂੰ ਤੇ ਪਾਪੀ ਐ ਤੂੰ ਤੇ ਸਾਡੀ ਮਰਿਆਦਾ ਤੇ ਬੋਲਦਾ ਕਟਾਕਸ਼ ਕਰਦਾ ਅਸੀਂ ਗਲਤ ਕਰੀਏ ਅਸੀਂ ਠੀਕ ਕਰੀਏ ਹੁੰਦਾ ਕੌਣ ਹੈ ਤੂੰ ਕਹਿਣ ਵਾਲਾ ਆ ਹਾਲ ਹੈ ਜੀ ਅੱਜ ਸਾਡਾ ਬੋਲਣਾ ਔਖਾ ਹੈ ਪਰ ਇੱਕ ਗੱਲ ਚੇਤਾ ਰੱਖਿਓ ਜਦੋਂ ਤੁਸੀਂ ਗਲਤ ਸਿਸਟਮ ਦੇ ਬਾਰੇ ਬੋਲਣਾ ਨਹੀਂ ਇਹਦਾ ਮਤਲਬ ਤੁਹਾਡੀ ਸਹਿਮਤੀ ਨਾਲ ਹੈ ਸਾਡੇ ਘਰ ਵਿੱਚ ਕੋਈ ਝਗੜਾ ਚੱਲਦਾ ਹੈ ਤੇ ਝਗੜੇ ਦੇ ਵਿੱਚ ਇੱਕ ਬੰਦਾ ਡੁੱਨ ਵੱਟਾ ਬਣ ਕੇ ਐ ਬੈਠਾ ਰਵੇ ਬਾਪੂ ਬੋਲ ਪਏ ਜ਼ਮੀਨ ਇਹਨੂੰ ਜ਼ਿਆਦਾ ਮਿਲ ਗਈ ਤੂੰ ਬੋਲ ਕੁਛ ਨਾ ਭਾਈ ਤੁਸੀਂ ਆਪੇ ਕਰ ਲੈ ਇਹਦਾ ਮਤਲਬ ਤੂੰ ਵਿੱਚ ਸਹਿਮਤ ਹੈ ਆ ਜਿਹੜਾ ਮੀਣਾ ਜਿਹਾ ਬਣ ਕੇ ਬੈਠਾ ਤੂੰ ਚੁੱਪ ਜਿਹਾ ਬੈਠਾ ਜਿਹੜਾ ਵਿੱਚ ਸਹਿਮਤ ਹੈ ਤੂੰ
ਆ ਜਿਹੜੇ ਬੰਦੇ ਨਹੀਂ ਬਲੀ ਤੁਸੀਂ ਪੁੱਛ ਲਓ ਕਥਾ ਵਾਚਕਾਂ ਨੂੰ ਵੀ ਉੱਥੇ ਹਜ਼ੂਰ ਸਾਹਿਬ ਕਥਾ ਕਰਕੇ ਉਹਨਾਂ ਯਾਰ ਤੂੰ ਮਾੜਾ ਜਿਹਾ ਬੋਲ ਪਏ ਬਲੀ ਹੈ ਕਿ ਨਹੀਂ ਮੈਨੂੰ ਮਾਫ਼ ਕਰਿਆ ਜੇ ਮੈਂ ਨਹੀਂ ਜੇ ਬੋਲਣਾ ਮੈਨੂੰ ਮਾਫ਼ ਕਰਿਆ ਜੇ ਜੋ ਮਰਜ਼ੀ ਆਖ ਲਓ ਪਿਆਰਿਓ ਅੰਦਰ ਦੀ ਗੱਲ ਕਰੋ ਕਾਹਦੇ ਲਈ ਇਹ ਛੱਡੋ ਤੁਸੀਂ ਇਹਦਾ ਮਤਲਬ ਹੈ ਵੀ ਤੂੰ ਨਾਲ ਹੈ ਤੂੰ ਸਹਿਮਤ ਹੈ ਜਿਹੜਾ ਮੀਣਾ ਜਿਹਾ ਹੋ ਕੇ ਬੈਠਾ ਨਾ ਇਹ ਜੇ ਕਰਦਾ ਜਿਹੜਾ ਤੂੰ ਵੀ ਨਾ ਨਾ ਰਹਿਣ ਦਿਓ ਪਿਆਰਿਓ ਇਹ ਨਾਲ ਹੈ ਤੂੰ ਤਾਂ ਨਹੀਂ ਬੋਲਦਾ ਤੂੰ ਤੇਰੀ ਚੁੱਪ ਸਹਿਮਤੀ ਹੈ ਤੇਰਾ ਚੁੱਪ ਰਹਿਣਾ ਸਹਿਮਤ ਹੋਣਾ ਠੱਗੀਆਂ ਬੇਈਮਾਨੀਆਂ ਗਲਤ ਸਿਸਟਮ ਦੇ ਬਾਰੇ ਹੁਣ ਪਾਣੀ ਗੰਧਲਾ ਹੋ ਰਿਹਾ ਹੈ 10 ਸਾਲਾਂ ਤੱਕ ਮੈਨੂੰ ਇੱਕ ਬੰਦਾ ਮਿਲਿਆ ਉਹ ਰਾਜਨੀਤੀ ਵਿੱਚ ਹੈ ਤੇ ਮੈਨੂੰ ਕਹਿੰਦਾ ਜੀ ਵੇਖੋ ਉਹਦੇ ਦੱਸਣ ਦੀ ਗੱਲ ਹੈ ਵੀ ਨਾਸਾ ਵਾਲਿਆਂ ਨੇ ਤਸਵੀਰ ਜਾਰੀ ਕੀਤੀ ਹੈ ਨਾਸਾ ਵਾਲੇ ਕਹਿੰਦੇ ਆ ਵੀ ਪੰਜਾਬ ਦਾ ਪਾਣੀ 10 ਸਾਲ ਤੱਕ ਪੀਣ ਜੋਗਾ ਨਹੀਂ ਰਹਿਣਾ ਇੰਨਾ ਗੰਦਾ ਹੋ ਜਾਣਾ ਪਾਣੀ ਨਿਰੀ ਬਿਮਾਰੀ ਥੱਲੇ ਪਾਣੀ ਇੰਨਾ ਗੰਦਾ ਹੁਣ ਆਪਾਂ ਸਾਰਿਆਂ ਨੇ ਆਹ ਗੱਲ ਸੁਣ ਲਈ ਆਪਾਂ ਜ਼ਿੰਦਗੀ 'ਚ ਕੁਛ ਨਹੀਂ ਕੀਤਾ ਪਾਣੀ ਲਈ ਨਾ ਮੈਂ ਕੀਤਾ ਨਾ ਤੁਸੀਂ ਕੀਤਾ ਫਿਰ ਜਿਹੜਾ 10 ਸਾਲਾਂ ਨੂੰ ਪਾਣੀ ਗੰਦਾ ਹੋਊ ਤੇ ਲੋਕੀ ਬਿਮਾਰ ਹੋਣਗੇ ਤੇ ਮਰਨਗੇ ਇਹਦਾ ਮਤਲਬ ਹੈ ਸਾਡੀ ਇਹਦੇ ਨਾਲ ਸਹਿਮਤੀ ਹੈ ਰੱਬ ਦੀ ਸਹਿਮਤੀ ਨਹੀਂ ਸਾਡੀ ਹੈ ਸਾਡੀ ਸਹਿਮਤੀ ਹੈ ਜੋ ਗਲਤ ਹੋ ਰਿਹਾ ਹੈ ਇਹਦੇ ਨਾਲ ਅਸੀਂ ਸਹਿਮਤ ਹਾਂ ਤੇ ਜਿੱਦਣ ਚੰਗਾ ਕਰੋਗੇ ਤੁਸੀਂ ਅਸੀਂ ਕਰਾਂਗੇ ਤੁਸੀਂ ਕਰੋਗੇ ਪਰ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰੀ ਚੱਲੋ ਇਹਦਾ ਮਤਲਬ ਸਮਾਜ ਨੂੰ ਸੁਧਾਰਨ ਵਿੱਚ ਸਾਡੀ ਸਹਿਮਤੀ ਸਾਡਾ ਰੋਲ ਹੈ ਵਿੱਚ ਸਾਡਾ ਹੱਥ ਹੈ ਵਿੱਚ ਤਾਂ ਕਰਕੇ ਸਹਿਮਤੀ ਜਿਹੜੀ ਹੈ ਨਾ ਗਲਤ ਕੰਮ ਵਾਸਤੇ ਤੂੰ ਚੁੱਪ ਕਰ ਜਾਏਗਾ ਤੇਰੀ ਸਹਿਮਤੀ ਹੈ ਫਿਰ ਤੂੰ ਬੋਲਦਾ ਨਾ ਚੁੱਪ ਕਰ ਗਿਆ ਇਹਦਾ ਮਤਲਬ ਸਹਿਮਤ ਹੈ ਤਾਂ ਸਾਡਾ ਸਾਰਾ ਸਿਸਟਮ ਐਡਾ ਮਾੜਾ ਹੈ ਨਾ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹੁੰਦਾ ਵੀ ਸਾਡੇ ਇੱਥੇ ਇੱਥੇ ਰੋਡ ਦੇ ਉੱਤੇ ਕੋਈ ਬੰਦਾ ਗੱਡੀ ਐਂ ਕਰਕੇ ਐਂ ਜਾਵੇ ਸ਼ਰਾਬੀ ਹੈ ਕੋਈ ਐਂ ਨੂੰ ਕਰ ਦਿੰਦਾ ਕਦੇ ਐਂ ਕਰਦਾ ਆਪਾਂ ਨੂੰ ਪਤਾ ਆਪਾਂ ਪਤਾ ਕੀ ਕਹਿੰਦੇ ਮਰੂ ਹੈ ਬੰਦਾ ਇਹ ਨਹੀਂ ਜਾਂਦਾ ਘਰ ਤੱਕ ਇਹ ਮਰੂ ਹੈ ਇਹ ਤਾਂ ਨਹੀਂ ਪਹੁੰਚਦਾ ਘਰੇ ਐਂ ਕਰਦੇ ਆਪਾਂ ਫਿਰ ਆਪਣੇ ਘਰ ਵਾਲੀ ਜਾਂ ਆਪਾਂ ਆਪਣੇ ਵਾਲੇ ਤੂੰ ਹੌਲੀ ਕਰ ਲੈ ਹੌਲੀ ਕਰ ਲੈ ਤੂੰ ਲੰਘ ਜਾਣ ਦੇ ਤੂੰ ਜਾਣ ਤੇ ਕਿੱਥੇ ਅੱਗ ਲਾਈ ਕਿਹੜੀ ਅੱਗ ਭਜਾਊਏ ਜਾ ਕੇ ਜਾਂ ਚੱਲ ਲੰਘ ਜਾਣ ਦੇ ਆਪਾਂ ਐਂ ਕਰਦੇ ਹਾਂ ਫਿਰ ਆਪਾਂ ਹੀ ਕਰਦੇ ਹਾਂ ਆਪਾਂ ਬਚ ਗਏ ਸੁੱਖ ਦਾ ਸਾਹ ਆਇਆ ਹੁਣ ਮਰਦਾ ਮਰ ਜੇ ਚਾਰ ਹੋਰ ਮਾਰਦੇ ਸਾਨੂੰ ਕੀ ਵੀ ਆਪਾਂ ਸੌਖੇ ਹਾਂ ਬਾਹਰਲਿਆਂ ਦੇਸ਼ਾਂ 'ਚ ਨਹੀਂ ਐ ਹੋ ਸਕਦਾ ਇੱਕ ਬੰਦਾ ਗਲਤ ਗੱਡੀ ਚਲਾਉਂਦਾ ਐ ਛੱਕ ਪੈ ਗਿਆ ਤੇ ਗੋਰਿਆਂ ਨੂੰ ਇਹ ਹੋ ਜਾਂਦਾ ਵੀ ਜੇ ਇਹਨੂੰ ਨਾ ਟੋਕਿਆ ਇਹਦੀ ਸ਼ਿਕਾਇਤ ਨਾ ਕੀਤੀ 911 ਤੇ ਫੋਨ ਨਾ ਕੀਤਾ ਪੁਲਿਸ ਨੂੰ ਉੱਥੇ ਹੀ ਉਹਨੇ ਘਵਾ ਦੇਣਾ ਬੈਠੇ ਬੈਠੇ ਨੇ ਵੀ ਇੰਨੇ ਨੰਬਰ ਗੱਡੀ ਇਸ ਥਾਂ ਤੇ ਜਾਂਦੀ ਹੈ ਬੰਦਾ ਕੱਟ ਮਾਰ ਗਿਆ ਦੋ ਗੱਡੀਆਂ ਨੂੰ ਨਾਲੇ ਮਰੇਗਾ ਨਾਲੇ ਹੋਰਾਂ ਨੂੰ ਮਾਰੂ ਹੁਣੇ ਹੀ ਆਓ ਇੱਕ ਮਿੰਟ ਤੋਂ ਪਹਿਲਾਂ ਬੰਦੇ ਦੀ ਗੱਡੀ ਘੀਰ ਲੈਂਦੇ ਆ ਕੇ ਇੱਥੇ ਖੜ ਜਾ ਜਾਣ ਨਹੀਂ ਦਿੰਦੇ ਆ ਜਿੰਨਾ ਗੰਦ ਪੈਂਦਾ ਛੜਕਾਂ ਤੇ ਐਕਸੀਡੈਂਟ ਹੁੰਦੇ ਆ ਸਾਡੀ ਉਹਦੇ 'ਚ ਸਹਿਮਤੀ ਹੁੰਦੀ ਹੈ ਬਾਹਰਲੇ ਨਹੀਂ ਸਹਿਮਤ ਹੁੰਦੇ ਉਹ ਕਹਿੰਦੇ ਨਾ ਸਿਸਟਮ ਖਰਾਬ ਨਹੀਂ ਹੋਣ ਦੇਣਾ ਜਿੱਦਾਂ ਮੇਰੀ ਜਾਨ ਹੈ ਇਦਾਂ ਹੀ ਲੋਕਾਂ ਦੀ ਜਾਨ ਹੈ ਉਹਨਾਂ ਨੂੰ ਰੱਬ ਦਿਸਦਾ ਸਾਰਿਆਂ 'ਚੋਂ ਸਾਨੂੰ ਰੱਬ ਸਿਰਫ ਗੁਰਦੁਆਰੇ ਦਿਸਦਾ ਹੈ ਬੰਦੇ ਮਰਦੇ ਨੇ ਮਰਦੇ ਰਹਿਣ ਸਾਨੂੰ ਕਿਸੇ 'ਚੋਂ ਰੱਬ ਨਹੀਂ ਦਿਸਦਾ ਸਾਨੂੰ ਕੀ ਹੈ ਯਾਰ ਸਾਡੀ ਜਾਨ ਬਚ ਗਈ ਬਸ ਇਹ ਸਿਸਟਮ ਹੈ ਸਾਡਾ ਐਦਾਂ ਨਹੀਂ ਬਦਲੇਗਾ ਬੋਲੋ ਉਸ ਸ਼ਰਾਬੀ ਨਾਲ ਸਹਿਮਤ ਨਾ ਹੋਵੋ ਫੋਨ ਕਰ ਕਿਤੇ ਨਾ ਕਿਤੇ ਕੋਸ਼ਿਸ਼ ਕਰ ਵੀ ਇਹ ਬੰਦਾ ਮੁੜ ਕੇ ਨਾ ਕਿਸੇ ਨਾਲ ਧੱਕਾ ਕਰ ਜੇ ਕਿਤੇ ਪਰ ਐਸਾ ਹੈ ਨਹੀਂ ਜੀ ਅੱਜ ਮੈਂ ਵੇਖਿਆ ਹੈ ਸਾਰੀ ਦੁਨੀਆ ਸਲਾਮਾਂ ਦੇਣ ਆਉਂਦੀ ਹੈ ਤੇਰਾ ਦਿਮਾਗ ਠੀਕ ਹੈ ਐਡੇ ਵੱਡੇ ਬੰਦੇ ਨਾਲ ਪੰਗਾ ਲੈ ਕੇ ਬਹਿ ਗਿਆ ਤੇਰਾ ਦਿਮਾਗ ਮਾੜਾ ਮੋਟਾ ਕੰਮ ਕਰਦਾ ਕਿ ਨਹੀਂ ਕਰਦਾ ਕਿਉਂ ਮਰਨ ਨੂੰ ਫਿਰਦਾ ਤੂੰ ਇਹ ਤੇ ਕਰਦੇ ਹੀ ਆਏ ਨੇ ਮੱਝ ਲਿਬੜੀ ਹੈ ਤੈਂ ਜ਼ਰੂਰੀ ਲਿਬੜਨਾ ਸਾਰੇ ਤੂੰ ਧੋਤੀ ਮੱਝ ਬਣਿਆ ਰਹਿ ਸਾਥੋਂ ਨਹੀਂ ਬਣਿਆ ਜਾਣਾ ਜੇ ਉਹ ਲਿਬੜਿਆ ਤੇ ਲਿਬੜਾਂਗੇ ਅਸੀਂ ਵੀ ਨਾਲ ਐ ਰੱਖੋ ਕਿਸੇ ਨੂੰ ਚਿੱਕੜ ਚੋਂ ਕੱਢਣਾ ਤੇ ਚਿੱਕੜ ਦੇ ਵਿੱਚ ਵੜਨਾ ਪੈਣਾ ਸਮਾਜ ਨੂੰ ਬਦਲਣ ਵਾਸਤੇ ਤੁਹਾਨੂੰ ਆਵਾਜ਼ ਉਠਾਉਣੀ ਪੈਣੀ ਹੈ ਖਮਿਆਜੇ ਭੁਗਤਣੇ ਪੈਣਗੇ ਤੇ ਭੁਗਤੋ ਫਿਰ ਵੈਸੇ ਵੀ ਪਿਆਰੇ ਹੋ 20 ਸਾਲ ਵੱਧ ਜੀ ਕੇ ਮਰ ਜਾਏਗਾ ਕਹਿੰਦੇ ਘੱਟ ਜਿਉਂ ਲੈ ਦੋ ਕਦਮ ਘੱਟ ਤੁਰਨਾ ਮੜਕ ਨਾਲ ਤੇ ਤੁਰ ਲੱਤਾਂ ਜੀਆਂ ਘੜੀਸ ਕੇ ਫਿਰ ਕਿਉਂ ਤੁਰਦਾ ਚਲੋ ਵੇਖੋ ਮਰ ਤੇ 20 ਸਾਲ ਨੂੰ ਵੈਸੇ ਵੀ ਜਾਣਾ ਹੀ ਹੈ
ਪਰ ਕੋਈ ਏਮ ਬਣਾ ਲੈ ਮਰਨ ਦਾ ਸਵਾਦ ਆ ਜੂ ਵੱਡੇ ਏਮ ਵਾਲਿਆਂ ਦੀ ਗੱਲ ਹੁੰਦੀ ਇੱਕ ਗੱਲ ਹੋਰ ਸੁਣੋ ਧਿਆਨ ਨਾਲ ਸੁਣਿਓ ਆ ਗੱਲ ਧਿਆਨ ਨਾਲ ਸੁਣਿਓ ਜ਼ਿੰਦਗੀ ਵਿੱਚ ਤਾਂ ਟੀਚਾ ਬਣਾਓ ਟੀਚਾ ਮਿਥੋ ਜਦੋਂ ਟੀਚਾ ਮਿਥ ਕੇ ਜਿਉਂਦੇ ਹੋ ਫਿਰ ਤੁਹਾਡੇ ਮਰਨ ਦੀ ਕਦਰ ਪੈਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਸੋਚ ਕੇ ਦੱਸੋ ਸਿੰਘੋ ਜਰਾ ਕੁ ਦਿਮਾਗ ਤੇ ਵਜਨ ਪਾਓ ਬਈ ਸਾਹਿਬਜ਼ਾਦਿਆਂ ਦੀ ਗੰਗੂ ਨੇ ਸਾਹਿਬਜ਼ਾਦਿਆਂ ਦੇ ਨਾਲ ਬੱਚਿਆਂ ਨਾਲ ਮਾਤਾ ਗੁਜਰ ਕੌਰ ਜੀ ਨਾਲ ਧੋਖਾ ਕੀਤਾ ਗੰਗੂ ਦਾ ਨਾਮ ਹੈ ਗੰਗੂ ਦਾ ਨਾਮ ਹੈ ਵੀ ਧੋਖੇਬਾਜ਼ਾਂ ਵਿੱਚ ਉਹਦਾ ਨਾਮ ਆਉਂਦਾ ਹੈ ਕੁੰਮੇ ਮਾਸ਼ਕੀ ਨੇ ਮਾਤਾ ਜੀ ਨੂੰ ਜਾਂ ਕੁੰਮੇ ਮਾਸ਼ਕੀ ਨੂੰ ਛੱਡੋ ਆਪਾਂ ਗੱਲ ਕਰ ਲਓ ਮੋਤੀ ਰਾਮ ਮਹਿਰੇ ਦੀ ਜਿਹਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਮੋਤੀ ਰਾਮ ਨੇ ਦੁੱਧ ਪਿਆਇਆ ਔਖੇ ਵੇਲੇ ਦੁਖੀਆਂ ਨੂੰ ਉਸ ਵੇਲੇ ਭੁੱਖ ਲੱਗੀ ਹੈ ਠੰਡ ਦਾ ਸਮਾਂ ਹੈ ਮੋਤੀ ਰਾਮ ਜੀ ਮਹਿਰਾ ਜੀ ਨੇ ਦੁੱਧ ਪਿਆਇਆ ਬੁਰਜ ਨੂੰ ਪੌੜੀ ਲਾਈ ਪਹਿਰੇਦਾਰਾਂ ਨੂੰ ਪੈਸਾ ਦਿੱਤਾ ਕੀ ਮੋਤੀ ਰਾਮ ਵਰਗੀ ਸੇਵਾ ਇੱਥੇ ਕਿਸੇ ਬੰਦੇ ਦੀ ਕਿਸੇ ਨੇ ਨਹੀਂ ਕੀਤੀ ਧਿਆਨ ਨਾਲ ਸੁਣਿਓ ਮੋਤੀ ਰਾਮ ਵਰਗੀ ਸੇਵਾ ਦੁਖੀ ਬੰਦਾ ਮਰਦੇ ਮਰਦੇ ਨੂੰ ਕਿਸੇ ਨੇ ਨਹੀਂ ਦੁੱਧ ਪਿਆਇਆ ਰੋਟੀ ਨਹੀਂ ਖਵਾਈ ਸਾਂਭਿਆ ਨਹੀਂ ਨਹੀਂ ਇੱਥੇ ਬੜੇ ਟੋਇਆਂ ਚ ਪਿਆਂ ਨੂੰ ਡਿੱਗਿਆਂ ਪਿਆਂ ਨੂੰ ਲਵਾਰਸਾਂ ਨੂੰ ਐ ਬੱਚਾ ਮਰਦਾ ਸੀ ਉਹਨੂੰ ਚੱਕ ਕੇ ਲੈ ਗਿਆ ਸਾਂਭਿਆ ਕੰਮ ਮੋਤੀ ਰਾਮ ਵਰਗਾ ਹੋਰ ਵੀ ਬੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਚ ਕੀਤਾ ਹੋ ਸਕਦਾ ਤੁਹਾਡੇ ਚ ਵੀ ਕਿਸੇ ਨੇ ਕੀਤਾ ਹੋਵੇ ਵੀ ਬੰਦਾ ਮਰ ਚੱਲਿਆ ਸੀ ਸਾਂਭ ਲਿਆ ਪਰ ਤੁਸੀਂ ਮੋਤੀ ਰਾਮ ਕਿਉਂ ਨਹੀਂ ਬਣ ਸਕੇ ਜਾਨ ਤੇ ਤੁਸੀਂ ਵੀ ਦੋ ਦੀ ਬਚਾਈ ਸੀ ਤੇ ਤੁਹਾਡਾ ਮੋਤੀ ਰਾਮ ਵਾਲਾ ਨਾਂ ਕਿਉਂ ਨਹੀਂ ਬਣਿਆ ਦੋ ਬੰਦੇ ਸੀ ਮਰਦੇ ਮਰਦੇ ਤੁਸੀਂ ਬਚਾਏ ਸੀ ਦੋ ਮਹੀਨੇ ਘਰੇ ਰੱਖੇ ਸੇਵਾ ਕਰੀ ਠੀਕ ਕਰਕੇ ਘਰ ਨੂੰ ਭੇਜਦੇ ਮੋਤੀ ਰਾਮ ਕਿਉਂ ਨਹੀਂ ਬਣ ਗਏ ਤੁਸੀਂ ਅੱਜ ਵੀ ਪਿੰਗਲਵਾੜਿਆਂ ਵਿੱਚ ਜਾਂ ਕਈ ਜਗ੍ਹਾ ਲੋਕੀ ਕਿਵੇਂ ਸਾਂਭਦੇ ਆ ਰੋਗੀਆਂ ਨੂੰ ਸਾਂਭਦੇ ਕਿ ਨਹੀਂ ਸਾਂਭਦੇ ਮਰ ਚੱਲੇ ਸੀ ਜੀ ਅੰਦਰ ਹੀ ਪਏ ਸੀ ਦੋਵੇਂ ਜਣੇ ਮਰ ਚੱਲੇ ਸੀ ਸਾਂਭ ਲੈ ਜਾ ਕੇ ਅੱਜ ਮੋਤੀ ਰਾਮ ਜਿੰਨਾ ਸਤਿਕਾਰ ਕਿਉਂ ਨਹੀਂ ਹੁੰਦਾ ਅੱਗੇ ਸੁਣੋ ਗੰਗੂ ਨੇ ਧੋਖਾ ਕੀਤਾ ਗੰਗੂ ਨੇ ਧੋਖਾ ਕੀਤਾ ਕੀ ਗੰਗੂ ਵਰਗਾ ਧੋਖਾ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਬੰਦਿਆਂ ਨਾਲ ਨਹੀਂ ਹੋਇਆ ਧੋਖਾ ਗੰਗੂ ਵਾਲਾ ਕਈ ਬੰਦੇ ਇਹੋ ਜਿਹੇ ਨੇ ਇੱਥੇ ਵੀ ਜਿਨ੍ਹਾਂ ਦੇ ਯਾਰ ਬੇਲੀ ਬਣ ਕੇ ਯਾਰ ਬਣ ਕੇ ਮਿੱਤਰ ਬਣ ਕੇ ਸਾਰਾ ਘਰ ਬਰਬਾਦ ਕਰ ਗਏ ਜ਼ਮੀਨਾਂ ਨਾ ਲਵਾ ਗਏ ਬਿਜ਼ਨਸ ਸਾਂਭ ਗਏ ਪ੍ਰਾਪਰਟੀਆਂ ਸਾਂਭ ਗਏ ਕੋਠੀਆਂ ਨਾਮ ਲਵਾ ਗਏ ਇਹ ਗੰਗੂ ਤੋਂ ਘੱਟ ਥੋੜਾ ਇਦਾਂ ਦੇ ਬੰਦੇ ਗੰਗੂ ਕੀ ਸਾਡੀ ਜ਼ਿੰਦਗੀ ਚਾਹੁੰਦਾ ਨਹੀਂ ਇੱਥੇ ਤੁਹਾਡੇ ਰਿਸ਼ਤੇਦਾਰੀ ਵਿੱਚ ਤੁਹਾਡੇ ਪਿੰਡਾਂ 'ਚ ਦੋਸਤ ਬਣ ਕੇ ਆਏ ਗੰਗੂ ਬਹੁਤ ਹੋਣਗੇ ਪਰ ਗੰਗੂ ਉਹਨਾਂ ਗੰਗੂਆਂ ਦਾ ਜ਼ਿਕਰ ਕੋਈ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਸੇਵਾ ਕਰਨ ਵਾਲੇ ਮੋਤੀ ਰਾਮ ਮਹਿਰੇ ਵਰਗੇ ਆਏ ਹੋਣਗੇ ਪਰ ਉਹਨਾਂ ਮੋਤੀ ਰਾਮਾਂ ਦਾ ਨਾਮ ਕੋਈ ਨਹੀਂ ਕਿਉਂ ਨਹੀਂ ਭਲਾ ਕਿਉਂਕਿ ਜਿਨ੍ਹਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਟੀਚਾ ਏਮ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਏਮ ਕੋਈ ਨਹੀਂ ਜੇ ਤੇਰਾ ਕੋਈ ਏਮ ਹੀ ਨਹੀਂ ਜ਼ਿੰਦਗੀ ਦਾ ਤੇਰਾ ਕੋਈ ਮਕਸਦ ਨਹੀਂ ਤੇਰੀ ਜ਼ਿੰਦਗੀ 'ਚ ਕੋਈ ਆਵੇ ਤਾਂ ਕੋਈ ਅਰਥ ਨਹੀਂ ਤੇਰੀ ਜ਼ਿੰਦਗੀ 'ਚੋਂ ਕੋਈ ਜਾਵੇ ਤਾਂ ਕੋਈ ਅਰਥ ਨਹੀਂ ਕਿਉਂਕਿ ਤੇਰੀ ਖੁਦ ਦੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਤੇ ਜਦੋਂ ਤੂੰ ਖੁਦ ਆਪਣਾ ਏਮ ਬਣਾਏਗਾ ਤੇਰਾ ਇਤਿਹਾਸ ਬਣੇਗਾ ਤੂੰ ਸਮਾਜ ਦੇ ਭਲੇ ਵਾਸਤੇ ਕੁਝ ਕਰਨ ਤੁਰਿਆ ਹੈ ਜਦੋਂ ਤੇਰਾ ਇਤਿਹਾਸ ਬਣੇਗਾ ਤੂੰ ਟੀਚਾ ਲੈ ਕੇ ਏਮ ਲੈ ਕੇ ਤੁਰੇਗਾ ਫਿਰ
ਤੇਰੀ ਗੱਲ ਹੋਣੀ ਹੈ ਤੂੰ ਇਤਿਹਾਸ ਦੇ ਵਿੱਚ ਤੇਰਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਹੈ ਫਿਰ ਤੇਰੇ ਨਾਲ ਸਾਥ ਦੇਣ ਵਾਲਿਆਂ ਦਾ ਨਾਮ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ ਹੈ ਤੇ ਤੇਰੇ ਨਾਲ ਗਦਾਰੀ ਕਰਨ ਵਾਲਿਆਂ ਦਾ ਵੀ ਜ਼ਿਕਰ ਉਸੇ ਇਤਿਹਾਸ ਵਿੱਚ ਹੋਣਾ ਹੈ ਕਿਉਂ ਕਿਉਂਕਿ ਫਿਰ ਇਤਿਹਾਸ ਤੇਰਾ ਬਣਨਾ ਹੈ ਮੋਤੀ ਰਾਮ ਦਾ ਜ਼ਿਕਰ ਤੇ ਤਾਂ ਹੋਏਗਾ ਜੇ ਤੂੰ ਸਾਹਿਬਜ਼ਾਦਿਆਂ ਵਾਲਾ ਟੀਚਾ ਲੈ ਕੇ ਤੁਰੇਗਾ ਸਾਹਿਬਜ਼ਾਦਿਆਂ ਵਾਲਾ ਏਮ ਲੈ ਕੇ ਤੁਰੇਗਾ ਜੇ ਸਾਡਾ ਏਮ ਕੋਈ ਨਹੀਂ ਸਾਡੀ ਜ਼ਿੰਦਗੀ 'ਚ ਚਾਹੇ ਕੋਈ ਆਵੇ ਤੇ ਚਾਹੇ ਕੋਈ ਸਾਡੀ ਜ਼ਿੰਦਗੀ 'ਚੋਂ ਜਾਵੇ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਇਤਿਹਾਸ ਬਣੇਗਾ ਕੋਈ ਕੋਈ ਮਕਸਦ ਲੈ ਕੇ ਤੁਰ ਕੋਈ ਏਮ ਲੈ ਕੇ ਜ਼ਿੰਦਗੀ ਜਿਉਂ ਫਿਰ ਪਤਾ ਲੱਗਣਾ ਵੀ ਕੋਈ ਅਰਥ ਹੈ ਸਾਡੀ ਜ਼ਿੰਦਗੀ ਦਾ ਅਰਥ ਹੈ ਤਾਂ ਕਰਕੇ ਜਦੋਂ ਬੰਦਾ ਧੱਕਾ ਕਰਦਾ ਨਾ ਸਹਿਮਤ ਨਾ ਹੋ ਖੜ ਜਾ ਬਸ ਧੱਕਾ ਝੱਲੇਗਾ ਉਹਨੂੰ ਫਿਊਲ ਮਿਲਦਾ ਹੈ ਧੱਕਾ ਕਰਨ ਵਾਲੇ ਨੂੰ ਤੂੰ ਫਿਊਲ ਦੇ ਰਿਹਾ ਹੈ ਤਾਕਤ ਦੇ ਰਿਹਾ ਹੈ ਉਹਨੇ ਹੋਰ ਪਤਾ ਨਹੀਂ ਕਿੰਨਿਆਂ ਕੁ ਨਾਲ ਧੱਕਾ ਕਰਨਾ ਹੈ ਆਕਸੀਜਨ ਨਾ ਦੇ ਉਹਨੂੰ ਖੜ ਉਹਦੇ ਸਾਹਮਣੇ ਗੱਲ ਕਰ ਅਸਲੀ ਧਰਮੀ ਬਣ ਕੇ ਵਿਖਾ ਇੱਥੇ ਅਬਦੁਲ ਸਮੁੰਦ ਖਾਨ ਸਰਹੰਦ ਦਾ ਬਣਾਤਾ ਉਹਨੂੰ ਨਵਾਬ ਸਰਹੰਦ ਦੀ ਦੇਤੀ ਨਵਾਬੀ ਤੇ ਅਬਦੁਲ ਸਮੁੰਦ ਖਾਨ ਜਿਹੜਾ ਹੈ ਇਹ ਪਟਿਆਲੇ ਨੂੰ ਚੱਲਿਆ ਸੁਣਿਓ ਪਿਆਰਿਓ ਧਿਆਨ ਨਾਲ ਸਵਾ ਦੋ ਘੰਟੇ ਹੋ ਗਏ ਸਾਢੇ ਦਸ ਪੰਜ ਕੁ ਮਿੰਟ ਰਹਿ ਗਏ ਦਸ ਕੁ ਮਿੰਟ ਟਕਾ ਬਣਾ ਕੇ ਰੱਖਿਓ ਤੁਸੀਂ ਇੰਨਾ ਚਿਰ ਸਵਾ ਦੋ ਘੰਟੇ ਵੇਖੋ ਲੰਘ ਗਏ ਥੋੜ੍ਹਾ ਜਿਹਾ ਟਾਈਮ ਆਪਾਂ ਹੋਰ ਰੱਖੀਏ ਟਕਾ ਬਣਾ ਕੇ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਬੇਨਤੀ ਹੈ ਪੰਜ ਸੱਤ ਮਿੰਟ ਕਿਰਪਾ ਕਰਕੇ ਟਕਾ ਰੱਖਿਓ ਹਾਜ਼ਰ ਰਿਹੋ ਪਿਆਰਿਓ ਹਾਜ਼ਰ ਰਿਹੋ ਸੌ ਬਰਸ ਕਾ ਜੀਨਾ ਵੀ ਬੇਕਾਰ ਕਾ ਜੀਨਾ ਹੈ ਦੋ ਬਰਸ ਜੀਆ ਹੋਤਾ ਕੁਛ ਕਰਕੇ ਜੀਆ ਦੋ ਸਾਲ ਹੀ ਜਿਉਂਦਾ ਕੁਝ ਕਰਦਾ ਤੇ ਸਹੀ ਸੌ ਸਾਲ ਛੱਡ ਤੇਰਾ ਦੋ ਸਾਲ ਹੀ ਬਹੁਤ ਸੀ ਇੰਨੇ ਹੀ ਬਹੁਤ ਹੈ ਅਬਦੁਲ ਸਮੁੰਦ ਖਾਨ ਹੰਕਾਰ ਦੇ ਵਿੱਚ ਸਰਹੰਦ ਤੋਂ ਪਟਿਆਲੇ ਜਾ ਰਿਹਾ ਉਦੋਂ ਕੱਚੇ ਰਾਹ ਹੋਣਗੇ ਤੇ ਰਸਤੇ ਦੇ ਵਿੱਚ ਪਿੰਡ ਆਇਆ ਮੁਗਲ ਮਾਜਰਾ ਤੇ ਮੁਗਲ ਮਾਜਰਾ ਪਿੰਡ ਅੱਜ ਉਸ ਪਿੰਡ ਦਾ ਨਾਂ ਹੈ ਜੀ ਬਾਰਨ ਮੇਨ ਰੋਡ ਦੇ ਉੱਪਰ ਪਿੰਡ ਹੈ ਬਾਰਨ ਪਟਿਆਲੇ ਤੋਂ 5 ਕਿਲੋਮੀਟਰ ਉਰੇ ਹੈ ਪਟਿਆਲੇ ਤੋਂ ਪਹਿਲਾਂ ਆ ਜਾਂਦਾ ਹੈ ਪਿੰਡ ਬਾਰਨ ਉੱਥੇ ਇੱਕ ਗੁਰੂ ਜੀ ਦਾ ਸਿੱਖ ਬਾਣੀ ਪੜ੍ਹਨ ਵਾਲਾ ਭਾਈ ਜੈ ਸਿੰਘ ਉਹ ਇਦਾਂ ਇਸ਼ਨਾਨ ਕਰਦਾ ਹੈ ਆਪਣੀ ਮੌਜ ਵਿੱਚ ਬੈਠਾ ਹੈ ਆਪਣੀ ਮਸਤੀ 'ਚ ਬੈਠਾ ਹੈ ਇਸ਼ਨਾਨ ਕਰਦਾ ਇਹ ਜਦੋਂ ਸਮੁੰਦ ਖਾਨ ਲੰਘਿਆ ਉੱਥੋਂ ਦੀ ਇਹਦਾ ਕਾਫਲਾ ਲੰਘਿਆ ਸਰਹੰਦ ਤੋਂ ਪਟਿਆਲੇ ਜਾ ਰਿਹਾ ਤੇ ਜਦੋਂ ਇਦਾਂ ਉਹਨੇ ਵੇਖਿਆ ਨਾ ਵੀ ਬੰਦਾ ਨਹਾ ਰਿਹਾ ਕੋਈ ਉਹਦੇ ਸਿਰ ਦੇ ਉੱਤੇ ਨਾ ਸ੍ਰੀ ਸਾਹਿਬ ਇਦਾਂ ਬੰਨੀ ਹੋਈ ਹੈ ਇਸ਼ਨਾਨ ਕਰਨ ਲੱਗਿਆ ਸਿਰ ਤੇ ਬੰਨ ਲਈ ਇਹਨੇ ਵੇਖ ਕੇ ਗੁੱਸਾ ਚੜ ਗਿਆ ਵੀ ਇਹ ਸਿੱਖ ਲੱਗਦਾ ਕੋਈ ਕਸ਼ਹਿਰਾ ਪਾਇਆ ਦਿਸਦਾ ਵੀ ਨਹਾਉਂਦਾ ਇਹ ਸਿੱਖ ਹੈ ਕਹਿੰਦਾ ਰੁਕ ਜਾ ਰੁਕ ਗਿਆ ਉਹਨਾਂ ਲਈ ਹੁਣ ਆਮ ਹੀ ਹੁੰਦਾ ਸੀ ਇਹੋ ਜਿਹੇ ਬੰਦਿਆਂ ਨੂੰ ਛੇੜਨਾ ਗੱਲ ਕਰਨੀ ਸਜ਼ਾ ਦੇਣੀ ਉਹਨਾਂ ਨੂੰ ਸਵਾਦ ਆਉਂਦਾ ਇਹੋ ਜਿਹੇ ਕੰਮਾਂ 'ਚ ਉਹ ਸਮੁੰਦ ਖਾਂ ਖੜ ਗਿਆ ਹੁਣ ਉਹ ਬਾਰਨ ਪਿੰਡ ਹੈ ਅੱਜ ਕੱਲ੍ਹ ਬਾਰਨ ਪਿੰਡ ਹੈ ਉਦੋਂ ਮੁਗਲ ਮਾਜਰਾ ਹਾਂ ਬਈ ਗੱਲ ਸੁਣ ਇੱਧਰ ਆ ਭਾਈ ਜੈ ਸਿੰਘ ਕਸ਼ਹਿਰਾ ਬਦਲ ਕੇ ਫਟਾਫਟ ਆ ਗਿਆ ਹਾਂਜੀ ਦੱਸੋ ਤੈਂ ਸਲਾਮ ਨਹੀਂ ਕਰੀ ਕੋਈ ਧਿਆਨ ਹੀ ਨਹੀਂ ਦਿੱਤਾ ਅਸੀਂ ਕੋਲੋਂ ਲੰਘ ਚੱਲੇ ਉਹ ਕਹਿੰਦਾ ਜੀ ਮੈਂ ਆਪਣੀ ਮਸਤੀ ਦੇ ਵਿੱਚ ਹੀ ਨਹਾ ਰਿਹਾ ਸੀ ਮੈਨੂੰ ਪਤਾ ਨਹੀਂ ਜੀ ਲੱਗਿਆ ਮੈਨੂੰ ਪਤਾ ਨਹੀਂ ਲੱਗਿਆ ਗਲਤੀ ਹੋ ਗਈ ਤਾਂ ਕਰਕੇ ਮੈਂ ਆਪਣੀ ਮਸਤੀ 'ਚ ਨਹਾਉਂਦਾ ਸੀ ਮੈਨੂੰ ਪਤਾ ਹੀ ਨਹੀਂ ਤੁਸੀਂ ਕੋਲੋਂ ਲੰਘੇ ਜਾਂਦੇ ਹੋ ਸਜ਼ਾ ਮਿਲੇਗੀ ਇਹਦੀ ਉਹ ਹੁਣ ਕਹਿੰਦਾ ਜੀ ਸਜ਼ਾ ਕੀ
ਕਹਿੰਦੇ ਆ ਸਮਾਨ ਚੱਕ ਪਟਿਆਲਾ ਉੱਥੇ 5 ਕਿਲੋਮੀਟਰ ਰਿਆਸਤ ਉੱਥੇ ਤੱਕ ਪਹੁੰਚਾ ਕੇ ਆ ਚੱਲ ਚੱਲ ਖੜਾ ਹੋ ਭਾਈ ਜੈ ਸਿੰਘ ਜੀ ਕਹਿਣ ਲੱਗੇ ਬਈ ਚੱਕ ਲੈਣੇ ਇਹ ਤਾਂ ਚੱਕਣ ਲੱਗਿਆ ਸਮਾਨ ਦੀ ਪੰਡ ਹੈ ਹੁਣ ਹੈ ਕੀ ਹੈ ਜੀ ਇਹਦੇ ਵਿੱਚ ਕਹਿੰਦੇ ਨਵਾਬ ਸਾਹਿਬ ਹੁੱਕਾ ਪੀਂਦੇ ਐ ਤੇ ਹੁੱਕਾ ਹੈ ਹੁਣ ਕੈਂਸਰ ਹੈ ਜਿਹੜਾ ਅੱਜ ਵੀ ਕਹਿੰਦੇ ਐ ਵੀ ਤੰਬਾਕੂ ਤੋਂ ਪੈਦਾ ਹੁੰਦਾ ਹੈ ਸਾਨੂੰ ਤੰਬਾਕੂ ਤੋਂ ਮਹਾਰਾਜ ਨੇ ਰੋਕਿਆ ਬੱਜਰ ਗ੍ਰਹਿਤ ਅੰਮ੍ਰਿਤ ਛਕਾਉਣ ਵੇਲੇ ਵੀ ਕਹਿੰਦੇ ਐ ਤੰਬਾਕੂ ਮਾੜਾ ਹੈ ਤੰਬਾਕੂ ਤੋਂ ਅੱਜ ਕਹਿੰਦੇ ਐ ਕੈਂਸਰ ਪੈਦਾ ਹੁੰਦਾ ਹੈ ਤੰਬਾਕੂ ਨੂੰ ਕਹਿੰਦੇ ਹੱਥ ਵੀ ਨਹੀਂ ਲਾਉਣਾ ਇਹ ਐਡੀ ਭੈੜੀ ਬੂਟੀ ਹੈ ਤੋਂ ਬਚ ਕੇ ਰਹੋ ਕਹਿੰਦੇ ਇਹਦੇ ਚ ਨਵਾਬ ਸਾਹਿਬ ਦਾ ਹੁੱਕਾ ਐ ਹੱਥ ਪਾਉਣ ਹੀ ਲੱਗਿਆ ਸੀ ਐਂ ਹਟ ਗਿਆ ਕਹਿੰਦਾ ਜੀ ਹੋਰ ਕੋਈ ਕੰਮ ਕਰਾ ਲਓ ਹੁੱਕਾ ਨਾ ਚਕਾਓ ਸਿਰ ਤੇ ਮੈਨੂੰ ਤੇ ਵੈਸੀ ਅਲਕਤ ਜੀ ਆਉਂਦੀ ਹੈ ਇਹਨੂੰ ਵੇਖ ਕੇ ਜਿਹੜੇ ਪੀਂਦੇ ਨੇ ਮੈਨੂੰ ਤੇ ਉਹ ਚੰਗੇ ਨਹੀਂ ਲੱਗਦੇ ਹੁਣ ਹੁੱਕਾ ਮੈਂ ਸਿਰ ਤੇ ਚੱਕ ਕੇ ਲੈ ਕੇ ਜਾਊਂ ਸਿਰ ਤੇ ਮੈਂ ਸਿਰ ਤੇ ਕੋਈ ਹੋਰ ਸਮਾਨ ਕਹਿ ਦੋ ਮੈਂ ਚੱਕ ਕੇ ਲੈ ਜਾਂਦਾ ਆ ਹੁੱਕਾ ਨਹੀਂ ਮੈਂ ਤੰਬਾਕੂ ਨਹੀਂ ਚੱਕਣਾ ਐਂ ਕਿਹਾ ਉਹਨੇ ਉੱਥੇ ਫਿਰ ਕਹਿੰਦੇ ਨਵਾਬ ਗੁੱਸੇ 'ਚ ਆਇਆ ਬਹੁਤ ਖਿੱਚ ਕੇ ਬੋਲਿਆ ਕਹਿੰਦੇ ਚੱਕਣਾ ਪਊ ਤੈਨੂੰ ਰੋਬ ਮਾਰਦਾ ਕਹਿੰਦਾ ਜੀ ਵੇਖੋ ਗੱਲ ਸੁਣੋ ਸਾਡੀ ਕੋਈ ਮਰਿਆਦਾ ਸਾਡੇ ਜਿਉਣ ਦਾ ਕੋਈ ਢੰਗ ਤਰੀਕਾ ਹੈ ਸਾਡਾ ਕੋਈ ਅਸੂਲ ਹੈ ਮੈਂ ਐਦਾਂ ਜ਼ਿੰਦਗੀ ਜਿਉਣ ਦਾ ਫੈਸਲਾ ਲੈ ਲਿਆ ਵੀ ਮੈਂ ਐਦਾਂ ਆਪਣੀ ਜ਼ਿੰਦਗੀ ਜਿਉਣੀ ਹੈ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਮੈਂ ਤੰਬਾਕੂ ਨੂੰ ਹੱਥ ਨਹੀਂ ਲਾਉਣਾ ਮੈਂ ਆਪਣੇ ਕੇਸ ਨਹੀਂ ਕਟਾਉਣੇ ਮੈਂ ਐਦਾਂ ਦਾ ਫੈਸਲਾ ਕਰ ਲਿਆ ਨਾ ਵੀ ਮੈਨੂੰ ਚੰਗੀ ਲੱਗਦੀ ਹੈ ਜ਼ਿੰਦਗੀ ਐਦਾਂ ਦੀ ਅਸੀਂ ਤੁਹਾਡੇ ਨਾਗਰਿਕ ਹਾਂ ਸਾਡੀ ਹਿਫਾਜ਼ਤ ਕਰੋ ਇਹ ਤੇ ਜ਼ਬਰ ਹੈ ਨਾ ਧੱਕਾ ਹੈ ਤੂੰ ਜੋ ਕਹੇਗਾ ਮੈਂ ਚੱਕਣ ਨੂੰ ਤਿਆਰ ਹਾਂ ਪਰ ਮਾੜਾ ਮੋਟਾ ਇਹ ਵੀ ਤਾਂ ਸੋਚ ਵੀ ਮੈਂ ਇਦਾਂ ਮੰਨਦਾ ਤੂੰ ਮੇਰੇ ਸਿਰ ਤੇ ਤੰਬਾਕੂ ਨਾ ਚੱਕਾ ਹੋਰ ਆ ਪੰਡਾਂ ਹੋਰ ਬਥੇਰੇ ਚੱਕੀ ਫਿਰਦੇ ਐ ਆ ਦੂਜੀ ਪੰਡ ਮੈਨੂੰ ਚੁਕਾ ਦੇ ਤੰਬਾਕੂ ਇਹਨੂੰ ਚੁਕਾ ਦੇ ਹੁੱਕਾ ਇਹਨੂੰ ਚੁਕਾ ਦੇ ਬੰਦਾ ਅੜੀ ਕਰ ਲਈ ਉਹਨੇ ਉਹ ਕਹਿੰਦਾ ਚੁਕਾਉਣਾ ਤੇ ਤੈਨੂੰ ਚੁਕਾਉਣਾ ਹੈ ਮਨਾਉਣਾ ਤੇ ਤੈਨੂੰ ਮਨਾਉਣਾ ਹੈ ਚੁਕਾਉਣਾ ਤੇ ਤੈਨੂੰ ਚੁਕਾਉਣਾ ਹੈ ਡਰਾਉਣਾ ਤੇ ਤੈਨੂੰ ਡਰਾਉਣਾ ਜਦੋਂ ਐ ਵੇਖਿਆ ਨਾ ਵੀ ਰੋਹ ਰੋਹ ਨਾਲ ਹੁਣ ਕਰਾਉਣਾ ਹੈ ਕੋਈ ਇੱਥੇ ਪਿਆਰ ਨਹੀਂ ਕੋਈ ਇੱਜ਼ਤ ਨਹੀਂ ਧੱਕਾ ਹੈ ਤੇ ਭਾਈ ਜੈ ਸਿੰਘ ਨੂੰ ਪਤਾ ਲੱਗ ਗਿਆ ਵੀ ਹੁਣ ਮਨਾ ਝੱਲੇਗਾ ਨਾ ਧੱਕਾ ਤੇ ਇਹਨੇ ਤੇਰੇ ਵਰਗਿਆਂ ਨੂੰ ਪਤਾ ਨਹੀਂ ਕਿੰਨਿਆਂ ਗਲੂ ਤੰਬਾਕੂ ਚੁਕਾਉਣਾ ਜੇ ਅੱਜ ਝੱਲ ਗਿਆ ਇਹੋ ਜਿਹਾ ਫਿਰ ਇਹਦੇ ਜਿੱਥੇ ਵੀ ਮਿਲੂ ਇਹਨੂੰ ਕੋਈ ਸਿੱਖ ਇਹਦੇ ਜਾਣ ਕੇ ਕਰਿਆ ਕਰੂ ਇਹ ਕੰਮ ਇਹਨੂੰ ਚੰਗਾ ਸ਼ੌਂਕ ਚੜਿਆ ਧੱਕਾ ਕਰਨ ਬਾਕੀ ਇੱਕ ਗੱਲ ਕੁਦਰਤੀ ਹੈ ਭਾਈ ਸਿਰ ਤੇ ਬਹਿਣ ਦਾ ਰੋਬ ਪਾਉਣ ਦਾ ਗੁੰਡਾਗਰਦੀ ਗਰਦੀ ਕਰਨ ਦਾ ਆਪਣਾ ਹੀ ਇੱਕ ਸਵਾਦ ਹੁੰਦਾ ਹੈ ਜਿਹੜੇ ਬੰਦਿਆਂ ਨੂੰ ਹੁਣ ਲਾਣੇਦਾਰ ਬਣਨ ਦਾ ਹੈ ਕਿ ਨਹੀਂ ਸਵਾਦ ਚਾਹੇ ਭੈਣ ਕੋਈ ਬੀਬੀ ਲਾਣੇਦਾਰ ਨਹੀਂ ਹੋਵੇ ਚਾਹੇ ਤੁਹਾਡੇ 'ਚ ਜਿਹੜਾ ਬੰਦਾ ਲਾਣੇਦਾਰ ਹੈ ਜਦੋਂ ਪੁੱਤ ਨੌਕਰੀ ਮਿਲ ਜਾ ਲੱਗ ਜਾਂਦੀ ਹੈ 50,000 ਬੱਚੇ ਨੂੰ ਮਿਲਦਾ ਹੈ ਫਿਰ ਬਾਪੂ ਨੂੰ ਕਹਿੰਦਾ ਬਾਪੂ ਆ ਚੱਕ 2,000 ਤੇਰਾ ਖਰਚਾ ਪਾਣੀ ਹੈ ਬਾਕੀ ਚਲੋ ਘਰ ਦਾ ਮੈਂ ਆਪੇ ਦੇਖ ਲੂ ਬਿੱਲ ਬੱਤੀਆਂ ਭਰਤੀਆਂ ਬੇ ਰਾਸ਼ਨ ਪਾਣੀ ਲੈ ਆਂਦਾ ਬੰਦਾ ਵਿੱਚੇ ਵਿੱਚ ਵੀ ਲੈ ਯਾਰ ਹੁਣ ਮੇਰੀ ਲਾਣੇਦਾਰੀ ਤੇ ਗਈ ਸੱਸਾਂ ਕਈ ਕਿਉਂ ਕਲਪਦੀਆਂ ਜਦੋਂ ਪਤਾ ਲੱਗਦਾ ਵੀ ਨੂੰਹ ਆ ਗਈ ਹੁਣ ਇਹ ਹੌਲੀ ਹੌਲੀ ਇਹਦੇ ਹੱਥ 'ਚ ਉਹ ਲਾਣੇਦਾਰ ਨਹੀਂ ਫਿਰ ਪਤਾ ਹੀ ਹੈ ਤੁਹਾਨੂੰ ਉਹ ਕਿੰਨਾ ਔਖਾ ਹੈ ਲਾਣੇਦਾਰ ਨਹੀਂ ਛੱਡਣੀ ਘਰ ਤੇ ਰੋਬ ਜਿਹੜਾ ਪਾਉਂਦੇ ਹੁੰਦੇ ਸੀ ਉਹ ਛੱਡਣਾ ਸੌਖਾ ਹੈ ਕਿਸੇ ਨੂੰ ਵੀ ਨਹੀਂ ਚੰਗਾ ਲੱਗਦਾ ਜੀ ਜਿਹਦੀ ਲਾਣੇਦਾਰੀ ਚੱਲਦੀ ਹੋਵੇ ਉਹ ਬੜਾ ਔਖਾ ਹੁੰਦਾ ਜੇ ਕੋਈ ਲਾਣੇਦਾਰੀ ਛੇੜੇ ਆ ਜਿਹੜੇ ਸਾਡੇ ਵਾਲੇ ਗੋਲੀਆਂ ਮਾਰਦੇ ਫਿਰਦੇ ਆ ਨਾ ਅਸਲ 'ਚ ਨਾ ਇਹ ਲਾਣੇਦਾਰ ਹੈ ਠੇਕੇਦਾਰ ਹੈ ਸਾਡੇ ਧਰਮ ਦੇ ਹੁਣ ਪਿੱਟ ਸਿਆਪਾ ਤਾਂ ਪਾਉਂਦੇ ਇਹਨਾਂ ਦੀ ਲਾਣੇਦਾਰੀ ਹੌਲੀ ਹੌਲੀ ਖੁੱਸਦੀ ਜਾ ਰਹੀ ਲਾਣੇਦਾਰੀ ਖੁੱਸਦੀ ਜਾ ਰਹੀ ਕਿਉਂ ਕਿਉਂਕਿ ਲੋਕ ਹੋ ਗਏ ਬਹੁਤ ਸਿਆਣੇ ਸਮਝਦਾਰ ਹੋ ਗਏ ਨਾ ਤੇ ਇਹ ਮੇਰੇ ਵਰਗਿਆਂ ਦੀਆਂ ਧੱਕਾ ਝੱਲਣਾ ਚਾਹੁੰਦੇ ਐ ਤੇ ਨਾ ਇਹ ਉਹ ਦਾਂਗ ਵਾਲਿਆਂ ਦਾ ਧੱਕਾ ਝੱਲਣਾ ਚਾਹੁੰਦੇ ਕਿਸੇ ਦਾ ਨਹੀਂ ਧਰਮ ਵਾਲੇ ਪਾਸੇ ਕਿਉਂ ਝੱਲੀਏ ਮੈਂ ਅੱਗੇ ਵੀ ਗੱਲ ਕੀਤੀ ਸੀ ਕਿੰਨੀਆਂ ਭੈਣਾਂ ਜੀ ਪਹਿਲਾਂ ਕਿੰਨੀ ਮਾਰ ਖਾਂਦੀਆਂ ਸੀ ਘਰਾਂ ਵਾਲੇ ਕਿਵੇਂ ਕੁੱਟਦੇ ਹੁੰਦੇ ਸੀ
ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਬਈ ਪਿੰਡ ਦੇ ਵਿੱਚ ਜਦੋਂ ਰਹਿੰਦੇ ਸੀ ਅੱਜ ਉਹ ਕੁੱਟਤੀ ਬੀਬੀ ਘਰੋਂ ਬਾਹਰ ਕੱਢਤੀ ਫਲਾਣੇ ਘਰ ਵਾਲੇ ਨੇ ਘਰ ਵਾਲੀ ਕੁੱਟਤੀ ਕਦੇ ਉਹਨੇ ਕੁੱਟਤੀ ਕਦੇ ਉਹਨੇ ਕੁੱਟਤੀ ਤੇ ਬੀਬੀਆਂ ਜਾ ਕੇ ਕੀ ਸਲਾਹ ਦਿੰਦੀਆਂ ਸੀ ਭੈਣੇ ਚੱਲ ਕਿਹੜਾ ਘਰ ਵਾਲਾ ਕਿਹੜਾ ਵਟਾਇਆ ਜਾਣਾ ਜਿਹੇ ਜਿਹੇ ਹੈ ਹੁਣ ਕੋਈ ਨਹੀਂ ਬੱਚਿਆਂ ਕੰਨੀ ਵੇਖ ਵਿਚਾਰੀ ਕੁੱਟ ਖਾਈ ਜਾਂਦੀ ਸਰੀਰ ਤੇ ਲੀਨ ਪਏ ਹੁੰਦੇ ਥੱਪੜ ਮਾਰ ਦਿੰਦਾ ਰੋਟੀ ਭਗਾ ਕੇ ਮਾਰਦੇ ਪਰ ਹੁਣ ਘਰ ਵਾਲਿਆਂ ਦੀ 80% ਗੁੰਡਾਗਰਦੀ ਖਤਮ ਹੋ ਗਈ ਕਿ ਨਹੀਂ ਹੋ ਗਈ ਹੁਣ ਖਾਂਦੀਆਂ ਕੁੱਟ ਮੇਰੀਆਂ ਭੈਣਾਂ ਖਾਂਦੀਆਂ ਖਾਂਦੀਆਂ ਬੀਬੀਓ ਕੁੱਟ ਕਿੱਥੇ ਆਪਾਂ ਨਾ ਜੜ ਦਿਆਂਗੇ ਦੋ ਜੱਗੋਂ ਮਾਰੂ ਕੋਈ ਐਂ ਕਿਵੇਂ ਹੈ ਕਿ ਨਹੀਂ ਹੁਣ ਪੈ ਗਿਆ ਕਿ ਨਹੀਂ ਫਰਕ ਤੁਸੀਂ ਭੈਣੋ ਚੇਤਾ ਕਰਕੇ ਵੇਖੋ ਵੀ 25-30 ਸਾਲ ਪਹਿਲਾਂ ਕਿਵੇਂ ਕੁੱਟਦੇ ਹੁੰਦੇ ਸੀ ਘਰ ਵਾਲੇ ਘਰ ਵਾਲੀਆਂ ਨੂੰ ਹੁਣ ਐਂ ਕੁੱਟਦੇ ਆ ਨਾ ਹਾਂ ਕਿਤੇ 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 ਤੇ ਹੈ ਜਿਹੜੀਆਂ ਭੈਣਾਂ ਨਰਮ ਨੇ ਅੱਜ ਵੀ ਥੱਪੜ ਥੁੱਪੜ ਮਾਰ ਦਿੰਦੇ ਆ ਪਰ ਬਹੁਤ ਘੱਟ ਗਿਆ ਨਾ ਕੰਮ ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਸਾਡੇ ਸਕੂਲੇ ਪੜ੍ਹਨ ਜਾਂਦੀਆਂ ਤੁਹਾਨੂੰ ਕੀ ਲੱਗਦਾ ਵੀ ਇਹ ਥੱਪੜ ਖਾ ਲੈਣਗੀਆਂ ਘਰ ਵਾਲਿਆਂ ਤੋਂ ਕਦੇ ਨਹੀਂ ਖਾਣਗੀਆਂ ਐਂ ਕਿਵੇਂ ਬਰਾਬਰ ਮਾਰਨਗੀਆਂ ਐਂ ਕਿਵੇਂ ਮਾਰ ਗਿਆ ਤੂੰ ਹੋਊ ਕਿ ਨਹੀਂ ਹੋਊ ਹੁਣ ਜੇ ਘਰ ਵਾਲਿਆਂ ਇੱਕ ਭੈਣ ਥੱਪੜ ਨਹੀਂ ਖਾਂਦੀ ਭੈਣ ਕੁੱਟ ਨਹੀਂ ਖਾਂਦੀ ਤੇ ਧਾਰਮਿਕ ਗੁੰਡੇ ਸਾਨੂੰ ਕਿਵੇਂ ਕੁੱਟ ਜਾਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਧਾਰਮਿਕ ਗੁੰਡਾਗਰਦੀ ਹੈ ਇਹ ਕਿਉਂ ਚੱਲੇ ਬੰਦਾ ਇਹ ਐਂ ਕਿਵੇਂ ਕੁੱਟ ਜਾਣ ਹੁਣ ਜ਼ਮਾਨਾ ਬਦਲ ਨਹੀਂ ਗਿਆ ਬਦਲ ਗਿਆ ਜ਼ਮਾਨਾ ਪਹਿਲਾਂ ਹੁਣ ਵੇਖੋ ਸਾਡੇ ਪੁਲਿਸ ਮਹਿਕਮੇ ਦੇ ਵਿੱਚ ਵੀ ਆ ਹੁਣ ਜਿੱਥੇ ਮੰਨ ਲਓ ਬੰਦਾ ਫੜ ਲਿਆ ਇੱਧਰ ਸੁਣਿਓ ਮੰਨ ਲਓ ਥੱਪੜ ਮਾਰਤਾ ਅਗਲਾ ਚੱਲ ਲੈਂਦਾ ਸੀ ਚਲਾਨ ਕਟਾ ਵੀ ਕਰ ਹੁਣ ਅਗਲਾ ਆ ਪਰਸੋਂ ਚੌਥੇ ਇੱਕ ਵੀਡੀਓ ਚੱਲਦੀ ਸੀ ਐਂ ਲੈ ਗਏ ਕੈਮਰਾ ਮੁੰਡੇ ਤੇ ਜਾ ਕੇ ਕਹਿੰਦੇ ਉਹ ਮੁਲਾਜ਼ਮ ਖੜੇ ਆ ਪੁਲਿਸ ਵਾਲੇ ਆਫੀਸਰ ਵੀ ਹੈ ਆਫੀਸਰ ਕਹਿੰਦੇ ਜੀ ਮੋਟਰਸਾਈਕਲ ਦੇ ਉੱਤੇ ਨਾ ਨੰਬਰ ਨਹੀਂ ਲਿਖਿਆ ਐਂ ਵੀਡੀਓ ਬਣਾਉਣ ਕਹਿੰਦੇ ਜੀ ਦੱਸੋ ਆ ਗਲਤ ਹੈ ਫਿਰ ਤੁਹਾਡੇ ਨੰਬਰ ਕਿਉਂ ਨਹੀਂ ਲੱਗਿਆ ਹੁਣ ਜ਼ਮਾਨਾ ਬਦਲ ਰਿਹਾ ਕਿ ਨਹੀਂ ਬਦਲ ਰਿਹਾ ਹਰ ਤਰ੍ਹਾਂ ਦਾ ਧੱਕਾ ਜਿਹੜਾ ਆ ਲੋਕ ਚੱਲ ਨਹੀਂ ਰਹੇ ਨਹੀਂ ਚੱਲਦੇ ਤੇ ਧਰਮ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਇਹ ਕਿਵੇਂ ਚੱਲੀ ਜਾਏਗੀ ਕਦੇ ਵੀ ਨਹੀਂ ਚੱਲੀ ਜਾ ਸਕਦੀ ਤੇ ਜੇ ਭਾਈ ਚੁੱਪ ਕਰਕੇ ਝੱਲੀ ਜਾਈਏ ਫਿਰ ਸਾਡੇ ਨਾਲੋਂ ਤੇ ਬੀਬੀਆਂ ਤਕੜੀਆਂ ਹੋ ਗਈਆਂ ਹੁਣ ਫਿਰ ਜਿਹੜੀ ਝੱਲਦੀਆਂ ਨੇ ਬੀਬੀਆਂ ਪਤਾ ਕੀ ਕਹਿੰਦੀਆਂ ਗੋਹਾ ਕੂੜਾ ਕਰਕੇ ਬੱਚੇ ਪਾਲ ਲੂ ਆਪਣੇ ਪਰ ਤੇਰੇ ਤੋਂ ਹੱਡ ਨਹੀਂ ਕਟਾਉਣੇ ਆਖੋ ਸਤਨਾਮ ਐਂ ਕਹਿੰਦੀਆਂ ਕਹਿੰਦੀਆਂ ਕਿ ਨਹੀਂ ਕਹਿੰਦੀਆਂ ਐਂ ਕਹਿੰਦੀਆਂ ਤੇਰੇ ਤੋਂ ਹੱਡ ਨਹੀਂ ਕਟਾਉਣੇ ਰੋਬ ਨਹੀਂ ਝੱਲਣਾ ਤੇਰਾ ਇੱਜ਼ਤ ਨਾਲ ਰੱਖ ਜੇ ਰੱਖਣਾ ਘਰੇ ਆਪਣੇ ਸਤਿਕਾਰ ਨਾਲ ਰੱਖ ਧੱਕਾ ਨਹੀਂ ਝੱਲਣਾ ਹੁਣ ਤਾਂ ਕਰਕੇ ਭਾਈ ਧਾਰਮਿਕ ਜਿਹੜੇ ਬੰਦੇ ਗੁੰਡਾਗਰਦੀ ਕਰਦੇ ਆ ਧੱਕਾ ਕਰਦੇ ਆ ਇਹਨਾਂ ਦੇ ਅੱਗੇ ਖੜਨਾ ਸਾਨੂੰ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਲੋਕ ਧਾਰਮਿਕ ਗੁੰਡਾਗਰਦੀ ਝੱਲਣੀ ਬੰਦ ਹੋਵੇ ਹਟ ਜਾਈਏ ਪਹਿਲਾਂ ਪਹਿਲਾਂ ਔਖਾ ਬਹੁਤ ਹੁੰਦਾ ਹੈ ਪਿਆਰਿਓ ਇੱਕ ਗੱਲ ਦੱਸੋ ਭੈਣੋ ਕਿੰਨੀਆਂ ਲੜਕੀਆਂ ਕੈਨੇਡਾ ਪੜ੍ਹਨ ਚਲੀਆਂ ਗਈਆਂ ਗਈਆਂ ਨਾ ਪਿੰਡਾਂ ਸਾਰਿਆਂ 'ਚ ਗਈਆਂ ਆਪਣਿਆਂ 'ਚ ਜਾਣਦੇ ਹੋ ਕਿੰਨੀਆਂ ਬੱਚੀਆਂ ਗਈਆਂ ਪਰ ਜਿੱਦੇ ਪਹਿਲੀਆਂ ਕੁੜੀਆਂ ਗਈਆਂ ਸੀ ਅੱਜ ਤੋਂ 10 ਸਾਲ ਪਹਿਲਾਂ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਲੱਗੇ ਸੀ ਬੱਚੇ 12-13 ਸਾਲ ਪਹਿਲਾਂ ਜਿਹੜੇ ਪਿੰਡ 'ਚੋਂ ਇੱਕ ਕੁੜੀ ਜਾਂਦੀ ਸੀ ਉਹਨੂੰ ਇੰਨੇ ਤਰਲੇ ਕਰਨੇ ਪਏ ਪਿਓ ਦੇ ਪਿਤਾ ਜੀ ਮੈਨੂੰ ਪੜ੍ਹਨ ਜਾ ਲੈਣ ਦਿਓ ਪਹਿਲੀ ਲੜਕੀ ਨੂੰ ਇੰਨੀ ਦਿੱਕਤ ਆਈ ਪਰੇਸ਼ਾਨੀ ਆਈ ਹਰੇਕ ਜਿਹੜੀ ਕੁੜੀ ਪਹਿਲੇ ਨੰਬਰ ਤੇ ਗਈ ਪਿਓ ਘੱਲਦਾ ਨਹੀਂ ਮਾਂ ਨਹੀਂ ਮੰਨਦੀ ਤੈਨੂੰ ਇਕੱਲੀ ਨੂੰ ਕਿਵੇਂ ਭੇਜ ਦਈਏ ਕੈਨੇਡਾ ਤੈਨੂੰ ਇਕੱਲੀ ਨੂੰ ਕਿਵੇਂ ਬਾਹਰ ਛੱਡ ਦਈਏ ਤੈਨੂੰ ਨਹੀਂ ਭੇਜਣਾ ਪਰ ਇੱਕ ਗਈ ਔਖੀ ਹੋ ਕੇ ਜਦੋਂ ਇੱਕ ਚਲੇ ਗਈ ਫਿਰ ਜਦੋਂ ਦੂਜੀ ਪੜ੍ਹੀ ਉਹਨੇ ਫਿਰ ਪਿਓ ਨੂੰ ਕਿਹਾ ਪਿਤਾ ਜੀ ਉਹ ਫਲਾਣੀ ਕੁੜੀ ਵੀ ਤੇ ਗਈ ਹੈ ਫਿਰ ਦੂਜੀ ਨੂੰ ਰਾਹ ਖੁੱਲ ਗਿਆ ਫਿਰ ਤੀਜੀ ਗਈ ਚੌਥੀ ਗਈ ਅੱਜ ਹੈ ਫਰਕ ਕੋਈ ਜਿਨ੍ਹਾਂ ਦੀਆਂ ਧੀਆਂ ਆਈਲੈਟਸ ਕਰਦੀਆਂ ਪਿਓ ਨੂੰ ਚਾਅ ਨਾਲ ਕਹਿੰਦੀਆਂ ਪਿਤਾ ਜੀ ਮੈਂ ਬੈਂਡ ਪੂਰੇ ਲਿਆ ਹੀ ਆਈਲੈਟਸ ਮੈਂ ਕਰ ਲਿਆ ਚੁੱਪ ਕਰਕੇ ਕੱਢੋ ਪੈਸੇ 15 ਲੱਖ ਲੱਗਣਾ ਤੇ ਮੈਂ ਚੱਲੀ ਕੈਨੇਡਾ ਹੁਣ ਮੈਨੂੰ ਜਾਣ ਦਿਓ ਸਾਲ ਕੁ ਨੂੰ ਬਾਪੂ ਜੀ ਤੁਸੀਂ ਵੀ ਆ ਜਾਓ ਉਦੋਂ ਫਿਰ ਕਹਿੰਦਾ ਉਹ ਚੰਗਾ ਧੀ ਜੰਮੀ ਲਈ ਸੀ ਨਹੀਂ ਤੇ ਆਪਾਂ ਕਹਿੰਦੇ ਪੁੱਤ ਚਾਹੀਦਾ ਸੀ ਪੁੱਤ ਤੇ ਮੇਰਾ ਕੱਖ ਵੀ ਨਹੀਂ ਕਰ ਸਕਿਆ ਚਲੋ ਧੀ ਚੱਲੀ ਹੈ ਅਸੀਂ ਵੀ ਕੈਨੇਡਾ ਵੇਖ ਕੇ ਆਵਾਂਗੇ ਐਂ ਫਰਕ ਪੈਂਦਾ ਹੈ ਅੱਜ ਜ਼ਮਾਨਾ ਬਦਲ ਰਿਹਾ
ਪਹਿਲੀ ਨੂੰ ਜਾਣ ਵੇਲੇ ਸਦਾ ਔਖਾ ਹੋਇਆ ਜਿੱਦਣ ਪਹਿਲੀ ਧੀ ਗਈ ਹੈ ਉਦਣ ਪਰੇਸ਼ਾਨੀ ਹੋਈ ਹੈ ਜਿੱਦਣ ਧਾਰਮਿਕ ਗੁੰਡਾਗਰਦੀ ਦੇ ਵਿਰੁੱਧ ਬੋਲੋਗੇ ਪਹਿਲੇ ਬੰਦੇ ਬੋਲਣਗੇ ਨਾ ਜਦੋਂ ਉਹਨਾਂ ਨੂੰ ਪਰੇਸ਼ਾਨੀਆਂ ਹੋਣਗੀਆਂ ਪਰ ਉਹਨਾਂ ਦੇ ਪਿੱਛੇ ਲੈਣ ਲੱਗ ਜੂ ਪਿਛਲਿਆਂ ਨੂੰ ਔਖਾ ਨਹੀਂ ਹੋਣਾ ਪਏਗਾ ਚੇਤਾ ਰੱਖੋ ਤਾਂ ਮੈਂ ਕਹਿੰਦਾ ਹੁੰਦਾ ਪ੍ਰਚਾਰਕਾਂ ਸਾਰਿਆਂ ਨੂੰ ਚੇਤਾ ਰੱਖੋ ਇੱਥੇ ਬੰਦਾ ਬੈਂਦਾ 20,000 20,000 ਦੇ ਵਿੱਚ ਬੋਲਣ ਵਾਲੇ ਬੰਦੇ ਦਾ ਜੇ ਗਲ ਫੜ ਸਕਦੇ ਐ ਤੇ ਜਿਹੜੇ ਬੰਦੇ ਨੂੰ 20 ਸੁਣਦੇ ਆ ਉਹਦੇ ਨਾਲ ਕੀ ਕਰਨਗੇ ਜਿਸ ਬੰਦੇ ਦੇ ਨਾਲ 50 ਬੰਦੇ ਨਾਲ ਹੁੰਦੇ ਐ ਜੇ ਉਹਦੇ ਨਾਲ ਉਹਦਾ ਬੰਦਾ ਸ਼ਬੀਲ ਲਾ ਕੇ ਮਾਰ ਸਕਦੇ ਐ ਤੇ ਜਿਹੜਾ ਬੰਦਾ ਕੱਲਾ ਮੋਟਰਸਾਈਕਲ ਤੇ ਕਥਾ ਕਰਨ ਜਾਊ ਉਹਦੇ ਨਾਲ ਕੀ ਕਰਨਗੇ ਤੇ ਸਾਰੇ ਵੀਰੋ ਸਾਰੇ ਭਰਾਵੋ ਸਾਰੇ ਕਥਾ ਵਾਚਕੋ ਡਟ ਕੇ ਸਾਥ ਦਿਓ ਇਹ ਗੁੰਡਾਗਰਦੀ ਕਰਨ ਵਾਲਿਆਂ ਦਾ ਦਿਮਾਗ ਥੋੜਾ ਜਿਹਾ ਸੈੱਟ ਹੋਵੇ ਤੇ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਨਹੀਂ ਮੇਰੇ ਨਾਲ ਤੁਰ ਸਕਦੇ ਫਿਰ ਚੇਤਾ ਰੱਖੋ ਮੇਰੇ ਤੇ ਪਈ ਹੈ ਮੈਂ ਤੇ ਔਖਾ ਸੌਖਾ ਚੱਲ ਲੂੰ ਜਿੱਦਣ ਤੁਹਾਡੇ ਘਰੇ ਆ ਪਏ ਨਾ ਇਹ ਫਿਰ ਪੰਗਾ ਪੈ ਜਾਣਾ ਇਹਨਾਂ ਦਾ ਮੂੰਹ ਖੁੱਲ ਜਾਣਾ ਇਹਨਾਂ ਦਾ ਮੂੰਹ ਖੁੱਲਦਾ ਖੁੱਲਦਾ ਇਹਨਾਂ ਨੇ ਬਹੁਤ ਵੱਡੇ ਹੋ ਜਾਣਾ ਤੇ ਜੇ ਮਨ ਕਾਇਮ ਕਰੋਗੇ ਇਹ ਧਾਰਮਿਕ ਗੁੰਡਾਗਰਦੀ ਦੇ ਵਿਰੁੱਧ ਆਵਾਜ਼ ਉਠਾਓਗੇ ਤੇ ਬਹੁਤ ਬੰਦੇ ਐ ਜਿਹੜੇ ਸੱਚੀ ਬਹੁਤ ਤੰਗ ਐ ਇਹਨਾਂ ਤੋਂ ਪਰ ਬੋਲਦੇ ਨਹੀਂ ਡਰਦੇ ਐ ਚੁੱਪ ਐ ਡਰਦੇ ਐ ਪਤਾ ਐ ਵੀ ਯਾਰ ਕੀ ਪਤਾ ਕੀ ਕਰ ਦੇਣਗੇ ਸਾਡਾ ਕਾਹਨੂੰ ਪੰਗਾ ਲੈਣਾ ਕਾਹਨੂੰ ਪੰਗਾ ਲੈਣਾ ਪਰ ਜੇ ਕਾਇਮ ਹੋ ਜਾਓ 5-10 ਸਾਲਾਂ ਵਿੱਚ ਚੁੱਪ ਕਰਕੇ ਆਪਣਾ ਪ੍ਰਚਾਰ ਕਰਨਗੇ ਆਪੇ ਗੁੰਡਾਗਰਦ ਨਹੀਂ ਰੋਬ ਮਾਰਨੇ ਬੰਦ ਕਰ ਦੇਣਗੇ ਜੇ ਤੁਸੀਂ ਕਾਇਮ ਹੋ ਗਏ ਅੱਗੋਂ ਪਰ ਜੇ ਡਰ ਗਏ ਫਿਰ ਡਰਦਿਆਂ ਨੂੰ ਲਗਲਾ ਡਰਾਉਂਦਾ ਹੈ ਡਰਾਉਂਦਾ ਹੈ ਜੀ ਡਰਦਿਆਂ ਹੁਣ ਵੇਖੋ ਜੈ ਸਿੰਘ ਕਹਿੰਦਾ ਅੱਜ ਮੈਂ ਰੋਹ ਝੱਲ ਲੈਣਾ ਚੱਕ ਲੈਣਾ ਸਮਾਨ ਇਹਦੇ ਐਂ ਕਰੂ ਫਿਰ ਕਹਿੰਦਾ ਜੀ ਮੈਂ ਸਮਾਨ ਨਹੀਂ ਚੱਕਣਾ ਕਹਿੰਦੇ ਚਕਾਉਣਾ ਤੇਰੇ ਸਿਰ ਤੇ ਹੀ ਹੈ ਨਹੀਂ ਤਾਂ ਵੇਖ ਲੈ ਫਿਰ ਛੱਡਣਾ ਕੱਖ ਨਹੀਂ ਤੇਰਾ ਭਾਈ ਜੈ ਸਿੰਘ ਕਹਿੰਦਾ ਵੇਖ ਲਓ ਜੀ ਜੋ ਮਰਜ਼ੀ ਕਰ ਲਓ ਮੈਂ ਨਹੀਂ ਇਹ ਚੱਕਣਾ ਇਹ ਨਹੀਂ ਹੋ ਸਕਦਾ ਜਦੋਂ ਵੇਖਿਆ ਵੀ ਨਹੀਂ ਮੰਨਦਾ ਕਹਿੰਦੇ ਮੈਂ ਤੇਰੇ ਟੁਕੜੇ ਟੁਕੜੇ ਕਰ ਦੂੰ ਕਹਿੰਦੇ ਕਰ ਦੇ ਰਹਿਣਾ ਤੇ ਅਣਖ ਨਾਲ ਰਹਿਣਾ ਨਹੀਂ ਤੇ ਨਹੀਂ ਰਹਿਣਾ ਕਰਦੇ ਟੁਕੜੇ ਟੁਕੜੇ ਇੱਜ਼ਤ ਨਾਲ ਰਹਿਣਾ ਹੈ ਐਦਾਂ ਨਹੀਂ ਵੀ ਧੱਕਾ ਸ਼ਰੇਆਮ ਤੂੰ ਮੇਰੇ ਸਿਰ ਤੇ ਕਹੇਂਗਾ ਵੀ ਚੱਕ ਤੰਬਾਕੂ ਐ ਨਹੀਂ ਚੱਕਣਾ ਐ ਤੇਰਾ ਰੋਗ ਨਹੀਂ ਚੱਲਣਾ ਟੁਕੜੇ ਟੁਕੜੇ ਕਰੂੰ ਤੇਰੇ ਕਹਿੰਦੇ ਕਰਦੇ ਇੱਦਾਂ ਨਹੀਂ ਫਿਰ ਕਹਿੰਦੇ ਗੱਲ ਬਣਨੀ ਇਹਦਾ ਪਰਿਵਾਰ ਲਿਆਓ ਕਹਿੰਦੇ ਭਾਈ ਜੈ ਸਿੰਘ ਦਾ ਨਾ ਫਿਰ ਪਰਿਵਾਰ ਇਕੱਠਾ ਕਰ ਲਿਆ ਇੱਕ ਸੀ ਇਹਦੀ ਘਰ ਵਾਲੀ ਦੋ ਸੀ ਇਹਦੇ ਮੁੰਡੇ ਦੋ ਨੂੰਹਾਂ ਇੱਕ ਨੂੰਹ ਦੇ ਬੱਚਾ ਹੋਣ ਵਾਲਾ ਸੀ ਅੰਬਾਲੇ ਗਈ ਹੋਈ ਪੇਕੇ ਆਪਦੇ ਇੱਕ ਨੂੰਹ ਮਿਲ ਗਈ ਦੋ ਪੁੱਤ ਮਿਲ ਗਏ ਇੱਕ ਘਰ ਵਾਲੀ ਚਾਰਾਂ ਨੂੰ ਲੈ ਆਏ ਬੰਨ ਕੇ ਆ ਇਹਦੇ ਘਰ ਵਾਲੇ ਐ ਪਰਿਵਾਰ ਐ ਇਹਦਾ ਜੈ ਸਿੰਘ ਦੇ ਸਾਹਮਣੇ ਲਿਆ ਕੇ ਖਿਲਾਰਤੇ ਪਿਤਾ ਜੀ ਇਹ ਕੀ ਹੋ ਗਿਆ ਕਹਿੰਦੇ ਧੱਕੇ ਨਾਲ ਚਕਾਉਂਦੇ ਆ ਯਾਰ ਧੱਕੇ ਨਾਲ ਕਹਿੰਦੇ ਆ ਤੰਬਾਕੂ ਇਹਦੇ ਵਿੱਚ ਐ ਕਹਿੰਦੇ ਚੱਕ ਸਿਰ ਤੇ ਧੱਕਾ ਕਰਦਾ ਕਰੀਏ ਹੁਣ ਕੀ ਕਹਿੰਦੇ ਬਾਪੂ ਜੀ ਬਸ ਕਾਇਮ ਰਹੋ ਫਿਰ ਹੌਸਲਾ ਰੱਖੋ ਕਹਿੰਦੇ ਓਏ ਜੈ ਸਿੰਘ ਤੈਨੂੰ ਇਕੱਲੇ ਨੂੰ ਨਹੀਂ ਤੇਰੇ ਪਰਿਵਾਰ ਨੂੰ ਸ਼ਹੀਦ ਕਰਾਂਗੇ ਤੇਰੀਆਂ ਅੱਖਾਂ ਸਾਹਮਣੇ ਤੇਰੇ ਬੱਚਿਆਂ ਨੂੰ ਮਾਰਾਂਗੇ ਘਰ ਵਾਲੀ ਤੇਰੀ ਮਹਿੰਗੀ ਪੈ ਜੂ ਤੈਨੂੰ ਸਿੱਖੀ ਆ ਸੋਚ ਤੈਨੂੰ ਮਹਿੰਗੀ ਪਊ ਤੈਨੂੰ ਸਿੱਖੀ ਦਾ ਅਰਥ ਹੈ ਜੀ ਸਿੱਖਿਆ ਉਹ ਕਹਿੰਦਾ ਮਹਿੰਗੀ ਤੇ ਪੈਂਦੀ ਹੈ ਫਿਰ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ
ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਵਾਟ ਅਵਲੜੀ ਹੈ ਮਿਲਦੀ ਆਪਣਾ ਆਪ ਮਟਾ ਕੇ ਇਹ ਵਾਟ ਅਵਲੜੀ ਹੈ ਮਿਲਦੀ ਆਪਣਾ ਆਪ ਮਟਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮੁਨਾਰੇ ਢਾ ਕੇ ਕੁਦਰਤ ਵਿੱਚ ਕਾਦਰ ਹੈ ਦਿਸਦਾ ਮਾਨ ਮੁਨਾਰੇ ਢਾ ਕੇ ਧਰਮੀ ਨੂੰ ਚਾਹੁੰਦੀ ਹੈ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਧਰਮੀ ਨੂੰ ਚਾਹੁੰਦੀ ਹੈ ਸਿੱਖੀ ਜਾਬਰ ਦੇ ਨਾਲ ਖੈਂਦੀ ਮਹਿੰਗੀ ਵਸਤੂ ਹੈ ਇਹ 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 ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਮਹਿੰਗੀ ਵਸਤੂ ਹੈ ਜਿਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਅਣਖੀ ਜੀਵਨ ਹੁੰਦਾ ਪਿਆ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਣੀ ਆਪਣੇ ਫੈਸਲੇ ਕਰਕੇ ਜ਼ਿੰਦਗੀ ਜਿਉਣੀ ਇਹ ਹੈ ਖਾਲਸੇ ਦਾ ਰਾਜ ਇਹ ਖੁਦ ਮੁਖਤਿਆਰੀ ਇਹਨੂੰ ਕਹਿੰਦੇ ਆ ਆਪਣੇ ਹੌਸਲੇ ਨਾਲ ਖੁਦ ਮੁਖਤਿਆਰ ਹੋ ਕੇ ਆਪਣੇ ਅੰਦਰ ਰਾਜਿਆਂ ਵਾਂਗੂ ਸੋਚ ਕੇ ਜ਼ਿੰਦਗੀ ਜਿਉਣੀ ਰਾਜਿਆਂ ਵਾਂਗੂ ਸੋਚਣਾ ਵੀ ਆਹ ਮੈਂ ਸੋਚਿਆ ਇੱਦਾਂ ਰਹਿਣਾ ਤੇ ਰਹਿਣਾ ਨਹੀਂ ਤੇ ਮਰ ਜਾਣਾ ਚੰਗਾ ਛੱਡ ਯਾਰ ਤੂੰ ਮੈਂ ਕੱਲ ਬੇਨਤੀ ਕੀਤੀ ਸੀ ਨਾ ਕਈ ਸਰੀਰ ਵੇਚਦੇ ਆ ਧੰਦਾ ਕਰਦੇ ਆ ਪਰ ਕਈ ਜ਼ਮੀਰ ਵੇਚ ਕੇ ਧੰਦਾ ਕਰਦੇ ਜ਼ਮੀਰਾਂ ਵੇਚਦੇ ਆ ਧੰਦਾ ਕਰਦੇ ਜ਼ਮੀਰਾਂ ਦਾ ਧੰਦਾ ਕਰਨ ਵਾਲੇ ਬਹੁਤ ਹੈ ਜੀ ਬਹੁਤ ਜ਼ਮੀਰਾਂ ਵੇਚਦੀਆਂ ਕਦੇ ਨਹੀਂ ਬੋਲਣਾ ਕਦੇ ਨਹੀਂ ਕਹਿਣਾ ਜ਼ਮੀਰ ਮਰ ਗਈ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਜ਼ਾਰਾਂ ਇੱਥੇ ਇਸ ਸੁਰ ਦੇ ਉੱਤੇ ਹੀ ਆ ਦੋ ਦੋ ਲਾਈਨਾਂ ਗਾਇਓ ਯਾਰ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਜ਼ਾਰਾਂ ਚੋਂ ਇੱਕ ਦਿਨ ਜਾ ਪਹੁੰਚਿਆ ਸਰਹੱਦ ਅਣਖ ਦੀ ਗੱਲ ਹੈ ਇੱਥੇ ਉਹ ਸਾਹਿਬਜ਼ਾਦੇ ਜਿਹੜੇ ਆ ਤੁਹਾਨੂੰ ਐਂ ਵੀ ਕਾਇਮ ਹੋ ਕੇ ਰਹਿ ਆਹ ਸਿਖਾਉਂਦੇ ਆ ਸਾਨੂੰ ਕਾਇਮ ਹੋ ਕੇ ਰਹਿਣ ਦਾ ਫੈਸਲਾ ਕਰ ਫਿਰ ਭਾਵੇਂ 7 ਸਾਲ ਦੀ ਉਮਰ 'ਚ ਹੀ ਜਾਣਾ ਪੈ ਜੇ ਭਾਵੇਂ 70 ਸਾਲ ਰਹਿ ਜੇ
ਪਰ ਜਿਉਣ ਦਾ ਟੀਚਾ ਬਣਾ ਕੋਈ ਵੀ ਐ ਰਹਿਣਾ ਰਹਿਣਾ ਤੇ ਐ ਰਹਿਣਾ ਨਹੀਂ ਤੇ ਨਹੀਂ ਰਹਿਣਾ ਰਹੂ ਤੇ ਐ ਰਹੂ ਨਹੀਂ ਤੇ ਨਹੀਂ ਰਹੂ ਐ ਸੋਚ ਕਰਨਾ ਤੇ ਐ ਕਰਨਾ ਨਹੀਂ ਤੇ ਨਹੀਂ ਕਰਨਾ ਬੋਲਣਾ ਤੇ ਸੱਚ ਬੋਲਣਾ ਚਾਪਲੂਸੀ ਨਹੀਂ ਕਰਨੀ ਐ ਸੋਚ ਐ ਕਹਿ ਐ ਹਿੰਮਤ ਰੱਖ ਉਹਦੇ ਵਿੱਚ 70 ਸਾਲ ਵੀ ਹੋ ਸਕਦੇ ਨੇ 7 ਵੀ ਹੋ ਸਕਦੇ ਨੇ 90 ਵੀ ਹੋ ਸਕਦੇ ਨੇ 9 ਵੀ ਹੋ ਸਕਦੇ ਨੇ ਕਿਸੇ ਵੀ ਉਮਰ 'ਚ ਤੇਰਾ ਐਂਡ ਆ ਸਕਦਾ ਪਰ ਪਹਿਲਾਂ ਇਹ ਸੋਚ ਲੈ ਵੀ ਐ ਰਹਿਣਾ ਭਾਈ ਆ ਫੈਸਲਾ ਐ ਰਹਾਂਗੇ ਰਾਜਿਆਂ ਵਾਂਗ ਜਿੱਦੇ ਮਰਨਾ ਹੋਇਆ ਫਿਰ ਮਰ ਜਾਾਂਗੇ ਈਨ ਨਹੀਂ ਬਣੇਗਾ ਐਦਾਂ ਰਹਿ ਵੇਖਿਓ ਸੁਣਿਓ ਜਰਾ ਆ ਆ ਦੋ ਕੁ ਲਾਈਨਾਂ ਹੀ ਐ ਹਾਂਜੀ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਸਾਹਿਬ ਜਾਂਦੇ ਤੇਰੇ ਮੱਥੇ ਨਹੀਂ ਵੇਖਣਾ ਚਾਹੁੰਦੇ ਵਿਆਸ ਰਹੰਦ ਟੇਕ ਮੈਨੂੰ ਮੱਥਾ ਨਾ ਉਹ ਚਾਹੁੰਦੇ ਆ ਤੇਰੇ ਅੰਦਰ ਤੇਰੇ ਮੱਥੇ ਦੇ ਵਿੱਚ ਦਿਮਾਗ ਵਿੱਚ ਸਾਡੇ ਵਾਲੀ ਸੋਚ ਹੈ ਅਣਖ ਹੈ ਤੁਹਾਨੂੰ ਕੀ ਲੱਗਦਾ ਤੁਹਾਡੇ 10-50 ਰੁਪਈਏ ਵੇਖਦੇ ਆ ਸਾਹਿਬ ਜਾਂਦੇ ਵੀ ਲਿਆ 50 ਰੁਪਈਏ ਲੱਗਿਆ ਟੇਕਣ ਮੈਨੂੰ 1000 ਰੁਪਈਆ ਟੇਕਣ ਲੱਗਿਆ ਮੈਨੂੰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਹੁਣੀ ਇਹ ਵੇਖਦੇ ਆ ਉਹਨਾਂ ਨੇ ਤਾਂ ਸ਼ਹੀਦੀ ਦਿੱਤੀ ਸੀ ਵੀ ਸਾਡੀ ਯਾਦਗਾਰ ਬਣਾਇਓ ਤੇ ਸਾਰੇ ਜਣੇ ਆਇਆ ਕਰਿਓ ਸਾਨੂੰ ਮੱਥਾ ਟੇਕਿਆ ਕਰਿਓ ਸਾਨੂੰ ਪੂਜਿਓ ਸਾਡੀ ਬੱਲੇ ਬੱਲੇ ਕਰਿਓ ਤਾਂ ਸ਼ਹੀਦੀ ਦਿੱਤੀ ਸੀ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਸਾਡੇ ਵੱਲ ਵੇਖਣਗੇ ਵੀ 7 ਤੇ 9 ਸਾਲ ਦੇ ਬੰਦਿਆਂ ਦੇ ਜੇ ਬੱਚਿਆਂ ਨੇ ਅਣਖ ਕਾਇਮ ਰੱਖੀ ਹੈ ਇਹ ਸਾਰੇ ਬੰਦੇ ਅਣਖਾਂ ਕਾਇਮ ਰੱਖਣਗੇ ਇਹ ਬਣਨਗੇ ਧਾਰਮਿਕ ਵਜੀਦੇ ਨਾਲ ਗੱਲ ਕਰਨਗੇ ਅੱਖਾਂ ਚੱਖਾਂ ਪਾ ਕੇ ਖੜਨਗੇ ਪਰ ਇਹ ਨਹੀਂ ਪਤਾ ਸਾਰੇ ਮੱਥਾ ਟੇਕਣ ਤੇ ਆਉਂਦੇ ਆ ਪਰ ਵਜੀਦਿਆਂ ਦੇ ਚਾਪਲੂਸ ਹੈ ਸਾਰੇ ਅੱਜ ਇਹਨਾਂ ਨੂੰ ਪਤਾ ਹੈ ਵੀ ਵਜੀਦੇ ਕੌਣ ਨੇ ਵਜੀਦੇ ਤੁਹਾਨੂੰ ਭੁੱਲੇ ਨਹੀਂ ਸਿੱਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਵਜੀਦੇ ਤੇ ਔਰੰਗਜ਼ੇਬ ਕੌਣ ਨੇ ਅੱਜ ਦੇ ਹੈ ਭੁਲੇਖਾ ਕੋਈ ਬੋਲੋ ਪਰ ਸਾਰੇ ਚਾਪਲੂਸ ਬਣੇ ਹੋਏ ਆ ਸੁੱਚਾ ਆਨੰਦ ਬਣ ਕੇ ਕੰਮ ਕਰਦੇ ਆ ਇੱਥੇ ਕਿਨੂੰ ਨਹੀਂ ਭੁਲੇਖਾ ਸਾਹਿਬਜ਼ਾਦੇ ਨਹੀਂ ਚਾਹੁੰਦੇ ਤੂੰ 100-50 ਰੁਪਈਆ ਲਿਆ ਕੇ ਮੈਨੂੰ ਮੱਥਾ ਟੇਕੇ ਵੱਡਾ ਮੇਲਾ ਲਾਓ ਇੱਥੇ ਸਾਹਿਬਜ਼ਾਦੇ ਚਾਹੁੰਦੇ ਐ ਅੱਜ ਖੁਸ਼ ਹਾਂ ਸਾਡੇ ਵਾਲੀਆਂ ਅਣਖਾਂ ਤੁਹਾਡੇ ਵਿੱਚ ਆ ਗਈਆਂ ਸਾਡੇ ਅੰਦਰ ਆ ਮੱਥੇ ਦੇ ਵਿੱਚ ਇੱਥੇ ਦਿਮਾਗ 'ਚ ਜਿਹੜੇ ਵਿਚਾਰ ਚੱਲਦੇ ਸੀ ਉਹ ਵਿਚਾਰ ਤੁਹਾਡੇ ਅੰਦਰ ਵੀ ਚੱਲ ਪਏ ਅੱਜ ਬਣ ਗਏ ਤੁਸੀਂ ਸਾਡੇ ਪਿਤਾ ਦੇ ਪੁੱਤ ਜਿਵੇਂ ਮੈਂ ਜੋਰਾਵਰ ਸਿੰਘ ਫਤਿਹ ਸਿੰਘ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਸੀ ਅੱਜ ਬਣ ਗਏ ਤੁਸੀਂ ਪੁੱਤ ਗੁਰੂ ਗੋਬਿੰਦ ਸਿੰਘ ਦੇ ਅੱਜ ਬਣੀ ਹੈ ਗੱਲ ਤੁਹਾਡੇ ਨੋਟ ਸਾਡੇ ਪੈਸੇ ਥੋੜਾ ਵੇਖਦੇ ਆ ਉਹ ਅਸੀਂ ਆਜ਼ਾਦ ਹੋ ਕੇ ਖੁਦ ਮੁਖਤਿਆਰ ਹੋ ਕੇ ਸਾਡਾ ਜਿਉਣਾ ਇਹ ਸਭ ਜਾਂਦੇ ਵੇਖਦੇ ਆ ਇਹ ਵੇਖਦੇ ਆ ਇਹ ਚੇਤਾ ਰੱਖਿਓ ਵੀਰੋ ਭਾਈਓ ਇਹ ਚੀਜ਼ ਇਹ ਜਾਚ ਅਸੀਂ ਸਿੱਖੀਏ ਅਗਲੀਆਂ ਲਾਈਨਾਂ ਸੁਣਿਓ ਇੱਕ ਮਿੰਟ ਉਸ ਧਰਤੀ ਤੇ ਖੜ ਕੇ ਜਦੋਂ ਮੈਂ ਨਜ਼ਰ ਜਗਤ ਵਿੱਚ ਮਾਰੀ ਉੱਥੇ ਕਿੱਡਾ ਸਾਕਾ ਹੋਇਆ ਜਾਣੇ ਦੁਨੀਆ ਸਾਰੀ ਸੂਰਜ ਵਾਂਗੂ ਚਮਕੀ ਸਿੱਖੀ ਸੂਬੇ ਦੇ ਦਰਬਾਰਾਂ ਚੋਂ
ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਅੱਗੇ ਵੀ ਸੀ ਮਾਂ ਗੁਜਰੀ ਤੇ ਸਾਹਿਬ ਜਾਂਦੇ ਗੰਗੂ ਖੇੜੀ ਲੈ ਆਇਆ ਜਾ ਮੁਰਿੰਦੇ ਚੁਗਲੀ ਕੀਤੀ ਕਿੱਡਾ ਪਾਪ ਕਮਾਇਆ ਅੱਜ ਵੀ ਗੰਗੂ ਗਿਣਿਆ ਜਾਂਦਾ ਲੂਣ ਹਰਾਮ ਗੱਦਾਰਾਂ ਚੋਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਪਹੁੰਚ ਗਿਆ ਸਰਹੰਦ ਉੱਥੇ ਮਿਲ ਗਈ ਅਣਖ ਦੀਵਾਰਾਂ ਚੋਂ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ ਜਿੱਦਾਂ ਅਸੀਂ ਚੰਗੇ ਚੰਗੇ ਬਣਨਾ ਚਾਹੁੰਦੇ ਹਾਂ ਆਪਣੇ ਬੱਚਿਆਂ ਦੀ ਅਣਖ ਅਸੀਂ ਮਾਰਦੇ ਹਾਂ ਚੇਤਾ ਹੈ ਆ ਤੁਹਾਡੇ ਨਿੱਕੇ ਨਿੱਕੇ ਬੱਚੇ ਹੈ ਜੀ ਕਈ ਕਈ ਬੱਚੇ ਇਦਾਂ ਦੇ ਹੈ ਤੁਸੀਂ ਨਾ ਇੱਥੇ ਅੰਗੂਰ ਖਰੀਦ ਦਿਓ ਚੌਕਲੇਟ ਖਰੀਦ ਦਿਓ ਬੱਚੇ ਨੂੰ ਪਰ ਕਈ ਬੱਚਿਆਂ ਤੋਂ ਖੋਹ ਕੇ ਵਿਖਾਇਓ ਅੜ ਜਾਂਦੇ ਨਾ ਹਿੰਮਤ ਹੈ ਅੱਜ ਦਲੇਰੀ ਹੈ ਪਰ ਸਮਾਜ ਐਡਾ ਮਾੜਾ ਸਾਡਾ ਬਣ ਗਿਆ ਹੌਲੀ ਹੌਲੀ ਚਾਪਲੂਸੀਆਂ ਕਰ ਕਰਕੇ ਨਿੱਕੇ ਜਿਹੇ ਬੱਚੇ ਨੂੰ ਹੌਲੀ 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 ਚੰਗਾ ਚੰਗਾ ਲੱਗੇ ਤੂੰ ਕਹਿਣਾ ਨਹੀਂ ਕਿਸੇ ਨੂੰ ਕੁਛ ਤੈਨੂੰ ਮਗਰ ਪੈ ਜਾਣਗੇ ਤੇਰੇ ਸਾਡਾ ਸਮਾਜਿਕ ਢਾਂਚਾ ਏਡਾ ਭੈੜਾ ਹੈ ਉਹਦੀ ਸਾਰੀ ਅਣਖ ਹੈ ਜਿਹੜੀ ਮਿੱਟੀ ਚ ਮਿਲਾ ਦਿੰਦੇ ਆ ਦਲੇਰ ਸੀ ਉਹ ਬੱਚਾ ਅੰਗੂਰ ਖੋਹ ਲੈ ਗਲ ਪੈਂਦਾ ਸੀ ਤੇਰੇ ਡੰਡਾ ਲੈ ਕੇ ਪੈ ਜਾਂਦਾ ਸੀ ਮਗਰ ਇੰਨੀ ਹਿੰਮਤ ਸੀ ਜਦੋਂ 4 ਸਾਲ ਦਾ ਸੀ ਜਦੋਂ ਤੱਕ 14 ਦਾ ਆਇਆ ਨਿਕੰਮਾ ਜਿਹਾ ਕਰਤਾ ਤੈ ਤੇ ਜਿੱਦੇ 24 ਦਾ ਨੌਕਰੀ ਲੱਗਿਆ ਕਰਨ ਕੱਖ ਨਹੀਂ ਰਿਹਾ ਇਹਦੇ ਵਿੱਚ ਭੇੜ ਬਣ ਗਿਆ ਬਸ ਭੇੜ ਬਣਾ ਲਿਆ ਤੁਸੀਂ ਏਦਾਂ ਦੇ ਸੰਸਕਾਰ ਏਦਾਂ ਦਾ ਸਮਾਜ ਜਿਹੜਾ ਭੇਡਾਂ ਬਣਾਉਂਦਾ ਹੈ ਭੇਡਾਂ ਬਣਾਉਂਦਾ ਹੈ ਪਰ ਆਹ ਜਿਹੜੀ ਸੋਚ ਸੀ ਇਹ ਛੇਰ ਬਣਾਉਂਦੀ ਹੈ ਨੀਹਾਂ ਵਿੱਚ ਖੜੇ ਹੈ ਦੋ ਛੇਰ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਖਾਲਸੇ ਨੀਹਾਂ ਵਿੱਚ ਖੜੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਤਾਂ ਕਰਕੇ ਭਾਈ ਮੈਂ ਜਿਹੜੀ ਬੇਨਤੀ ਕਰਦਾ ਨਾ ਵੀ ਇਹ ਮਰ ਜਾਂਦੀ ਹੈ ਚੀਜ਼ ਅੰਦਰੋਂ ਮਰਨ ਨਾ ਦਿਓ ਤੇਰੇ ਮੱਥੇ ਨਹੀਂ ਤੇਰੇ ਮੱਥੇ 'ਤੇ ਚੱਲਦਾ ਕੀ ਹੈ ਇਹ ਵੇਖਦੇ ਆ ਸਾਹਿਬਜ਼ਾਦੇ ਜਾ ਜਿੱਥੇ ਮਰਜ਼ੀ ਟੇਕਦਾ ਰਹਿ ਮੱਥੇ ਤੇਰੇ ਮੱਥੇ ਦੇ ਵਿੱਚ ਜੇ ਗੁਲਾਮੀ ਹੈ ਨਾ ਇੱਥੇ ਤੇਰੇ ਅੰਦਰ ਗੁਲਾਮੀ ਸੋਚ ਗੁਲਾਮ ਮਾਨਸਿਕਤਾ ਹੈ ਤੇਰੀ ਨਹੀਂ ਤੇਰੇ ਮੱਥੇ ਟੇਕੇ ਪ੍ਰਵਾਨ ਟੇਕੀ ਜਾ ਜਿੰਨੇ ਮਰਜ਼ੀ ਸਾਹਿਬਜ਼ਾਦਿਆਂ ਵਾਲੀ ਅਣਖ ਨਹੀਂ ਤੇਰੇ 'ਚ ਕੋਈ ਮੱਥੇ ਨਹੀਂ ਪ੍ਰਵਾਨ ਤੇਰੇ ਲੱਕ ਫਿਰਦਾ ਰਹਿ ਨੱਕ ਰਗੜਦਾ ਰਹਿ ਜਿੰਨੇ ਮਰਜ਼ੀ ਜਗਾ ਲੈ ਜੋਤਾਂ ਉਹਨਾਂ ਦੇ ਨਾਂ ਦੀਆਂ ਜੇ ਤੇਰੇ 'ਚ ਉਹ ਦਲੇਰੀ ਤੇਰੇ 'ਚ ਉਹ ਹਿੰਮਤ ਨਹੀਂ ਤੇ ਚੇਤਾ ਰੱਖਿਓ ਹਿੰਮਤ ਤੁਹਾਡੇ 'ਚ ਸਾਰੇ ਮਹਿਕਮਿਆਂ ਵਿੱਚ ਜਿੱਦੇ ਸਾਡੇ 'ਚ ਉਹ ਅਣਖਾਂ ਆ ਗਈਆਂ ਜਿਵੇਂ ਵਜੀਦੇ ਦਾ ਘਰ ਢਹਿ ਗਿਆ ਨਾ ਵਜੀਦੇ ਦਾ ਉਹ ਧੱਕਾ ਕਰਨ ਵਾਲਾ ਦਰਬਾਰ ਨਹੀਂ ਰਿਹਾ ਇੱਥੇ ਜਿੰਨਾ ਧੱਕਾ ਕਰਨ ਵਾਲੀ ਅਫਸਰਸ਼ਾਹੀ ਜਿੰਨਾ ਧੱਕਾ ਕਰਨ ਵਾਲੇ ਰਾਜਨੀਤਿਕ ਆਗੂ ਜਿੰਨਾ ਧੱਕਾ ਕਰਨ ਵਾਲੇ ਧਾਰਮਿਕ ਆਗੂ ਜਿੱਦਣ ਤੁਸੀਂ ਸਾਹਿਬਜ਼ਾਦੇ ਬਣ ਗਏ ਧੱਕਾ ਕਰਨ ਵਾਲਾ ਜਿੰਨਾ ਸਿਸਟਮ ਹੈ ਇਹ ਸਾਰੇ ਦਾ ਸਾਰਾ ਨਾਂ ਟੁੱਟਿਆ ਫਿਰ ਕਹਿ ਦਿਓ ਸ੍ਰੀ ਅਕਾਲ ਕਿੱਥੇ ਆ ਅੱਜ ਉਹ ਵਜੀਦੇ ਦਾ ਦਰਬਾਰ ਦਿਸਦਾ ਕਿਤੇ ਖੜੇ ਸਹੀ ਕੋਈ ਇੱਕ ਵਾਰੀ ਜਾ ਕੇ ਜਿੱਤੇ ਸਾਰੇ ਮਹਿਕਮਿਆਂ ਵਿੱਚ ਖੜਨ ਲੱਗ ਗਏ ਧੱਕਾ ਫੇਰ ਨਹੀਂ ਹੋਣਾ ਸਾਰੇ ਮਹਿਕਮਿਆਂ 'ਚ ਹਰ ਮਹਿਕਮੇ ਵਿੱਚ ਵਜੀਦੇ ਸਾਹਿਬਜ਼ਾਦੇ ਬਣ ਗਏ ਨਾ ਹਰੇਕ ਮਹਿਕਮੇ 'ਚ ਬਣ ਜਿਓ ਜਿੰਨੇ ਤੁਹਾਡੇ ਸਿਰਾਂ ਤੇ ਵਜੀਦੇ ਬੈਠੇ ਐ ਭਿੱਜੀਆਂ ਬਿੱਲੀਆਂ ਬਣ ਜਾਣਗੇ ਸਾਰੇ
ਵੇਖਿਓ ਸਹੀ ਬਣਦਾ ਕੀ ਹੈ ਪਰ ਇੱਕ ਵਾਰੀ ਸਾਹਿਬਜ਼ਾਦੇ ਬਣ ਕੇ ਵੇਖੋ ਹਿੰਮਤ ਕਰਕੇ ਵੇਖੋ ਇੱਕ ਵਾਰੀ ਵੇਖੋ ਕਰ ਤੰਗੀ ਜ਼ਰੂਰ ਆਊ 20-30 ਸਾਲ ਪਰੇਸ਼ਾਨੀ ਹੋਊ ਸਾਰੇ ਭਾਰਤ ਨੂੰ 20-30 ਸਾਲ 50 ਸਾਲ ਭਾਰਤ ਔਖਾ ਹੋਊ ਪਰ 50 ਸਾਲਾਂ ਬਾਅਦ ਇੱਥੇ ਉਹ ਸੋਚ ਖਤਮ ਹੋ ਜੂ ਵੀ ਧੱਕਾ ਹੁਣ ਨਹੀਂ ਚੱਲਦੇ ਭਾਈ 50 ਸਾਲਾਂ ਬਾਅਦ ਇੱਥੇ ਅਮਰੀਕਾ ਵਾਲਾ ਸਿਸਟਮ ਬਣ ਸਕਦਾ ਹੈ ਅੱਜ ਕੀ ਹੈ ਸਿਫਾਰਸ਼ਾਂ ਵਾਲੇ ਨੌਕਰੀਆਂ ਤੇ ਹੈ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਕੇ ਡਿਗਰੀਆਂ ਹੱਥਾਂ 'ਚ ਚੱਕੀ ਫਿਰਦੇ ਹੈ ਪੈਸੇ ਵਾਲੇ ਜੌਬਾਂ ਤੇ ਬਹਿ ਗਏ ਬਾਕੀ ਸਾਰੇ ਬੈਠੇ ਹੈ ਕੋਈ ਡਿਗਰੀ ਕੋਈ ਕੁਛ ਨਹੀਂ ਵੇਖਿਆ ਜਾਂਦਾ ਸਾਰਾ ਸਿਸਟਮ ਐਡਾ ਵਿਗੜ ਗਿਆ ਕਰਪਟ ਹੋ ਗਿਆ ਬਾ ਬੋਲਣ ਵਾਲਾ ਕੋਈ ਨਹੀਂ ਛੱਡੋ ਪਰੇ ਭਾਈ ਵੱਡੇ ਨੇ ਧੱਕਾ ਕਰਦੇ ਹੀ ਹੈ ਕਰਦੇ ਹੀ ਹੁੰਦੇ ਆ ਝੱਲੀ ਚੱਲੋ ਬਾਹ ਹੀ ਸਿਸਟਮ ਹੈ ਕਦੇ ਇਹ ਸਿਸਟਮ ਚੇਂਜ ਨਹੀਂ ਹੋਣਾ ਭਾਈ ਜੈ ਸਿੰਘ ਦੇ ਸਾਹਮਣੇ ਉਹਨੂੰ ਕਹਿੰਦੇ ਤੇਰੇ ਬੱਚੇ ਮਾਰਾਂਗੇ ਕਹਿੰਦੇ ਕਰ ਲਓ ਭਾਈ ਚਾਰ ਗੁਰੂ ਗੋਬਿੰਦ ਸਿੰਘ ਨੇ ਵਾਰੇ ਆ ਤੇ ਦੋ ਕਰ ਲਓ ਫਿਰ ਦੋਵੇਂ ਬੱਚਿਆਂ ਨੂੰ ਕੋ ਕੋ ਕੇ ਅੱਖਾਂ ਸਾਹਮਣੇ ਸ਼ਹੀਦ ਕੀਤਾ ਜੈ ਸਿੰਘ ਦੀ ਘਰਵਾਲੀ ਨੂੰ ਅੱਖਾਂ ਸਾਹਮਣੇ ਕੋ ਕੋ ਕੇ ਸ਼ਹੀਦ ਕੀਤਾ ਇੱਕ ਨੂੰਹ ਹੈ ਉਹਨੂੰ ਵੀ ਕੋ ਕੋ ਕੇ ਸ਼ਹੀਦ ਕੀਤਾ ਜੈ ਸਿੰਘਾ ਹੁਣ ਇਹਨਾਂ ਬੱਚਿਆਂ ਦਾ ਫਿਕਰ ਹੁੰਦਾ ਪਹਿਲਾਂ ਹੀ ਉਹ ਚਲਾਣਾ ਕਰਕੇ ਹੁਣ ਮੈਨੂੰ ਫਿਕਰ ਹੀ ਕੋਈ ਨਹੀਂ ਮੈਂ ਤੇ ਇਕੱਲਾ ਰਹਿ ਗਿਆ ਹੁਣ ਕੀ ਕਰਨਾ ਕਰ ਲਓ ਫਿਰ ਪੈਰਾਂ ਨੂੰ ਰੱਸਾ ਬੰਨ ਕੇ ਦਰਖਤ ਦੇ ਨਾਲ ਪੁੱਠਾ ਲਟਕਾਤਾ ਸਿਰ ਥੱਲੇ ਨੂੰ ਲੱਤਾਂ ਨਾਲ ਇਹ ਰੱਸਾ ਬੰਨ ਕੇ ਦਰਖਤ ਦੇ ਨਾਲ ਲਮਕਾਇਆ ਭਾਈ ਜੈ ਸਿੰਘ ਤੇ ਜਿਉਂਦੇ ਦੀ ਖੱਲ ਲਈ ਸ਼ਹੀਦ ਨਹੀਂ ਕੀਤਾ ਮਾਰਿਆ ਨਹੀਂ ਪਹਿਲਾਂ ਬਸ ਜਿਉਂਦੇ ਨੂੰ ਬੰਨ ਕੇ ਪੈਰਾਂ ਵਾਲੇ ਪਾਸਿਓ ਜਿਉਂਦੇ ਦੀ ਚਮੜੀ ਲਾਉਣੀ ਸ਼ੁਰੂ ਕਰਤੀ ਜਿਵੇਂ ਪਸ਼ੂਆਂ ਦਾ ਚੰਮ ਲਾਉਂਦੇ ਆ ਨਾ ਗਾਵਾਂ ਦਾ ਪਸ਼ੂਆਂ ਦਾ ਚੰਮ ਲਾਇਆ ਜਾਂਦਾ ਵੇਖੋ ਹੱਡਾਂ ਰੋੜੀਆਂ 'ਚ ਜਿੱਦਾਂ ਲਾਉਂਦੇ ਹੁੰਦੇ ਆ ਐ ਪੈਰਾਂ ਵਾਲੇ ਪਾਸਿਓ ਐ ਪੈਰਾਂ ਵਾਲੇ ਪਾਸਿਓ ਚਮੜੀ ਐਂ ਲਾਉਂਦੇ ਆਉਂਦੇ ਥੱਲੇ ਰਿਸ ਰਿਸ ਕੇ ਜਾਨ ਨਿਕਲੀ ਪਰ ਕਈ ਭਰਾਵਾਂ ਨੂੰ ਕਾਇਮ ਕਰ ਗਿਆ ਤੇ ਉਹਦੇ ਮਾਈਂਡ ਵਿੱਚ ਵੀ ਮੈਸੇਜ ਗਿਆ ਸਮੁੰਦ ਖਾਂ ਦੇ ਮੁੜ ਕੇ ਕਿਸੇ ਨਾਲ ਪੰਗਾ ਨਹੀਂ ਲੈਣਾ ਮਰਦੇ ਇਹ ਜਾਂਦੇ ਐ ਮਰ ਜਾਂਦੇ ਐ ਪਰ ਦਬਦੇ ਨੇ ਉਹਨੇ ਅੱਗੇ ਤੋਂ ਨਹੀਂ ਕਿਸੇ ਨੂੰ ਕਿਹਾ ਵੀ ਚੱਕ ਤੰਬਾਕੂ ਦਿਮਾਗ ਸੈੱਟ ਹੋ ਗਿਆ ਬੇਇੱਜ਼ਤੀ ਕਰਾ ਲਾਂਗਾ ਆਪਣੇ ਬੰਦਿਆਂ ਵਿੱਚ ਆ ਮੇਰੇ ਨਾਲ 100 ਸਿਪਾਹੀ ਤੁਰਿਆ ਜਾਂਦਾ ਐ ਐਂ ਵੇਖਦਿਆ ਵੀ ਤੂੰ ਝੁਕਾ ਤੇ ਨਹੀਂ ਸਕਿਆ ਸਿੱਖ ਨੂੰ ਅਗਲਾ ਮਰਨੀ ਮਰ ਗਿਆ ਤੇਰੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਸੀ ਵੱਡਿਆ ਅਣਖੀਆ ਦਬਾ ਨਹੀਂ ਸਕਿਆ ਤੂੰ ਉਹਨੂੰ ਅੜੀ ਕਰਕੇ ਬੈਠਾ ਰਿਹਾ ਸਿਰ ਤੇ ਤੰਬਾਕੂ ਨਹੀਂ ਚੱਕਿਆ ਬੱਚੇ ਵੀ ਮਰਵਾ ਲਏ ਆਪਦੇ ਪਰ ਐਂ ਕਾਇਮ ਰਿਹਾ ਤੇਰੇ ਅੱਗੇ ਉਹ ਕਰ ਗਿਆ ਜਿਹੜਾ ਕਰਨਾ ਸੀ ਇੱਥੇ ਜਦੋਂ ਜਾਂਦੇ ਆ ਨਾ ਆਪਾਂ ਸਰਹੰਦ ਰੋਡ ਦੇ ਉੱਤੇ ਤੁਸੀਂ ਵੇਖਿਓ ਐਡਾ ਵੱਡਾ ਬੋਰਡ ਲੱਗਿਆ ਲੱਤਾਂ ਨਾਲ ਰੱਸਾ ਪੁੱਠਾ ਲਮਕਾਇਆ ਹੋਇਆ ਸ਼ਹੀਦ ਭਾਈ ਜੈ ਸਿੰਘ ਨਾਮ ਹੈ ਖੱਲ ਕੱਟ ਸ਼ਹੀਦ ਭਾਈ ਜੈ ਸਿੰਘ ਖੱਲ ਕੱਟ ਬੜਾ ਵੱਡਾ ਸਥਾਨ ਉੱਥੇ ਬਣਾਇਆ ਉਹਨਾਂ ਨੇ ਪਿੰਡ ਵਾਲਿਆਂ ਨੇ ਰਲ ਕੇ ਛੱਪੜ ਸੀ ਛੱਪੜ ਦੇ ਕੰਢੇ ਦੇ ਉੱਤੇ ਤੇ ਜਿਹੜੇ ਦਰਖਤ ਨਾਲ ਬੰਨਿਆ ਸੀ ਉਹ ਦਰਖਤ ਅਜੇ ਵੀ ਹੈਗਾ ਉੱਥੇ ਉੱਥੇ ਉਸ ਅਸਥਾਨ ਉਹਨਾਂ ਨੇ ਬਣਾਇਆ ਵੀ ਜੈ ਸਿੰਘ ਦੀ ਯਾਦ ਵਿੱਚ ਇੱਥੇ ਉਹ ਜਗ੍ਹਾ ਹੈ ਤਾਂ ਕਰਕੇ ਜੈ ਸਿੰਘ ਹੁਣ ਸਾਡੇ ਵਰਗਾ ਕਵੇ ਸ਼ਹੀਦਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਾਂ ਤੇ ਭਾਈ ਜੈ ਸਿੰਘ ਦੇ ਸਥਾਨ ਤੇ ਮੱਥਾ ਟੇਕ ਕੇ ਆਵਾਂਗੇ ਹੁਣ ਐਂ ਸੋਚਦਾ ਨਾ ਬੰਦਾ ਖੁਸ਼ੀਆਂ ਲੈ ਲਾਂਗੇ ਆਸ਼ੀਰਵਾਦ ਦਿਓ ਜੀ ਕਿਰਪਾ ਕਰੋ ਵੀ ਮੈਂ ਚਾਪਲੂਸ ਬਣਿਆ ਰਵਾਂ ਸਾਡੇ ਤੇ ਕਿਰਪਾ ਹੀ ਰੱਖਿਓ ਸ਼ਹੀਦੋ ਮੇਰੀ ਨੌਕਰੀ ਲੱਗੀ ਰਵੇ ਮੈਂ 51 ਜਿਹਾ ਬਣਿਆ ਰਵਾਂ ਹਨਾ ਮੈਂ ਮੀਨਾ ਜਿਹਾ ਬਣਿਆ ਰਵਾਂ ਮੈਂ ਹਰੇਕ ਦੇ ਕੇ ਹੱਥ 'ਚ ਜੋੜਦਾ ਰਵਾਂ ਕਿਰਪਾ ਹੀ ਰੱਖਿਓ ਮੈਂ ਤੇ ਸ਼ਹੀਦਾਂ ਦੀ ਖੁਸ਼ੀ ਲੈ ਕੇ ਆਉਂ ਜਾਇਓ ਭਾਈ ਜੈ ਸਿੰਘ ਦੇ ਤੇ ਜੇ ਜੈ ਸਿੰਘ ਦੇ ਗਏ ਨਾ ਤੇ ਜੈ ਸਿੰਘ ਦੀ ਰੂਹ ਹੋਵੇ ਉਹ ਤੈਨੂੰ ਪੁੱਛੇ ਵੀ ਆਹ ਕੀ ਲੈ ਤੇਰੇ ਮੱਥੇ 'ਚ ਕੀ ਤੁਰਿਆ ਫਿਰ ਕਿੱਥੇ ਆ ਤੇਰੀ ਅਣਖ ਇੱਥੇ ਜਿਵੇਂ ਜਿਵੇਂ ਤੁਹਾਡੇ 'ਚ ਕਿੱਥੇ ਰਹਿ ਗਈ ਬੜਕ ਤੇ ਬੜਕ ਮਾਰਨ ਵਾਸਤੇ ਸਾਡੇ ਆਹ ਗੱਲ ਕਹੀ ਗਈ ਧਾਰਮਿਕ ਬੰਦੇ ਤੇ ਬੋਲਦੇ ਨਹੀਂ ਹੁੰਦੇ ਧਾਰਮਿਕ ਬੰਦੇ ਤੇ ਸ਼ਾਂਤ ਰਹਿੰਦੇ ਐ ਧਾਰਮਿਕ ਬੰਦੇ ਤੇ ਹੱਥ ਜੋੜਦੇ ਹੁੰਦੇ ਐ ਧਾਰਮਿਕ ਬੰਦੇ ਉਹ ਕਦੇ ਉੱਚਾ ਨਹੀਂ ਬੋਲਦੇ ਧਾਰਮਿਕ ਬੰਦਿਆਂ ਨੂੰ ਗੁੱਸਾ ਨਹੀਂ ਆਉਂਦਾ ਬਸ ਸਾਨੂੰ ਆਉਣੋ ਹੀ ਹਟ ਗਿਆ ਆਪਾਂ ਸਾਰੇ ਡੈੱਡ ਕਰਤੇ ਤੇ ਗੋਲੀ ਕਾਹਦੀ ਦੇਤੀ ਧਰਮ ਦੀ ਕਿੱਡੇ ਸ਼ਾਤਰ ਬੰਦੇ ਨੇ ਵੇਖੋ ਕਿਵੇਂ ਤਰੀਕੇ ਨਾਲ ਕੰਮ ਲੈਂਦੇ ਐ ਬੰਦੇ ਨੂੰ ਡੈੱਡ ਕਰ ਕਿੱਦਾਂ ਕਰਦੇ ਆਏ ਸਮਝ ਆਈ ਪਿਆਰਿਓ ਚਲੋ ਹੁਣ ਆਪਾਂ ਗੱਲ ਕਰਦੇ ਸੀ ਵੀ ਤੇਰੀ ਸ਼ਰਨ ਤੇਰੇ ਪ੍ਰਵਾਸੈ ਪੰਚ ਦੁਸ਼ਟ ਲੈ ਸਾਧੇ ਗਿਆਨ ਲਓ
ਇਹਨੂੰ ਤਕੜਾ ਕਰੋ ਜਿਸ ਕੇ ਸਿਰ ਉੱਪਰ ਸੱਚਾ ਗਿਆਨ ਜਿਨ੍ਹਾਂ ਦੇ ਕੋਲ ਹੈ ਜਿਨ੍ਹਾਂ ਦੇ ਸਿਰ ਤੇ ਹੈ ਸੋ ਦੁੱਖ ਕੈਸਾ ਪਾਵੇ ਇਸ ਕਰਕੇ ਆਓ ਉਹਦੇ ਬਣੋ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਗੱਲ ਅੱਜ ਮੈਂ ਸ਼ਬਦ ਕੋਈ ਹੋਰ ਵਿਚਾਰਨਾ ਚਾਹੁੰਦਾ ਸੀ ਪਰ ਚਲੋ ਕੋਈ ਨਹੀਂ ਕੱਲ ਸਹੀ ਆਪਾਂ ਫਿਰ ਗੱਲ ਕਰਾਂਗੇ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਗੁਰੂ ਸਾਹਿਬ ਜਾਂਦੇ ਆ ਫਿਰ ਚੱਲਦੇ ਆ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਜੀ 5 ਮਿੰਟ ਬੈਠੋ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਮਰਿੰਡਾ ਰੋਡ ਕੁਰਾਲੀ ਗੁਰਦੁਆਰਾ ਸਾਹਿਬ ਹਰਗੋਬਿੰਦਗੜ੍ਹ ਸਾਹਿਬ ਹੈ ਮਰਿੰਡਾ ਰੋਡ ਦੇ ਉੱਤੇ ਕੁਰਾਲੀ ਵਿੱਚ ਕੱਲ ਨੂੰ ਅੰਮ੍ਰਿਤ ਸੰਚਾਰ ਹੋਏਗਾ ਜਿਨ੍ਹਾਂ ਵੀਰਾਂ ਭੈਣਾਂ ਭਰਾਵਾਂ ਨੇ ਭਾਈ ਖੰਡੇ ਦੀ ਪੌਲ ਨਹੀਂ ਲਈ ਆਓ ਆਪਾਂ ਦਾਖਲਾ ਲਈਏ ਸ਼ੱਕ ਕੇ ਕੋਈ ਭੁੱਲ ਗਲਤੀ ਕਰ ਲਈ ਫਿਰ ਆ ਜਾਓ ਆਪਾਂ ਟੀਮ ਦੇ ਮੈਂਬਰ ਬਣੀਏ ਆਪਾਂ ਸਾਰੇ ਇੱਕ ਟੀਮ ਆ ਇੱਕ ਸਿੱਖ ਕਮਿਊਨਿਟੀ ਇੱਕ ਸਿੱਖੀ ਲਹਿਰ ਇਸ ਟੀਮ ਦੇ ਮੈਂਬਰ ਬਣ ਜਾਈਏ ਸਾਰੇ ਸਾਡੀ ਯੂਨੀਫਾਰਮ ਹੈ ਸ੍ਰੀ ਸਾਹਿਬ ਪਾਉਂਦੇ ਹਾਂ ਆਪਾਂ ਇਹ ਬਾਹਰੀ ਚਿੰਨ ਨੇ ਸਾਡੇ ਇਹ ਸਾਡੀ ਵਰਦੀ ਹੈ ਯੂਨੀਫਾਰਮ ਹੈ ਧਰਮ ਦਾ ਸੰਬੰਧ ਮੇਰੇ ਮਨ ਨਾਲ ਹੈ ਪਰ ਮੇਰੀ ਟੀਮ ਦਾ ਮੇਰੀ ਕੌਮ ਦਾ ਕਨਸੈਪਟ ਹੈ ਜਿਹੜਾ ਇਹਦਾ ਸੰਬੰਧ ਮੇਰੇ ਸਰੀਰ ਨਾਲ ਹੈ ਇਹ ਕੌਮੀ ਕਨਸੈਪਟ ਹੈ ਸਾਡਾ ਦਾੜੀ ਰੱਖਣੀ ਕੇਸ ਰੱਖਣੇ ਆ ਗਾਤਰੇ ਕਿਰਪਾਨਾਂ ਕਸ਼ਹਿਰੇ ਇਹ ਸਭ ਸਾਡਾ ਕੌਮ ਦਾ ਕਨਸੈਪਟ ਹੈ ਤੇ ਜਿਹੜਾ ਸਾਡਾ ਬਣਿਆ ਉਹਦਾ ਕੌਮ ਦਾ ਕਨਸੈਪਟ ਵੀ ਇਦਾਂ ਰਹਿਣਾ ਹੈ ਤੇ ਉਹ ਵਰਦੀ ਸਾਨੂੰ ਪਾ ਲੈਣੀ ਚਾਹੀਦੀ ਹੈ ਜਿਹੜੇ ਵੀਰ ਭਰਾ ਭੈਣਾਂ ਦਾ ਮਨ ਮੰਨੇ ਉਹ ਨਾਮ ਲਿਖਾਓ ਜੀ ਗੁਰੂ ਵਾਲੇ ਬਣੋ ਸਿੰਘ ਸਜੋ ਦਾਖਲਾ ਲਓ ਕੱਲ ਨੂੰ ਤਿਆਰੀ ਕਰੋ ਹਰਗੋਬਿੰਦਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਸ਼ਾਮ ਨੂੰ 6 ਵਜੇ ਆ ਜਿਓ ਕੇਸੀ ਇਸ਼ਨਾਨ ਕਰਕੇ ਨਵੇਂ ਬਸਤਰ ਸਾਫ਼ ਬਸਤਰ ਪਾ ਕੇ ਕੇਸੀ ਨਹਾ ਕੇ ਸਾਫ਼ ਬਸਤਰ ਪਾ ਕੇ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਹੜੇ ਵੀਰਾਂ ਭਰਾਵਾਂ ਭੈਣਾਂ ਦਾ ਮਨ ਮੰਨੇ ਜੀ ਵੱਧ ਤੋਂ ਵੱਧ ਤਿਆਰੀ ਕਰੋ ਸਾਰੀਆਂ ਸੰਗਤਾਂ ਦਾ ਬਹੁਤ 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 ਧੰਨਵਾਦ ਗੱਜ ਕੇ ਆਪਾਂ ਹੁਣ ਪੜੋ ਆਨੰਦ ਸਾਹਿਬ ਫਿਰ ਅਰਦਾਸ ਅੱਜ ਥੋੜਾ ਜਿਹਾ ਲੇਟ ਆਏ ਸੀ ਸੰਗਤੇ ਚੇਤਾ ਰੱਖਿਓ ਕੱਲ ਵੇਲੇ ਨਾਲ ਆਇਓ 8 ਕੁ ਵਜੇ ਤੱਕ ਮੈਂ ਕਿਹਾ ਸੀ ਮੈਂ ਤੇ ਆ ਹੀ ਗਿਆ ਸੀ 5-7 ਮਿੰਟ ਲੇਟ ਸੀ ਪਰ ਸੰਗਤ ਸਾਰੇ ਬਹੁਤ ਲੇਟ ਸੀ ਆਪਾਂ ਵੇਲੇ ਨਾਲ ਆਇਓ ਜੀ ਸਾਰੇ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲਓ ਬੱਚੇ ਮੋਬਾਈਲ ਪਰਸ ਗਹਿਣੇ ਸੰਭਾਲ ਲਿਓ ਜ਼ਰੂਰ ਵਿੱਚ ਮਾੜੇ ਬੰਦੇ ਕਈ ਆ ਜਾਂਦੇ ਪਰਸ ਮੋਬਾਈਲ ਗਹਿਣੇ ਸੰਭਾਲ ਲਿਓ ਜੀ ਸਾਰੇ ਟਿਕਾ ਬਣਾ ਕੇ ਰੱਖੋ ਗੁਰੂ ਜੀ ਚੱਲਦੇ ਆਪਾਂ ਮਗਰ ਮਗਰ ਚੱਲਾਂਗੇ ਸਾਰੇ ਗੱਜ ਕੇ ਪੜੋ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਿਗੁਰੂ ਮੈਂ ਕਰਤਾ ਪਾਇਆ ਸਹਿਜ ਦੇ ਜੀਵਨ ਵਧੀਆ ਵਾਤਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਨਾ ਬਣਿਆ ਸਭ ਤੋਂ ਅਤਾ ਗਾਵੋ ਹਰੀ ਕੇ ਰਾਮਾ ਵਿੱਚ ਨੀ ਵਸਾਰਾ ਏ ਨਾਮ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੇਰਾ ਸਦਾ ਰਹੋ ਮਰਨਾਤ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ ਅੰਗੀ ਕਾਰੋ ਖੜੇ ਤੇਰਾ ਕਾਜ ਸਭ ਤੇਰੀ ਨਾਮ ਆਪਣੇ ਗੁਰੂ ਪਾੜੀ ਸੀ
ਮਾਤਾ ਧਰਤ ਮਾਤੂ ਜਿਸਿਆ ਦੇ ਗਾਈ ਆਇਆ ਕਿੰਨਾ ਸਾਧ ਜਾਗੋ ਜਗਿਆਈਆਂ ਬੁਰਿਆਂ ਆਈਆਂ ਵੱਜ ਧਰਤ ਮਾਤੂ ਬੱਚੀਆਂ ਤੋਂ ਆਪਣੀ ਜਿਹੜੇ ਲੈ ਦੂਰ ਜਿਨੀ ਨਾਮ ਆਇਆ ਮੈਂ ਸੱਚਾ ਨਾਨਕ ਦੇ ਗੁਰੇ ਦੁਆਲੇ ਇਹਦੀ ਸੁੱਤੀ ਨਾ ਜਿਨੀ ਨਾਮ ਆਇਆ ਮੈਂ ਸੱਚਾਲ ਨਾਨਕ ਦੇ ਗੁਰੇ ਦੁਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਾਹਿਬ ਤੁਮ ਮਾਤ ਪਿਤਾ ਕੰਮ ਵਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ